ਕੁਰਬਾਨੀ ਦਾ ਪਾਵਨ ਬਚਨ ਹੈ। ਕਬੀਰ ਗੂੰਗਾ ਹੁਆ ਬਾਬਰਾ ਬਹਿਰਾ ਹੁਆ ਕਾਨ ਪਾਮ ਹੋਤੇ ਪਿੰਗਲ ਭਇਆ ਮਾਰਿਆ ਸਤਿਗੁਰਬਾਨ। ਜਦੋਂ ਮੇਰੇ ਸਤਿਗੁਰ ਪਾਤਸ਼ਾਹ ਜੀ ਨੇ ਆਪਣੇ ਬਚਨਾਂ ਦਾ ਸ਼ਬਦ ਰੂਪੀ ਬਾਣ ਭਿੰਨ ਕੇ ਮਾਰਿਆ ਤੇ ਜਿਸ ਮਨੁੱਖ ਦੇ ਹਿਰਦੇ ਦੇ ਵਿੱਚ ਸ਼ਬਦ ਦਾ ਬਾਣ ਬਚਾ ਉਹ ਗੂੰਗਾ ਵੀ ਹੋ ਗਿਆ ਤੇ ਬੋਲਾ ਵੀ ਹੋ ਗਿਆ। ਆਪਾਂ ਗੱਲ ਕਰੀਏ ਮਾਧੋ ਦਾਸ ਦੀ ਤੇ ਕਸ਼ਮੀਰ ਦੇ ਏਰੀਏ ਦੇ ਨਾਲ ਜੋੜ ਬਣਦਾ ਕਿ ਨਹੀਂ ਬਣਦਾ, ਬੋਲੋ ਬਈ। ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦਾ ਸ਼ਬਦ ਦਾ ਬਾਣ ਬੱਜਾ ਸੀ, ਉਹ ਬੋਲੋ ਨਾ। ਤੇ ਬੈਰਾਗੀ ਤੋਂ ਬਣ ਗਿਆ ਸਿੰਘ, ਉਹ ਬੋਲੋ, ਬੈਰਾਗੀ ਤੋਂ ਸਿੰਘ ਬਣ ਗਿਆ, ਕਿਉਂਕਿ ਜਦੋਂ ਮੇਰੇ ਸਤਿਗੁਰੂ ਨੇ ਸ਼ਬਦਾਂ ਦਾ ਬਾਣ ਮਾਰਿਆ ਉਹ ਬੈਰਾਗੀ ਤੋਂ ਸਿੰਘ ਬਣ ਗਿਆ। ਮੈਨੂੰ ਕਹਿੰਦਾ ਭਾਜੀ ਮੈਂ ਸਾਰੀ ਕਿਤਾਬ ਪੜ੍ਹਦੀ, ਮੈਂ ਉਹਨੂੰ ਪੁੱਛਿਆ ਮੈਂ ਕਿਹਾ ਕਿਤਾਬ ਦਾ ਨਿਚੋੜ ਕੀ ਕੱਢਿਆ। ਉਹਨੇ ਜਿਹੜਾ ਨਿਚੋੜ ਦੱਸਿਆ ਸੱਚੀ ਮੁੱਚੀ ਮੈਂ ਕਹਿੰਦਾ ਮੈਂ ਇੱਕ ਵਾਰੀ ਸ਼ਰਮਸਾਰ ਹੋ ਗਿਆ। ਹੁਣ ਤੁਸੀਂ ਪੁੱਛੋਗੇ ਵੀ ਕਿਤਾਬ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਪੜ੍ਹੀ ਹੈ ਤੇ ਤੈਨੂੰ ਤਾਂ ਸਗੋਂ ਵਡਿਆਈ ਮਿਲਣੀ ਚਾਹੀਦੀ ਹੈ ਵੀ ਤੂੰ ਕਿਤਾਬ ਦਿੱਤੀ ਬੰਦਾ ਕਿਤਾਬ ਪੜ੍ਹ ਗਿਆ, ਵੀ ਤੂੰ ਸ਼ਰਮਸਾਰ ਕਿਉਂ ਹੋਇਆ? ਸੁਣਿਆ ਜੇ ਭੈਣੋ ਹੈਰਾਨਗੀ ਦੀ ਗੱਲ। ਮੈਂ ਪੁੱਛਿਆ ਮੈਂ ਕਿਹਾ ਭਾਜੀ ਕਿਤਾਬ ਪੜ੍ਹੀ ਤੇ ਨਤੀਜਾ ਕੀ ਕੱਢਿਆ? ਕਹਿੰਦਾ ਨਤੀਜਾ ਮੈਂ ਕਿਤਾਬ ਦਾ ਇਹ ਕੱਢਿਆ ਵੀ ਮੇਰਾ ਬਾਬਾ ਨਾਨਕ ਕਿਸੇ ਜੱਜ ਦੇ ਬੰਦੇ ਕੋਲ ਗਿਆ ਹੀ ਨਹੀਂ। ਬਾਬਾ ਕਹਿੰਦਾ ਵੀ ਜਿਹੜਾ ਇਨਸਾਨ ਸਹੀ ਟਰੈਕ ਤੇ ਚੱਲਦਾ ਪਿਆ ਉਹਦੇ ਕੋਲੇ ਜਾਣਾ, ਉਹਦੇ ਕੋਲੇ ਬਹਿਣਾ ਮੀਨਸ ਉਹਦਾ ਟਾਈਮ ਵੇਸਟ ਕਰਨਾ। ਤੇ ਬਾਬਾ ਜੀ ਕਹਿੰਦੇ ਵੀ ਮੈਨੂੰ ਇੰਜ ਲੱਗਦਾ ਦਵਾਈ ਦੀ ਲੋੜ ਮਰੀਜ਼ਾਂ ਨੂੰ ਹੁੰਦੀ। ਵੈਸੇ ਤਜਰਬਾ ਕਰਿਆ ਜੇ ਭੈਣੋ ਤੇ ਵੀਰੋ, ਸਾਨੂੰ ਰਾਤਾਂ ਨੂੰ ਸਫ਼ਰ ਤੇ ਜਾਣਾ ਪੈਂਦਾ ਤੇ ਕਈ ਵਾਰੀ ਇਹੋ ਜਿਹੀ ਲੋਕੇਸ਼ਨ ਤੇ ਜਾਣਾ ਪੈਂਦਾ ਜਿੱਥੇ ਮੋਬਾਈਲ ਦੀ ਲੋਕੇਸ਼ਨ ਵੀ ਬਸ ਕਰ ਜਾਂਦੀ ਹੈ। ਉਹ ਕਹਿੰਦੀ ਬਸ ਜੀ ਹੁਣ ਮੈਂ ਇੰਨਾ ਕੁ ਸੇਵਾ ਕਰ ਸਕਦੀ ਹਾਂ, ਇਹ ਦੋਗਾਂ ਲੱਖਾਂ ਨੂੰ ਤੁਸੀਂ ਆਪੇ ਲੱਭੋ, ਹੈ ਨਾ? ਕਈ ਵਾਰੀ ਹੋ ਜਾਂਦਾ ਨਾ ਲੋਕੇਸ਼ਨ। ਸਾਨੂੰ ਦਰਿਆ ਏਰੀਏ ਦੇ ਵਿੱਚ ਕਈ ਵਾਰੀ ਜਾਣਾ ਪੈਂਦਾ ਪੰਜਾਬ ਦੇ, ਉਹਨਾਂ ਏਰੀਏ ਦੇ ਪਿੰਡਾਂ ਦੇ ਨਾਮ ਅਸੀਂ ਪਹਿਲੀ ਵਾਰੀ ਸੁਣੇ ਹੁੰਦੇ ਨੇ। ਹੁਣ ਜੇ ਮੰਨ ਕੇ ਚੱਲੋ ਵੀ ਸਿਆਲ ਦੇ ਦਿਨ ਹੋਣ, ਰਾਤ ਦਾ ਵੇਲਾ ਹੋਵੇ ਤੇ ਮੰਨ ਲਓ ਮੇਰਾ ਸਮਾਗਮ ਹੈ 10 ਤੋਂ 11 ਤੇ 10 ਵਜੇ ਤੱਕ ਦੁਕਾਨਾਂ ਸਾਰੀਆਂ ਬੰਦ ਹੋ ਜਾਂਦੀਆਂ ਨੇ, ਮਠਿਆਈ ਵਾਲੀਆਂ ਦੁਕਾਨਾਂ, ਬੋਲੋ, ਮਠਿਆਈ ਵਾਲੀਆਂ ਦੁਕਾਨਾਂ ਬੰਦ, ਸ਼ਟਰ ਲੱਗ ਜਾਂਦਾ ਮਠਿਆਈ ਵਾਲੀ ਦੁਕਾਨਾਂ, ਕਰਿਆਨੇ ਵਾਲੀਆਂ ਦੁਕਾਨਾਂ, ਸਬਜ਼ੀ ਵਾਲੀਆਂ ਦੁਕਾਨਾਂ, ਦੁੱਧ ਵਾਲੀਆਂ ਦੁਕਾਨਾਂ, ਤੇ ਖੁੱਲੀਆਂ ਕਿਹੜੀਆਂ ਹੁੰਦੀਆਂ ਨੇ? ਹੁਣ ਤੁਸੀਂ ਬੋਲਿਓ ਨਾ, ਹੁਣ ਤੁਸੀਂ ਬੋਲਿਓ ਨਾ ਵੀ ਠੇਕੇ ਖੁੱਲੇ ਹੁੰਦੇ ਆ, ਸੱਚ ਤੁਸੀਂ ਬੋਲਿਓ ਨਾ। ਹੁਣ ਇੱਕ ਚੀਜ਼ ਨੋਟ ਕਰੋ, ਜੇ ਹੁਣ ਮੈਂ ਗੱਡੀ ਰੋਕ ਕੇ ਉੱਥੇ ਰਾਹ ਪੁੱਛਣ ਵੀ ਜਾਵਾਂਗਾ ਨਾ ਵੀ ਵੀਰ ਜੀ ਮੈਂ ਫਲਾਣੇ ਪਿੰਡ ਦੇ ਵਿੱਚ ਜਾਣਾ ਹੈ ਤੇ ਮੈਨੂੰ ਮਾੜਾ ਜਿਹਾ ਰਾਹ ਦੱਸ ਦਿਓ, ਮੇਰੀ ਲੋਕੇਸ਼ਨ ਇੱਥੇ ਆ ਕੇ ਹੱਥ ਖੜੇ ਕਰ ਗਈ, ਮੈਂ ਮੋਬਾਈਲ ਤੇ ਲੋਕੇਸ਼ਨ ਲਾਈ ਸੀ, ਨੈਵੀਗੇਸ਼ਨ ਦੇ ਉੱਪਰ ਮੈਂ ਕਰ ਰਿਹਾ ਸਾਂ ਪਰ ਉਹ ਹੱਥ ਖੜੇ ਕਰ ਗਈ, ਅੱਗੇ ਕੁਛ ਨਹੀਂ ਆ ਰਿਹਾ, ਮੈਨੂੰ ਰਾਹ ਦੱਸੋ। ਤੇ ਜੇ ਕੋਈ ਦੁਕਾਨ ਦੇ ਵਿੱਚ ਗੱਡੀ ਜਾ ਰਹੀ ਹੋਵੇਗੀ ਤੇ ਮੈਨੂੰ ਇੰਜ ਕਰਕੇ ਦੇਖਣਗੇ ਤੇ ਉਹ ਫੋਟੋ ਵਾਇਰਲ ਹੋਵੇਗੀ ਤੇ ਜਦੋਂ ਤੁਹਾਡੇ ਤੱਕ ਪਹੁੰਚੇਗੀ ਤੁਸੀਂ ਵੀ ਕਹੋਗੇ ਸ੍ਰੀਨਗਰ ਇੱਕ ਵਾਰੀ ਸੱਦ ਕੇ ਗਲਤੀ ਤੇ ਅਸੀਂ ਵੀ ਵੱਡੀ ਕੀਤੀ ਹੈ, ਕਿਸੇ ਨੇ ਪੁੱਛਣਾ ਵੀ ਰਾਹ ਪੁੱਛਣ ਦੇ ਲਈ ਗਿਆ ਸੀ। ਮੈਂ ਤਾਂ ਪਿਛਲੇ ਦਿਨਾਂ ਦੇ ਵਿੱਚ ਸੁਲਤਾਨਪੁਰ ਦੇ ਲਾਗੇ ਇੱਕ ਦੀਵਾਨ ਵਿੱਚ ਬੋਲਿਆ, ਮੈਂ ਕਿਹਾ ਜੇ ਕਿਤੇ ਗਰੰਤੀ ਸਿੰਘ ਦੀ ਘਰਵਾਲੀ ਦੀ ਲਿਪਸਟਿਕ ਲੱਗੀ ਕੋਈ ਵੇਖ ਲਵੇ ਨਾ ਤੇ ਇਹਨਾਂ ਦਾ ਪੰਥ ਖਤਰੇ 'ਚ ਪੈ ਜਾਂਦਾ। ਬੋਲੋ, ਸੱਚ ਹੱਦ ਹੋਈ ਪਈ ਹੈ ਤੁਹਾਡੀ? ਕਿੰਨੇ ਪੰਥ ਦੇ ਮੁੱਦੇ ਨੇ, ਉਹਨਾਂ ਵਾਲੇ ਪਾਸੇ ਧਿਆਨ ਦੇ ਦਿਓ, ਤੁਹਾਨੂੰ ਹੱਕ ਕੀ ਹੈ ਕਿਸੇ ਦੇ ਘਰਵਾਲੀ ਤੇ ਬੁੱਲਾਂ ਵਾਲੇ ਵੇਖਣ ਦਾ? ਬੋਲੋ ਬਈ।
ਜਾਣ ਪਾਤਸ਼ਾਹ ਮਹਾਰਾਜ ਕਹਿੰਦੇ ਨਾ ਕੱਪੜਾ ਨਾ ਅਸਥਾਨ ਨਾ ਆਪਣਾ ਨਾਮ। ਕਹਿੰਦਾ ਕੀ ਬਦਲਾ ਬਾਬਾ ਜੀ? ਕਹਿੰਦੇ ਸਿਰਫ ਆਪਣੇ ਵਿਚਾਰ ਬਦਲਦੇ। ਕੀ ਬਦਲਦੇ? ਕਹਿੰਦੇ ਗੁਰੂ ਨਾਨਕ ਦੇ ਘਰ ਦਾ ਪਹਿਲਾ ਪ੍ਰਚਾਰਕ ਬਣ ਗਿਆ। ਕੀ ਬਣ ਗਿਆ? ਉਹ ਬੋਲੋ ਨਾ, ਕੀ ਬਣ ਗਿਆ? ਪ੍ਰਚਾਰਕ ਬਣ ਗਿਆ। ਉਹਨੇ ਗੁਰੂ ਨਾਨਕ ਦੇ ਘਰ ਦਾ ਪ੍ਰਚਾਰ ਕੀਤਾ। ਮੈਂ ਗੱਡੀ ਚਲਾਉਂਦਾ ਚਲਾਉਂਦਾ ਇੱਕ ਦਿਨ ਸੋਚਿਆ, ਮੈਂ ਕਿਹਾ ਕਮਾਲ ਦੀ ਗੱਲ ਹੈ, ਉਹ ਜਿਹੜੇ ਠੱਗ ਸੀ ਉਹ ਪ੍ਰਚਾਰਕ ਬਣ ਗਏ ਤੇ ਅੱਜ ਸਾਡੇ ਵਾਲੇ ਪ੍ਰਚਾਰਕ ਵੀ ਕਈ ਠੱਗ ਬਣੇ ਪਏ ਆ। ਬੋਲੋ, ਦੋ ਹਜ਼ਾਰ ਵੀਹ ਦੀ ਬੀਬੀਸੀ ਦੀ ਇੱਕ ਰਿਪੋਰਟ ਹੈ। ਕੀ ਹੈ? ਮੇਰੀ ਨਹੀਂ, ਬੀਬੀਸੀ ਦੀ। ਉਹਨਾਂ ਨੇ ਨਾ ਪੂਰੇ ਵਿਸ਼ਵ ਦੇ ਸ਼ਾਸਕਾਂ ਦੀ ਇੱਕ ਸੂਚੀ ਤਿਆਰ ਕੀਤੀ। ਉਹ ਕਹਿੰਦੇ ਦੁਨੀਆ ਦਾ ਸਭ ਤੋਂ ਬੈਸਟ ਰਾਜ ਕਿਸਨੇ ਕੀਤਾ? ਜਦੋਂ ਪੂਰੇ ਵਿਸ਼ਵ ਦੇ ਸ਼ਾਸਕਾਂ ਦੀ ਸੂਚੀ ਤਿਆਰ ਕੀਤੀ ਨਾ, ਤੇ ਕਰਦੇ 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 ਜਦੋਂ ਅਖੀਰ ਤੇ ਇੱਕ ਨਾਮ ਪੇਸ਼ ਕਰਨਾ ਸੀ, ਉਹ ਕਹਿੰਦੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ। ਫਿਰ ਇਹ ਵੀ ਦੱਸਣਾ ਪੈਣਾ ਸੀ ਵੀ ਕਿਉਂ? ਕਹਿੰਦੇ ਪੂਰੇ ਰਾਜ ਕਾਲ ਦੇ ਅੰਦਰ ਇੱਕ ਵੀ ਫਾਂਸੀ ਨਹੀਂ। ਬੋਲੋ, ਇੱਕ ਵੀ ਫਾਂਸੀ ਨਹੀਂ। ਗੁਰੂ ਹਰਕ੍ਰਿਸ਼ਨ ਜੀਵਨ ਜੋਤ ਸੁਸਾਇਟੀ ਦੇ ਸਾਰੇ ਵੀਰਾਂ ਨੇ ਉਦਮ ਉਪਰਾਲਾ ਕੀਤਾ ਹੈ ਤੇ ਜਿਤਨੀ ਵੀ ਸੰਗਤ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਦੇ ਵਿੱਚ ਜੁੜੇ ਹੋ, ਸਾਰੀ ਸੰਗਤ ਬਖਸ਼ੋ ਪ੍ਰੇਮ ਦਾ ਸਬੂਤ। ਕੋਈ ਰਸਨਾ ਬਾਂਧੀ ਨਾ ਰਵੇ, ਗੱਜ ਕੇ ਕਰੋ ਫਤਿਹ ਦੀ ਸਾਂਝ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਰੰਭਤਾ ਦੇ ਅੰਦਰ ਦੋ ਚਾਰ ਛੋਟੀਆਂ ਛੋਟੀਆਂ ਬੇਨਤੀਆਂ ਕਰਦਿਆਂ, ਜਦੋਂ ਗੱਲ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਮਹਾਰਾਜ ਜੀ ਦੀ ਆਉਂਦੀ ਹੈ ਤੇ ਇਤਿਹਾਸ ਆਪਾਂ ਪੜ੍ਹਦੇ ਹਾਂ, ਸਰੀਰਕ ਰੂਪ ਦੇ ਵਿੱਚ ਵਿਚਰਦਿਆਂ ਵੀ ਸਮਾਂ ਬੜਾ ਥੋੜਾ ਹੈ ਤੇ ਗੁਰੂ ਜੋਤ ਦੇ ਰੂਪ ਦੇ ਵਿੱਚ ਵਿਚਰਦਿਆਂ ਵੀ ਸਮਾਂ ਬੜਾ ਥੋੜਾ ਹੈ। ਪਰ ਮੈਂ ਕਈ ਵਾਰੀ ਦੁਨੀਆਂ ਨੂੰ ਇੱਕ ਬੇਨਤੀ ਕਰਦਾ ਹੁੰਦਾ ਵੀ ਨਾ ਤੇ ਸਰੀਰ ਵੱਲ ਵੇਖੋ ਨਾ ਗੁਰੂ ਜੋਤ ਰੂਪ ਦੇ ਵਿੱਚ ਵਿਚਰਦਿਆਂ ਵੇਖੋ। ਉਹ ਕਹਿੰਦੇ ਫਿਰ ਵੇਖੀਏ ਕਿ? ਮੈਂ ਕਿਹਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਤੋਂ ਲੈ ਕੇ ਸਾਰਾ ਫਲਸਫਾ ਵੇਖੋ, ਆਖੋ ਸਤਨਾਮ ਸ੍ਰੀ ਵਾਹਿਗੁਰੂ ਬੜਾ ਧਿਆਨ ਦਿਆ ਜੇ। ਮੈਂ ਕਿਹਾ ਸਾਰਾ ਫਲਸਫਾ ਵੇਖੋ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਵੇਲੇ ਤੋਂ, ਉਹ ਸਾਰੀ ਵਿਚਾਰਧਾਰਾ ਇਹ ਹੈ। ਕਿਉਂਕਿ ਇੱਕ ਚੀਜ਼ ਗੁਰਮੁਖੋ ਚੇਤੇ ਰੱਖਿਆ ਜੇ, ਗੁਰਬਾਣੀ ਦਾ ਪਾਵਨ ਬਚਨ ਹੈ ਜੋਤ ਉਹਾ। ਬੋਲੋ ਸਾਰੇ, ਜੋਤ ਉਹਾ। ਤੇ ਅਗਲਾ ਪਾਵਨ ਬਚਨ ਹੈ ਜੁਗਤ ਸਾਏ। ਇੱਕ ਮਾਹੌਲ ਸਾਰੀ ਸੰਗਤ ਬਣਾ ਦਿਓ, ਸਟੇਜ ਦੇ ਮਗਰ ਬੈਠੇ ਵੀਰ ਵੀ, ਸਾਹਮਣੇ ਬੈਠੇ ਵੀਰ ਵੀ, ਇੱਕ ਪ੍ਰਵਾਹ ਇਹਦੇ ਵਿੱਚ ਹੋਵੇ। 12-13 ਘੰਟੇ ਜੇ ਸਫ਼ਰ ਕਰਕੇ ਇੱਕ ਘੰਟਾ ਬੋਲਣਾ ਤੇ ਉਹਦੇ ਵਿੱਚ ਵੀ ਮਾਹੌਲ ਨਾ ਬਣੇ ਤੇ ਫਿਰ ਮੈਂ ਤੇ ਕਹਾਂਗਾ ਵੀ 12-13 ਘੰਟੇ ਮੈਂ ਸੰਗਤ ਦੀ ਸੇਵਾ ਦੇ ਵਿੱਚ ਆਨੰਦ ਨਹੀਂ ਆਇਆ। ਹੈ ਨਾ, ਇਹੋ ਜਿਹਾ ਮਾਹੌਲ ਬਣ ਜਾਵੇ ਵੀ 13-14 ਘੰਟੇ ਦਾ ਜਿਹੜਾ ਸਫ਼ਰ ਹੈ ਨਾ ਉਹਦਾ ਥਕੇਮਾ ਲੈ ਜਾਵੇ, ਇਹ ਮੇਰਾ ਮਾਹੌਲ ਬਣਾ ਦਿਓ। ਇਸ ਕਰਕੇ ਗੱਲਾਂ ਦੀ ਆਵਾਜ਼ ਮੇਰੇ ਵੀਰਾਂ ਨੂੰ ਬੇਨਤੀ, ਰੋਕ ਦਿਓ ਭਰਾਓ, ਰੁਕ ਜਾਓ। ਮੈਂ ਅਰਜ਼ ਕਰਦਾ ਸਾਂ ਵੀ ਸਤਿਗੁਰੂ ਜਦੋਂ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਮਹਾਰਾਜ ਜੀ ਦੀ ਆਪਾਂ ਗੱਲ ਕਰਦੇ ਹਾਂ, ਸਰੀਰ ਰੂਪ ਵਿੱਚ ਵਿਚਰਦਿਆਂ ਵੀ ਤੇ ਗੁਰੂ ਜੋਤ ਰੂਪ ਦੇ ਵਿੱਚ ਵਿਚਰਦਿਆਂ ਵੀ ਸਮਾਂ ਬੜਾ ਘੱਟ ਹੈ। ਪਰ ਜਦੋਂ ਅਸੀਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਤੋਂ ਲੈ ਕੇ ਫਲਸਫੇ ਦੀ ਗੱਲ ਕਰਾਂਗੇ ਤੇ ਚੇਤੇ ਰੱਖਿਆ ਜੇ ਫਿਰ ਸਾਰੀਆਂ ਉਹ ਚੀਜ਼ਾਂ ਲਾਗੂ ਹੁੰਦੀਆਂ ਨੇ। ਹੁਣ ਆਪਾਂ ਪੁੱਛਾਂਗੇ ਵੀ ਕਿਵੇਂ? ਕਿਉਂਕਿ ਗੁਰਬਾਣੀ ਦਾ ਪਾਵਨ ਬਚਨ ਹੈ ਜੋਤ ਉਹਾ। ਬੋਲੋ ਸਾਰੇ, ਜੋਤ। ਸਾਰੀ ਸੰਗਤ ਕਰੋ ਕਿਰਪਾ, ਜੋਤ ਉਹਾ। ਤੇ ਅਗਲਾ ਪਾਵਨ ਬਚਨ ਹੈ ਜੁਗਤ ਸਾਏ।
ਹੁਣ ਜੋਤ ਵੀ ਉਹੀ ਹੈ ਤੇ ਜੁਗਤ ਵੀ ਉਹੀ ਹੈ। ਹੁਣ ਸਰੀਰਕ ਰੂਪ ਦੇ ਵਿੱਚ ਵੇਖਿਆ ਜਾਵੇ ਤੇ ਉਮਰ ਬੜੀ ਛੋਟੀ ਹੈ ਤੇ ਇਸ ਉਮਰ ਦਾ ਭੁਲੇਖਾ ਇੱਕ ਨੂੰ ਨਹੀਂ ਪੈਂਦਾ, ਬਾਦਸ਼ਾਹ ਔਰੰਗਜ਼ੇਬ ਨੂੰ ਵੀ ਪੈ ਜਾਂਦਾ ਹੈ, ਇਸ ਉਮਰ ਦਾ ਭੁਲੇਖਾ ਲਾਲ ਚੰਦ ਵਰਗੇ ਵਿਦਵਾਨ ਨੂੰ ਵੀ ਪੈ ਜਾਂਦਾ ਹੈ ਤੇ ਉਹ ਵੀ ਜਦੋਂ ਗੁਰੂ ਪਾਤਸ਼ਾਹ ਮਹਾਰਾਜ ਦਿੱਲੀ ਦੀ ਧਰਤੀ ਨੂੰ ਚਾਲੇ ਪਾਉਣ ਲੱਗਦੇ ਆ ਨਾ। ਮੈਂ ਗੁਰਬਾਣੀ ਦੇ ਵਿੱਚੋਂ ਵੇਰਵੇ ਦਿਆਂਗਾ, ਆਪਣੇ ਕੋਲੋਂ ਕੋਈ ਗੱਲ ਨਹੀਂ ਕਹਿਣੀ, ਗੁਰਬਾਣੀ ਦੇ ਵਿੱਚੋਂ ਜ਼ਿਕਰ ਕਰਾਂਗਾ। ਜਦੋਂ ਸਤਿਗੁਰ ਪਾਤਸ਼ਾਹ ਦਿੱਲੀ ਦੀ ਧਰਤੀ ਵੱਲ ਚਾਲੇ ਪਾਉਂਦੇ ਨੇ, ਧੰਨ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ ਮਹਾਰਾਜ, ਤੇ ਰਸਤੇ ਦੇ ਅੰਦਰ ਜਦੋਂ ਵਾਇਆ ਬਨੂੜ ਹੋ ਕੇ ਜਾਂਦੇ ਨੇ ਤੇ ਰਸਤੇ ਦੇ ਵਿੱਚ ਇੱਕ ਨਗਰ ਪੈ ਜਾਂਦਾ, ਛੋਟਾ ਜਿਹਾ ਪਿੰਡ ਹੈ, ਤੇ ਲਾਗੇ ਮੇਰੇ ਨਾਨਕਿਆਂ ਦਾ ਪਿੰਡ ਵੀ ਪੈ ਜਾਂਦਾ। ਮੈਂ ਤਾਂ ਕਰਕੇ ਬੇਨਤੀ ਕਰਦਾ ਵੀ ਮੈਂ ਬਚਪਨ ਤੋਂ ਇਸ ਅਸਥਾਨ ਤੇ ਗਿਆ ਵਾਂ, ਦਰਸ਼ਨ ਦੀਦਾਰ ਕੀਤੇ ਨੇ, ਤੇ ਇੱਕ ਨਗਰ ਪੈ ਜਾਂਦਾ ਪੰਜੋਖਰਾ। ਇੱਕ ਵਾਰੀ ਫਿਰ ਬੋਲੋ, ਕਿਹੜਾ ਨਗਰ? ਪੰਜੋਖਰਾ। ਆਪਾਂ ਸਤਿਕਾਰ ਦੇ ਨਾਲ ਪੰਜੋਖਰਾ ਸਾਹਿਬ ਕਹਿ ਦਿੰਦੇ ਹਾਂ, ਆਪਾਂ ਸਤਿਕਾਰ ਦੇ ਨਾਲ ਸਾਹਿਬ ਸ਼ਬਦ ਲਗਾ ਦਿੰਦੇ, ਆਪਾਂ ਸਤਿਕਾਰ ਦੇ ਨਾਲ ਕਹਿ ਦਿੰਦੇ ਪੰਜੋਖਰਾ ਸਾਹਿਬ। ਹੁਣ ਪੰਜੋਖਰਾ ਨਗਰ ਪੈ ਜਾਂਦਾ ਹੈ ਤੇ ਜਦੋਂ ਸਤਿਗੁਰ ਪਾਤਸ਼ਾਹ ਜਿਸ ਧਰਤੀ ਤੇ ਆਪਣੇ ਮੁਬਾਰਕ ਚਰਨ ਪਾਉਂਦੇ ਨੇ ਤੇ ਸੰਗਤ ਬੜੀ ਦੂਰ ਨੇੜੇ ਤੋਂ ਆਈ ਹੈ, ਦਰਸ਼ਨ ਦੀਦਾਰ ਕਰਦੀ ਹੈ, ਇਲਾਕੇ ਦੇ ਲੋਕ ਆਏ ਨੇ, ਇੱਕ ਪੂਰਾ ਮਾਹੌਲ ਬਣ ਜਾਂਦਾ ਹੈ ਤੇ ਦੀਵਾਨ ਸੱਜਣ ਦੀ ਗੱਲ ਚੱਲਦੀ ਹੈ, ਤੇ ਉਸੇ ਨਗਰ ਦਾ ਇੱਕ ਸੱਜਣ ਹੈ, ਉਹ ਪੁੱਛਦਾ ਕਹਿੰਦਾ ਪਹਿਲਾਂ ਤੇ ਮੈਨੂੰ ਇਹ ਦੱਸੋ ਵੀ ਬਾਲਕ ਕੌਣ ਹੈ? ਉਹ ਕਹਿੰਦੇ ਬਾਲਕ ਨਹੀਂ ਹੈ, ਸਾਡੇ ਸਤਿਗੁਰੂ ਹੈ। ਧਿਆਨ ਦਿਆ ਜੀ, ਸਾਡੇ ਸਤਿਗੁਰੂ ਹੈ, ਅੱਠਵੇਂ ਪਾਤਸ਼ਾਹ ਮਹਾਰਾਜ ਜੀ ਨੇ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਜੋਤ ਹੈ। ਇਸ ਕਰਕੇ ਤੂੰ ਸ਼ਬਦ ਬਾਲਕ ਵਰਤਦਾ ਸੀ, ਬਾਲਕ ਸ਼ਬਦ ਨਹੀਂ ਵਰਤਦੇ, ਇਹ ਸਾਡੇ ਸਤਿਗੁਰੂ ਨੇ। ਉਹਨੇ ਜਿਸ ਲਹਿਜੇ ਦੇ ਵਿੱਚ ਗੱਲ ਕੀਤੀ, ਲਹਿਜਾ ਕੋਈ ਬਹੁਤ ਅੱਛਾ ਨਹੀਂ ਸੀ, ਉਹ ਜਿਸ ਲਹਿਜੇ ਵਿੱਚ ਗੱਲ ਕਰਦਾ, ਅਗਲੀ ਗੱਲ ਪਤਾ ਕੀ ਕਹਿੰਦਾ? ਕਹਿੰਦਾ ਚਲੋ ਤੁਹਾਡੇ ਕਹਿਣ ਦੇ ਮੁਤਾਬਕ ਤੁਹਾਡੇ ਸਤਿਗੁਰੂ ਨੇ, ਪਰ ਉਮਰ ਬੜੀ ਛੋਟੀ ਹੈ, ਤੇ ਇਹ ਜਿਹੜੀ ਉਮਰ ਹੁੰਦੀ ਹੈ ਨਾ, ਇਹਦੇ ਵਿੱਚ ਇਨਸਾਨ ਜ਼ਿਆਦਾ ਖੇਡਣ ਦੇ ਅੰਦਰ ਜਾਂ ਖੇਡਾਂ ਦੇ ਵਿੱਚ ਸੁਰਤੀ ਤੇ ਰੁਚੀ ਰਹਿੰਦੀ ਹੈ, ਤੇ ਜੇ ਤੁਸੀਂ ਕਹੋ ਵੀ ਸਿੱਖ ਕੌਮ ਦੀ ਅਗਵਾਈ ਕਰ ਸਕਦੇ ਹੈ, ਤੇ ਕਹਿੰਦਾ ਉਮਰ ਵੇਖ ਕੇ ਮੈਨੂੰ ਜਾਪਦਾ ਨਹੀਂ। ਬੜਾ ਧਿਆਨ ਦਿਆ ਜੀ, ਇਹਦਾ ਜਵਾਬ ਆਪਾਂ ਗੁਰਬਾਣੀ ਦੇ ਵਿੱਚੋਂ ਲੈਣਾ। ਉਹ ਕਹਿੰਦੇ ਵੀ ਤੇਰੇ ਸ਼ੰਕੇ ਦੀ ਨਿਵਿਰਤੀ ਕਿਵੇਂ ਹੋ ਸਕਦੀ ਹੈ? ਉਹ ਕਹਿੰਦਾ ਤੁਸੀਂ ਨਾਮ ਹਰ ਕ੍ਰਿਸ਼ਨ ਕਹਿੰਦੇ ਹੋ ਤੇ ਸ੍ਰੀ ਕ੍ਰਿਸ਼ਨ ਜੀ ਨੇ ਗੀਤਾ ਉਚਾਰੀ ਹੈ, ਤੇ ਕਹਿੰਦਾ ਮੈਂ ਇਹਨਾਂ ਦੇ ਵਾਸਤੇ, ਇਹ ਨਹੀਂ ਕਹਿੰਦਾ ਵੀ ਕੋਈ ਸਲੋਕ ਉਚਾਰਨ, ਕਹਿੰਦਾ ਮੈਂ ਤੇ ਕਹਿੰਦਾ ਵੀ ਉਚਾਰੇ ਹੋਏ ਸਲੋਕਾਂ ਦੇ ਵਿੱਚੋਂ ਕਿਸੇ ਇੱਕ ਦੇ ਅਰਥ ਕਰ ਦੇਣ ਤੇ ਮੈਂ ਸੋਚਾਂਗਾ ਵੀ ਸੱਚਮੁੱਚ ਇਹ ਸਤਿਗੁਰੂ ਨੇ ਤੁਹਾਡੇ ਇਹ ਤੁਹਾਡੀ ਅਗਵਾਈ ਕਰ ਸਕਦੇ ਨੇ, ਤੇ ਜੇ ਇਹ ਕਾਰਜ ਨਹੀਂ ਹੁੰਦਾ ਤੇ ਕਹਿੰਦਾ ਫਿਰ ਜਿਹੜਾ ਮੇਰਾ ਸ਼ੰਕਾ ਹੈ ਜੋ ਮੇਰੇ ਮਨ ਦੇ ਵਿੱਚ ਪੈਦਾ ਹੋਇਆ, ਕਹਿੰਦਾ ਉਸੇ ਪ੍ਰਕਾਰ ਖਲੋਤਾ ਰਹੇਗਾ। ਇੱਥੇ ਹੁਣ ਦੋ ਚੀਜ਼ਾਂ ਨੂੰ ਸਮਝਿਆ ਜੇ, ਇੱਕ ਤੇ ਮੈਂ ਬੇਨਤੀ ਅਰੰਭਤਾ ਦੇ ਵਿੱਚ ਕਰਦਿਆਂ ਮੈਨੂੰ ਆਪਣੇ ਗੁਰੂ ਤੇ ਸ਼ੱਕ ਨਹੀਂ ਹੈ, ਮੈਨੂੰ ਆਪਣੇ ਗੁਰੂ ਤੇ ਸ਼ੱਕ ਨਹੀਂ ਹੈ, ਮੇਰਾ ਗੁਰੂ ਸਮਰੱਥ ਹੈ। ਮੈਂ ਕਹਿੰਦਾ ਜੀ ਛੱਜੂ ਦੀ ਗੱਲ ਕਰਾਂ ਤਾਂ ਮੈਂ ਆਪ ਗੁਰੂ ਦੀ ਹਜ਼ੂਰੀ ਦੇ ਵਿੱਚ ਜਦੋਂ ਕਥਾ ਕਰਨ ਦੇ ਲਈ ਬਹਿਨਾ ਵਾਂ ਤੇ ਹੱਥ ਜੋੜ ਕੇ ਕਹਿੰਦਾ ਸਤਿਗੁਰੂ ਮੈਂ ਵੀ ਛੱਜੂ ਹਾਂ ਤੇ ਮੇਰੇ ਸਿਰ ਤੇ ਆਪਣੀ ਛੜੀ ਰੱਖ ਕੇ ਕਿਰਪਾ ਕਰਕੇ ਆਪ ਹੀ ਅਰਥ ਕਰਵਾ ਲਿਆ ਕਰੋ, ਇਹ ਤੇ ਬੇਨਤੀਆਂ ਮੈਂ ਵੀ ਕਰਦਾ ਵਾਂ। ਹੁਣ ਧਿਆਨ ਦੇ ਕੇ ਸੁਣਿਆ ਜੇ, ਗੁਰਬਾਣੀ ਦੇ ਵਿੱਚ ਗੂੰਗੇ ਦੀ ਵਿਆਖਿਆ ਕੀ ਹੈ ਤੇ ਗੁਰਬਾਣੀ ਦੇ ਵਿੱਚ ਬੋਲੇ ਦੀ ਵਿਆਖਿਆ ਕੀ ਹੈ? ਉਹ ਕਹਿੰਦਾ ਵੀ ਜੇ ਤੁਸੀਂ ਸਲੋਕ ਦੇ ਅਰਥ ਕਰਵਾ ਦਿਓ ਤੇ ਮੇਰਾ ਸ਼ੰਕਾ ਨਿਵਿਰਤ ਹੋ ਜਾਂਦਾ ਹੈ। ਉਹ ਕਹਿੰਦੇ ਵੀ ਜੇ ਤੇਰੇ ਸ਼ੰਕੇ ਨਿਵਿਰਤ ਦੀ ਗੱਲ ਹੈ ਤੇ ਪਾਤਸ਼ਾਹ ਜੀ ਨੂੰ ਬੇਨਤੀਆਂ ਕਰ ਦਿੰਦੇ ਹਾਂ, ਵੈਸੇ ਗੁਰਬਾਣੀ ਤੁਹਾਡੇ ਸ਼ੰਕੇ ਨਿਵਿਰਤ ਕਰਦੀ ਹੈ, ਜੇ ਫਿਰ ਤੁਸੀਂ ਸ਼ੰਕਿਆਂ ਵਿੱਚ ਪੈਂਦੇ ਹੋ ਤੇ ਗੁੱਸਾ ਨਾ ਮੇਰੀ ਗੱਲ ਦਾ ਕਰਿਆ ਜੇ, ਇਹਦੇ ਵਿੱਚ ਕਸੂਰਵਾਰ ਤੁਸੀਂ ਆਪ। ਹੁਣ ਗੁਰਬਾਣੀ ਤੁਹਾਡੇ ਅੰਦਰ ਦੇ ਹਨੇਰੇ ਨੂੰ ਦੂਰ ਕਰਦੀ ਹੈ, ਚਾਨਣ ਤੁਹਾਡੇ ਅੰਦਰ ਆ ਜਾਂਦਾ ਹੈ, ਪਰ ਜੇ ਫਿਰ ਤੁਸੀਂ ਮੁੜ ਕੇ ਹਨੇਰੇ ਦੇ ਵਿੱਚ ਆਪਣੀ ਦਸਤਕ ਦਿੰਦੇ ਹੋ ਤੇ ਕਸੂਰਵਾਰ ਤੁਸੀਂ ਆਪ। ਹੁਣ ਨਗਰ ਦੇ ਲੋਕਾਂ ਨੇ ਜਾ ਕੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ ਵੀ ਸਤਿਗੁਰੂ ਇਹੋ ਜਿਹੀਆਂ ਵਿਚਾਰਾਂ ਨਗਰ ਦੇ ਵਿੱਚੋਂ ਉੱਠੀਆਂ ਨੇ ਤੇ ਨਗਰ ਦੇ ਲੋਕ ਨੇ
ਤੇ ਇੱਕ ਵਿਚਾਰ ਇਹ ਵੀ ਉੱਠੀ ਵੀ ਜੇ ਸਤਿਗੁਰ ਪਾਤਸ਼ਾਹ ਜੀ ਨੇ ਅਰਥ ਕਰ ਦਿੱਤੇ ਤੇ ਹੋ ਸਕਦਾ ਇਹਦੇ ਮਨ ਦੇ ਵਿੱਚ ਇਹ ਵੀ ਖਿਆਲ ਆਵੇ ਵੀ ਗੁਰੂ ਨਾਨਕ ਦੇ ਘਰ ਦੇ ਵਿੱਚ ਵਿਦਵਾਨ ਸੱਜਣ ਆਉਂਦੇ ਨੇ, ਬਤੇਰੇ ਵਿਦਵਾਨਾਂ ਦਾ ਤਾਤਾ ਲੱਗਾ ਰਹਿੰਦਾ ਵੀ ਕਿਸੇ ਨੇ ਅਰਥ ਕੀਤੇ ਹੋਣੇ ਨੇ ਤੇ ਛੋਟੀ ਉਮਰ ਦੇ ਵਿੱਚ ਸੁਣ ਲਏ ਤੇ ਛੋਟੀ ਉਮਰ ਦੇ ਵਿੱਚ ਸਾਡੀ ਗ੍ਰਹਿਣ ਕਰਨ ਦੀ ਸ਼ਕਤੀ ਜ਼ਿਆਦਾ ਹੁੰਦੀ ਹੈ ਤੇ ਇਹਨਾਂ ਨੂੰ ਇਹ ਚੀਜ਼ ਜਿਹੜੀ ਚੇਤੇ ਆ ਗਈ। ਇੱਕ ਸਵਾਲ ਫਿਰ ਉੱਠਿਆ, ਕਹਿਣ ਲੱਗੇ ਜੀ ਇੰਜ ਕਰੋ ਲਾਲ ਚੰਦ ਜੀ ਨਗਰ ਦੇ ਵਿੱਚੋਂ ਬੰਦਾ ਤੁਸੀਂ ਲੈ ਆਓ ਤੇ ਅਰਥ ਮੇਰੇ ਪਾਤਸ਼ਾਹ ਆਪ ਕਰਵਾ ਦੇਣਗੇ। ਹੁਣ ਇੱਥੇ ਥੋੜਾ ਜਿਹਾ ਰੁਕਿਆ ਜੀ, ਕਹਿੰਦੇ ਜਿਹੜਾ ਬੰਦਾ ਆਇਆ ਨਾ ਵਿਦਵਾਨਾਂ ਦੇ ਦੱਸਣ ਦੇ ਮੁਤਾਬਕ ਕਹਿੰਦੇ ਗੂੰਗਾ ਵੀ ਸੀ ਤੇ ਬੋਲਾ ਵੀ ਸੀ। ਕੀ ਸੀ? ਹੁਣ ਦੋ ਚੀਜ਼ਾਂ ਜੇ ਸਮਝ ਆ ਜੇ, ਜਿਹੜਾ ਬੱਚਾ ਬਚਪਨ ਦੇ ਵਿੱਚ ਬੋਲਾ ਹੋਵੇਗਾ ਨਾ ਉਹ ਅਵਸ਼ ਗੂੰਗਾ ਵੀ ਹੋਵੇਗਾ, ਕਿਉਂਕਿ ਦੁਨੀਆਂ ਦਾ ਜਿਹੜਾ ਪਹਿਲਾ ਗਿਆਨ ਹੈ ਨਾ ਅਸੀਂ ਕੰਨਾਂ ਦੇ ਨਾਲ ਸੁਣਦੇ ਹਾਂ ਤੇ ਫਿਰ ਅਸੀਂ ਰਸਨਾ ਤੋਂ ਬੋਲਦੇ ਹਾਂ। ਜਿਹੜਾ ਬੱਚਾ ਜਨਮ ਦੇ ਦੌਰਾਨ ਬੋਲਾ ਹੋਵੇਗਾ ਕੰਨਾਂ ਤੋਂ ਉਹ ਅਵਸ਼ ਗੂੰਗਾ ਵੀ ਹੋਵੇਗਾ। ਨਹੀਂ ਸਮਝੇ ਗੱਲ ਨੂੰ, ਮੈਂ ਫਿਰ ਸਮਝਾ ਦਿਆਂ। ਦੇਖੋ ਅੰਨਿਆਂ ਦੇ ਵਿੱਚ ਬਹੁਤ ਕੁਝ ਅੱਗੇ ਚਲੇ ਗਏ, ਮੈਂ ਅੰਨਿਆਂ ਦੀ ਦੁਨੀਆਂ ਦੇ ਵਿੱਚ ਵੇਖਿਆ PhD ਵੀ ਕਰ ਗਏ, ਪਰ ਜਿਹੜੇ ਗੂੰਗੇ ਤੇ ਬੋਲੇ ਆ ਉਹ ਤਰੱਕੀ ਨਹੀਂ ਕਰ ਸਕੇ। ਜਿਹੜੇ ਅੰਨੇ ਆ ਨਾ ਉਹ ਬ੍ਰੇਲ ਲਿਪੀ ਦੇ ਦੁਆਰਾ PhD ਕਰ ਗਏ, ਜਿਹੜੇ ਅੰਨੇ ਆ ਨਾ ਉਹ ਦੁਨੀਆਂ ਦੇ ਵਿੱਚ ਹਾਇਰ ਐਜੂਕੇਸ਼ਨ ਪ੍ਰਾਪਤ ਕਰ ਗਏ, ਪਰ ਜਿਹੜੇ ਕੰਨਾਂ ਤੋਂ ਬੋਲੇ ਸੀ ਤੇ ਜ਼ੁਬਾਨ ਤੋਂ ਗੂੰਗੇ ਸੀ, ਦੋਵੇਂ ਚੀਜ਼ਾਂ ਇਕੱਠੀਆਂ ਸੀ ਜਿਨ੍ਹਾਂ ਦੀਆਂ, ਉਹ ਦੁਨੀਆਂ ਦੇ ਵਿੱਚ ਤਰੱਕੀ ਨਹੀਂ ਕਰ ਸਕੇ। ਕਿਉਂ? ਮੈਂ ਕਹਿੰਦਾ ਤੁਸੀਂ ਆਪਣੀ ਲਾਈਫ ਦੇ ਵਿੱਚ ਵੇਖ ਲਓ, ਮੈਂ ਆਪਣੀ ਲਾਈਫ ਦੇ ਵਿੱਚ ਵੇਖ ਲੈਂਦਾ ਵਾਂ, ਪਹਿਲਾ ਗਿਆਨ ਜਿਹੜਾ ਸੀ ਨਾ ਮਾਂ ਨੇ ਰਸਨਾ ਤੋਂ ਬੋਲਿਆ ਤੇ ਆਪਾਂ ਮਾਂ ਦਾ ਚਿਹਰਾ ਵੇਖਿਆ, ਆਪਾਂ ਉਹਦੀ ਬੋਡੀ ਲੈਂਗੁਏਜ ਦੇਖੀ, ਆਪਾਂ ਉਹਨਾਂ ਸ਼ਬਦਾਂ ਨੂੰ ਕੰਨਾਂ ਦੇ ਨਾਲ ਸੁਣਿਆ ਤੇ ਸੁਣਨ ਤੋਂ ਬਾਅਦ ਉਵੇਂ ਮੁੱਖ ਤੋਂ ਬੋਲਣ ਦਾ ਯਤਨ ਕੀਤਾ। ਤੇ ਜਿਹੜਾ ਬੱਚਾ ਜਮਾਂਦਰੂ ਬੋਲਾ ਹੋਵੇਗਾ, ਕਿਤੇ ਰੱਖਿਆ ਜੋ ਬੱਚਾ ਬੋਲ ਨਹੀਂ ਸਕਦਾ ਗੂੰਗਾ ਵੀ ਹੋਵੇਗਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੇ ਗੂੰਗੇ ਤੇ ਬੋਲੇ ਬੱਚੇ ਦੁਨੀਆਂ ਵਿੱਚ ਬਹੁਤੀ ਤਰੱਕੀ ਨਹੀਂ ਕਰ ਸਕੇ। ਹੁਣ ਵਿਦਵਾਨਾਂ ਦੇ ਦੱਸਣ ਦੇ ਮੁਤਾਬਕ ਇਹ ਗੂੰਗਾ ਵੀ ਹੈ ਤੇ ਇਹ ਬੋਲਾ ਵੀ ਹੈ। ਇੱਕ ਤੇ ਬੇਨਤੀ ਮੈਂ ਕਰਾਂ ਵੀ ਮੇਰਾ ਗੁਰੂ ਸਮਰੱਥ ਹੈ ਗੂੰਗੇ ਬੋਲੇ ਦੇ ਸਿਰ ਤੇ ਰੱਖ ਕੇ ਛੜੀ ਅਰਥ ਕਰਵਾਤੇ, ਇੱਕ ਪੱਖ ਇਹ ਵੀ ਹੈ। ਦੂਸਰਾ ਪੱਖ ਜਦੋਂ ਗੁਰਬਾਣੀ ਪੜ੍ਹਦਾ ਮੈਂ ਤੇ ਗੁਰਬਾਣੀ ਦਾ ਪਾਵਨ ਬਚਨ ਹੈ ਕਹਾ ਬਿਸਨ ਪਦ ਗਾਵੈ ਗੁੰਗ ਯਤਨ ਕਰੈ ਤੋਪੀ। ਹੁਣ ਤੁਸੀਂ ਪੜ੍ਹਦੇ ਹੋ ਨਾ ਗੁਰਬਾਣੀ, ਉਹ ਬੋਲੋ ਭਾਈ ਗੁਰਬਾਣੀ ਤੁਸੀਂ ਪੜ੍ਹਦੇ ਹੋ ਨਾ, ਮੈਂ ਵੀ ਗੁਰਬਾਣੀ ਪੜ੍ਹਦਾ ਵਾਂ, ਇਸੇ ਕਰਕੇ ਮੈਂ ਚਾਹੁੰਦਾ ਵੀ ਇਹਦੇ ਅਰਥ ਵੀ ਆਪਾਂ ਇਕੱਠੇ ਕਰੀਏ ਤੇ ਗੁਰਬਾਣੀ ਦੀ ਤੁਕ ਵੀ ਆਪਾਂ ਇਕੱਠੇ ਪੜ੍ਹੀਏ। ਗੁਰਬਾਣੀ ਦਾ ਪਾਵਨ ਬਚਨ ਹੈ ਕਹਾ ਬਿਸਨ ਪਦ, ਕਿਉਂਕਿ ਗੁਰਬਾਣੀ ਗ੍ਰਾਮਰ ਦੇ ਮੁਤਾਬਕ ਜਦੋਂ ਆਪਾਂ ਅਰਥ ਕਰਦੇ ਹਾਂ ਤੇ ਇਹਨੂੰ ਕਹਾ ਨਹੀਂ ਬੋਲ ਸਕਦੇ, ਇਹਨੂੰ ਕਹਾ ਬੋਲਣਾ ਪਏਗਾ, ਕਿਉਂਕਿ ਇਹਦੇ ਅਰਥ ਬਣਦੇ ਨੇ ਕੀ। ਕਹਾ ਬਿਸਨ ਪਦ ਗਾਵੈ ਗੁੰਗ। ਹੁਣ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਗੂੰਗਾ ਕਿਵੇਂ ਬਿਸ਼ਨ ਪਦੇ ਗਾਲੇਗਾ, ਬੋਲੋ ਬੇ ਗੂੰਗਾ ਜਿਹੜਾ ਹੈ ਕਿਵੇਂ ਬਿਸ਼ਨ ਪਦੇ ਗਾਲੇਗਾ। ਕਹਾ ਬਿਸ਼ਨ ਪਦ ਗਾਵੈ ਗੁੰਗ ਯਤਨ ਕਰੈ ਤੋਪੀ। ਸੁਰ ਭੰਗ ਯਤਨ ਤੇ ਕਰਦਾ ਪਰ ਗੱਲ ਬਣਦੀ ਕੋਈ ਨਹੀਂ। ਤੇ ਪੁੱਛਿਆ ਸਤਿਗੁਰੂ ਬੋਲੇ ਬਾਰੇ ਵੀ ਦੱਸ ਦਿਓ, ਪਾਤਸ਼ਾਹ ਜੀ ਕਹਿੰਦੇ ਕਹਾ ਬੁਝਾਰਤ ਬੂਝੈ ਡੋਰਾ ਨਿਸ ਕਹੀਐ ਤੋ ਸਮਝੈ ਭੋਰਾ। ਨਿਸ ਕਹਿੰਦੇ ਨੇ ਰਾਤ ਨੂੰ, ਭੋਰਾ ਕਹਿੰਦੇ ਨੇ ਦਿਨ ਨੂੰ। ਪਾਤਸ਼ਾਹ ਜੀ ਕਹਿੰਦੇ ਹੁਣ ਜਿਹੜਾ ਬੋਲਾ ਹੈ ਉਹਨੂੰ ਕੀ ਸਮਝਾਵਾਂਗੇ, ਆਖੀ ਦਾ ਰਾਤ ਕਹਿੰਦਾ ਦਿਨ ਕਹਿੰਦੇ ਹੋ, ਧਿਆਂਦੇ ਆ ਜੇ ਹੁਣ ਉਹਨੂੰ ਸਮਝ ਨਹੀਂ ਪੈ ਰਹੀ। ਹੁਣ ਇਹ ਤੇ ਦੋਵੇਂ ਬੱਚੇ ਨੂੰ ਗੁਰਬਾਣੀ ਦੇ ਨੇ ਨਾ, ਉਹ ਬੋਲੋ ਭਾਈ ਗੂੰਗੇ ਦੇ ਬਾਰੇ ਵੀ ਗੁਰਬਾਣੀ ਤੇ ਬੋਲੇ ਦੇ ਬਾਰੇ ਵੀ ਗੁਰਬਾਣੀ। ਹੁਣ ਇੱਕ ਮੇਰੇ ਮਨ ਦੇ ਵਿੱਚ ਸਵਾਲ ਹੈ, ਇੱਕ ਤੇ ਇਹ ਹੈ ਕਿ ਮੈਨੂੰ ਮੇਰੇ ਗੁਰੂ ਤੇ ਸ਼ੱਕ ਨਹੀਂ, ਸਤਿਗੁਰ ਪਾਤਸ਼ਾਹ ਜੀ ਨੇ ਸੀਸ ਤੇ ਛੜੀ ਰੱਖੀ ਤੇ ਉਹ ਜਿਹੜਾ ਛੱਜੂ ਸੀ ਉਹਨੇ ਅਰਥ ਕੀਤੇ ਤੇ ਜਿਹੜਾ ਵਿਦਵਾਨ ਸੱਜਣ ਆਪਣੇ ਆਪ ਨੂੰ ਕਹਿੰਦਾ ਲਾਲ ਚੰਦ ਇਹ ਨਿਰ ਉਤਰ ਹੋ ਗਿਆ ਤੇ ਸ਼ਾਂਤ ਹੋ ਕੇ ਇਹਦੀ ਸ਼ਰਧਾ ਬਣ ਗਈ। ਤੇ ਦੂਜਾ ਗੁਰਬਾਣੀ ਦੇ ਵਿੱਚੋਂ ਮੈਂ ਦੱਸਣਾ ਚਾਹੁੰਦਾ ਵੀ ਗੁਰਬਾਣੀ ਦੇ ਵਿੱਚ ਇੱਕ ਗੂੰਗਾ ਤੇ ਬੋਲਾ ਦੱਸਿਆ ਗਿਆ,
ਉਹ ਕਿਹੜਾ ਗੂੰਗਾ ਬੋਲਾ? ਕਬੀਰ ਗੂੰਗਾ ਹੂਆ ਬਾਵਰਾ, ਉਹ ਬੋਲੋ ਭਾਈ, ਬੋਲੋ ਨਾ, ਕਬੀਰ ਬਾਬਰਾ ਬਹਿਰਾ ਹੂਆ ਕਾਨ। ਅਗਲਾ ਪਾਵਨ ਬਚਨ ਹੈ, ਪਾਵ ਹੋ ਤੇ ਪਿੰਗਲ ਭਇਆ ਮਾਰਿਆ ਸਤਿਗੁਰ। ਉਹ ਕਿਹੜਾ ਬਾਣ ਹੈ? ਜਦੋਂ ਬਾਣ ਵੱਜਦਾ ਹੈ ਤੇ ਮਨੁੱਖ ਗੂੰਗਾ ਵੀ ਹੋ ਜਾਂਦਾ ਹੈ, ਮਨੁੱਖ ਬੋਲਾ ਵੀ ਹੋ ਜਾਂਦਾ ਹੈ। ਕਦੀ ਵਿਚਾਰ ਕਰਿਆ ਜੇ ਕਿਤੇ ਇਹ ਛੱਜੂ ਉਹ ਗੂੰਗਾ ਬੋਲਾ ਤੇ ਨਹੀਂ ਸੀ? ਆਖੋ ਸਤਨਾਮ ਸ੍ਰੀ। ਵਿਚਾਰ ਕਰਿਆ ਜੇ ਪੱਖ ਦੋਵੇਂ ਨੇ ਤੇ ਮੈਂ ਦੋਵੇਂ ਪੱਖ ਤੁਹਾਡੇ ਅੱਗੇ ਪੇਸ਼ ਕਰ ਦਿੱਤੇ ਹੈ। ਤੇ ਗੁਰਬਾਣੀ ਦਾ ਪਾਵਨ ਬਚਨ ਹੈ, ਕਬੀਰ ਗੂੰਗਾ ਹੂਆ ਬਾਬਰਾ ਬਹਿਰਾ ਹੂਆ ਕਾਨ, ਪਾਮਹੋ ਤੇ ਪਿੰਗਲ ਭਇਆ ਮਾਰਿਆ ਸਤਿਗੁਰ ਬਾਣ। ਜਦੋਂ ਮੇਰੇ ਸਤਿਗੁਰ ਪਾਤਸ਼ਾਹ ਜੀ ਨੇ ਆਪਣੇ ਬਚਨਾਂ ਦਾ ਸ਼ਬਦ ਰੂਪੀ ਬਾਣ ਵਿੰਨ ਕੇ ਮਾਰਿਆ ਤੇ ਜਿਸ ਮਨੁੱਖ ਦੇ ਹਿਰਦੇ ਦੇ ਵਿੱਚ ਸ਼ਬਦ ਦਾ ਬਾਣ ਵੱਜਾ, ਉਹ ਗੂੰਗਾ ਵੀ ਹੋ ਗਿਆ ਤੇ ਬੋਲਾ ਵੀ ਹੋ ਗਿਆ। ਗੂੰਗਾ ਹੋ ਗਿਆ ਨਿੰਦਿਆ ਵਾਲੇ ਪਾਸਿਓਂ, ਗੂੰਗਾ ਹੋ ਗਿਆ ਹੁਣ ਇਹ ਜ਼ਬਾਨ ਕਿਸੇ ਦੀ ਨਿੰਦਿਆ ਨਹੀਂ ਕਰਦੀ। ਆਖੋ ਸਤਨਾਮ ਸ੍ਰੀ। ਉਹ ਬੋਲਾ ਹੋ ਗਿਆ, ਬੋਲਾ ਕਿਵੇਂ ਹੋ ਗਿਆ? ਉਹ ਕਹਿੰਦਾ ਮੈਂ ਕਿਸੇ ਦੀ ਬੁਰਾਈ ਨਹੀਂ ਸੁਣਨੀ, ਮੈਂ ਕਿਸੇ ਦੀ ਮਾੜੀ ਨਹੀਂ ਸੁਣਨੀ। ਨਿੰਦਿਆ ਚੁਗਲੀ ਵਾਲੇ ਪਾਸਿਓਂ ਕੰਨ ਬੋਲੇ ਹੋ ਗਏ, ਕਰਨ ਵਾਲੇ ਪਾਸਿਓਂ ਜ਼ਬਾਨ ਗੂੰਗੀ ਹੋ ਗਈ। ਹੁਣ ਇਹ ਜਿਹੜੇ ਚਰਨ ਨੇ ਨਾ, ਜਿਹਨੂੰ ਗੁਰਬਾਣੀ ਦੇ ਵਿੱਚ ਪਾਵਨ ਬਚਨ ਕਿਹਾ, ਚਰਨ ਚਲੋ, ਉਹ ਬੋਲੋ ਨਾ, ਚਰਨ ਚਲੋ। ਹੁਣ ਇਹ ਗੋਬਿੰਦ ਦੇ ਮਾਰਗ ਤੇ ਚੱਲਦੇ ਨੇ ਪਰ ਮਾੜੇ ਰਾਹ ਤੇ ਨਹੀਂ ਤੁਰਦੇ, ਕਿਉਂਕਿ ਇਹ ਪਿੰਗਲੇ ਹੋ ਗਏ। ਆਖੋ ਸਤਨਾਮ ਸ੍ਰੀ। ਹੁਣ ਆਪਾਂ ਗੁਰਬਾਣੀ ਦੇ ਵਿੱਚੋਂ ਕੀਤੇ ਨਾ ਅਰਥ ਇੱਕ ਵਾਰੀ ਫਿਰ ਸੁਣ ਲਓ। ਕਬੀਰ ਗੂੰਗਾ ਹੂਆ ਬਾਬਰਾ ਬਹਿਰਾ ਹੂਆ, ਕੰਨ ਹੋ ਗਏ ਬੋਲੇ, ਜ਼ਬਾਨ ਹੋ ਗਈ ਗੂੰਗੀ, ਹੁਣ ਜ਼ਬਾਨ ਨਹੀਂ ਨਿੰਦਿਆ ਕਰਦੀ। ਆਖੋ ਸਤਨਾਮ ਸ੍ਰੀ। ਨਾਮ ਤੇ ਜਪਦੀ ਹੈ ਪਰ ਨਿੰਦਿਆ ਨਹੀਂ ਕਰਦੀ, ਨਿੰਦਿਆ ਵਾਲੇ ਪਾਸਿਓਂ ਜ਼ਬਾਨ ਗੂੰਗੀ, ਚੁਗਲੀ ਸੁਣਨ ਵਾਲੇ ਪਾਸਿਓਂ ਮੇਰੇ ਕੰਨ ਹੋ ਗਏ ਬੋਲੇ, ਮਾੜੇ ਪਾਸੇ ਹੁਣ ਮੇਰੀਆਂ ਲੱਤਾਂ ਨਹੀਂ ਚੱਲਦੀਆਂ, ਮਾੜੇ ਵਾਲੇ ਪਾਸੇ ਜਾਣ ਵਾਲੇ ਪਾਸਿਓਂ ਲੱਤਾਂ ਪਿੰਗਲੀਆਂ ਹੋ ਗਈਆਂ। ਇਹ ਕਦੋਂ ਹੋਇਆ? ਜਦੋਂ ਸਤਿਗੁਰੂ ਦਾ ਸ਼ਬਦ ਰੂਪੀ ਬਾਣ ਸਾਡੇ ਵੱਜ ਗਿਆ। ਆਖੋ ਸਤਨਾਮ ਸ੍ਰੀ। ਇੱਕ ਗੱਲ ਦੱਸੋ, ਜੇ ਆਪਾਂ ਗੱਲ ਕਰੀਏ ਮਾਧੋ ਦਾਸ ਦੀ ਤੇ ਕਸ਼ਮੀਰ ਦੇ ਏਰੀਏ ਦੇ ਨਾਲ ਜੋੜ ਬਣਦਾ ਕਿ ਨਹੀਂ ਬਣਦਾ, ਬੋਲੋ ਬਾਈ। ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦਾ ਸ਼ਬਦ ਦਾ ਬਾਣ ਵੱਜਾ ਸੀ, ਉਹ ਬੋਲੋ ਨਾ, ਤੇ ਬੈਰਾਗੀ ਤੋਂ ਬਣ ਗਿਆ ਸਿੰਘ, ਉਹ ਬੋਲੋ, ਬੈਰਾਗੀ ਤੋਂ ਸਿੰਘ ਬਣ ਗਿਆ, ਕਿਉਂਕਿ ਜਦੋਂ ਮੇਰੇ ਸਤਿਗੁਰੂ ਨੇ ਸ਼ਬਦਾਂ ਦਾ ਬਾਣ ਮਾਰਿਆ ਉਹ ਬੈਰਾਗੀ ਤੋਂ ਸਿੰਘ ਬਣ ਗਿਆ। ਗੱਜ ਕੇ ਆਖੋ ਸਤਨਾਮ ਸ੍ਰੀ। ਮੈਂ ਤਾਂ ਕਹਿੰਦਾ ਇਹ ਬਾਣ ਸਾਨੂੰ ਵੀ ਵੱਜੇ, ਸਾਡੀ ਜ਼ਬਾਨ ਨਿੰਦਿਆ ਵਾਲੇ ਪਾਸਿਓਂ ਗੂੰਗੀ ਹੋ ਜੇ, ਕੰਨ ਨਿੰਦਿਆ ਚੁਗਲੀ ਵਾਲੇ ਪਾਸਿਓਂ ਗੋਲੇ ਹੋ ਜਾਣ, ਮਾੜੇ ਪਾਸਿਓਂ ਚੱਲਣ ਵੇਲੇ ਲੱਤਾਂ ਜਿਹੜੀਆਂ ਨੇ ਪਿੰਗਲੀਆਂ ਹੋ ਜਾਣ ਤੇ ਬੰਦਾ ਆਪਣੀ ਮੌਜ ਦੇ ਵਿੱਚ ਹੋ ਜੇ, ਜਿਹਨੂੰ ਲੋਕੀ ਕਹਿੰਦੇ ਬੌਰਾ ਹੋ ਗਿਆ। ਆਖੋ ਸਤਨਾਮ ਸ੍ਰੀ। ਵਾਹਿਗੁਰੂ। ਕਦੀ ਚੇਤੇ ਰੱਖਿਆ ਜੇ ਕਿਤੇ ਛੱਜੂ ਇਹ ਤੇ ਨਹੀਂ ਸੀ? ਜਦੋਂ ਸਤਿਗੁਰੂ ਸ਼ਬਦ ਦਾ ਬਾਣ ਮਾਰਦੇ ਨੇ, ਇੱਕ ਤੁਹਾਨੂੰ ਉਦਾਹਰਨ ਹੋਰ ਦਿੰਦਾ ਮੈਂ। ਤੁਸੀਂ ਬੜੇ ਵਾਰੀ ਨਾਮ ਸੁਣਿਆ ਸੱਜਣ ਠੱਗ ਦਾ। ਵੈਸੇ ਮੈਂ ਅਕਸਰ ਇਹ ਗੱਲ ਕਹਿੰਦਾ ਹੁੰਦਾ ਵਾਂ, ਮੈਂ ਕਿਹਾ ਹੁਣ ਨਾ ਠੱਗਿਆ ਕਰੋ। ਉਹ ਠੱਗ ਸੀ, ਹਰ ਬੰਦੇ ਦਾ ਇੱਕ ਪਾਸਟ ਹੁੰਦਾ, ਮੇਰਾ ਵੀ ਇੱਕ ਪਾਸਟ ਹੈ, ਤੁਹਾਡਾ ਵੀ ਇੱਕ ਪਾਸਟ ਹੈ, ਬੋਲੋ ਬਈ, ਹੈ ਕਿ ਨਹੀਂ? ਹਰ ਬੰਦੇ ਦਾ ਇੱਕ ਪਾਸਟ ਹੁੰਦਾ, ਵੱਖਰੀ ਗੱਲ ਦੱਸਣਾ ਆਪਾਂ ਨਹੀਂ ਚਾਹੁੰਦੇ, ਆਪਾਂ ਪਰਦਾ ਪਾਉਣਾ ਚਾਹੁੰਦੇ ਹਾਂ, ਪਰ ਹੈ ਤੇ ਹੈ ਨਾ ਹਰ ਬੰਦੇ ਦਾ ਇੱਕ ਪਾਸਟ। ਹੁਣ ਠੱਗ ਸੀ, ਉਹਦਾ ਪਾਸਟ ਸੀ ਠੱਗੀਆਂ ਕਰਨਾ, ਤੇ ਜੇ ਅੱਜ ਉਹਨੂੰ ਕੋਈ ਗੁਰੂ ਦੀ ਗੋਦੀ ਵਿੱਚ ਕਵੇ ਵੀ ਸੱਜਣ ਠੱਗ, ਤੇ ਤੁਹਾਨੂੰ ਲੱਗਦਾ ਵੀ ਆਪਾਂ ਇਤਿਹਾਸ ਦੇ ਨਾਲ ਇਨਸਾਫ ਨਹੀਂ ਕਰਦੇ? ਨਹੀਂ ਕਰਦੇ ਨਾ। ਤੇ ਜੇ ਕੋਈ ਭੂਮੀਏ ਨੂੰ ਅੱਜ ਚੋਰ ਕਵੇ ਤੇ ਆਪਾਂ ਇਤਿਹਾਸ ਦੇ ਨਾਲ ਇਨਸਾਫ ਨਹੀਂ ਕਰਦੇ ਪਏ? ਬੋਲੋ ਭਾਈ, ਨਹੀਂ ਹੋ ਰਿਹਾ ਨਾ ਇਨਸਾਫ। ਹੁਣ ਚੇਤੇ ਰੱਖਿਆ ਜੇ ਤੁਲੰਬੇ ਦਾ ਰਹਿਣ ਵਾਲਾ
ਤੇ ਇਹਨੇ ਕਿਆ ਕੀਤਾ, ਇੱਕ ਧਰਮਸ਼ਾਲਾ ਟਾਈਪ ਬਣਾ ਲਈ। ਮੈਂ ਦੱਸਦਾ ਵੀ ਜਦੋਂ ਮੇਰੇ ਸਤਿਗੁਰੂ ਦਾ ਬਾਣ ਵੱਜਦਾ ਨਾ ਤੇ ਬੰਦਾ ਪਿੰਗਲਾ ਹੋ ਜਾਂਦਾ। ਇਹਨੇ ਧਰਮਸ਼ਾਲਾ ਵੀ ਬਣਾਈ ਤੇ ਧਰਮਸ਼ਾਲਾ ਦੇ ਵਿੱਚ ਬਸਤਰ ਵੀ ਉਹੋ ਜਿਹੇ ਪਾਏ ਚਿੱਟੇ ਰੰਗ ਦੇ। ਪਰ ਚੇਤੇ ਰੱਖਿਆ ਜੇ ਹਰ ਚਿੱਟੇ ਬਸਤਰ ਵਾਲਾ, ਜ਼ਰੂਰੀ ਨਹੀਂ ਕਿ ਉਹਦੀ ਸੋਚ ਵੀ ਚਿੱਟੀ ਹੋਵੇ। ਗੁਰਬਾਣੀ ਦਾ ਪਾਵਨ ਬਚਨ ਹੈ, ਫਰੀਦਾ ਕੰਨ ਮੁਸੱਲਾ ਸੂਫ ਗਲ ਦਿਲ ਕਾਤੀ ਗੁੜਵਾਤ ਬਾਹਰ ਦਿਸੈ ਚਾਨਣਾ ਦਿਲ ਅੰਧਿਆਰੀ ਰਾਤ। ਕਈ ਵਾਰੀ ਅਸੀਂ ਬਾਹਰੋਂ ਚਾਨਣ ਹੁੰਦੇ ਹਾਂ, ਅੰਦਰ ਤੇ ਸਾਡੇ ਹਨੇਰਾ ਹੀ ਹੁੰਦਾ। ਅੱਗੋਂ ਸਤਨਾਮ ਸ੍ਰੀ ਤੇ ਇੱਕ ਗੁਰਮੁਖ ਹੋਰ ਚੇਤੇ ਰੱਖਿਆ, ਜੇ ਕੱਪੜੇ ਨਾਲ ਕੋਈ ਸੰਤ ਨਹੀਂ ਬਣਦਾ, ਜਾਂ ਇੰਝ ਕਹ ਲਓ ਵੀ ਕੱਪੜਾ ਕਦੀ ਕਿਸੇ ਨੂੰ ਸੰਤ ਨਹੀਂ ਬਣਾਉਂਦਾ। ਤੁਹਾਡੀ ਸੋਚ ਜਦੋਂ ਸੱਤ ਨਾਲ ਜੁੜ ਜਾਂਦੀ ਤੁਸੀਂ ਉਦੋਂ ਸੰਤ ਬਣਦੇ ਹੋ। ਬੋਲੋ ਭਾਈ, ਅਸਲ ਦੇ ਵਿੱਚ ਕੱਪੜਾ ਮੈਂ ਜੇ ਚਿੱਟਾ ਕੱਪੜਾ ਕੁੜਤਾ ਪਾ ਕੇ ਮੈਂ ਕਥਾ ਕਰਤੀ ਤੇ ਤਾਂ ਕੋਈ ਨਹੀਂ, ਤੇ ਜੇ ਕੱਲ੍ਹ ਨੂੰ ਮੈਂ ਕਾਲਾ ਕੁੜਤਾ ਪਾ ਕੇ ਕਥਾ ਕਰਤੀ ਰਹਾਂਗਾ ਤੇ ਕਥਾ ਬਚ ਕੇ। ਬੋਲੋ ਭਾਈ ਕਿ ਕੱਪੜੇ ਦੇ ਰੰਗ ਦੇ ਨਾਲ ਮੇਰੇ ਵਿਚਾਰ ਤੇ ਨਹੀਂ ਬਦਲ ਜਾਣੇ? ਨਹੀਂ ਬਦਲਦੇ ਨਾ। ਅਸਲ ਦੇ ਵਿੱਚ ਤਾਂ ਸੋਚ ਬਦਲਣੀ ਪੈਣੀ ਹੈ। ਹੁਣ ਇਹ ਠੱਗੀਆਂ ਬਹੁਤ ਵੱਡੀਆਂ ਕਰਦਾ, ਦੁਨੀਆਂ ਨੂੰ ਠੱਗਦਾ ਪਿਆ, ਲੁੱਟਦਾ ਪਿਆ, ਐਵੀਡੈਂਸ ਖਤਮ ਕਰਨ ਦੇ ਲਈ ਮਾਰ ਵੀ ਦਿੰਦਾ। ਜਦੋਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਇੱਥੇ ਆਏ ਆ ਨਾ ਤੁਲੰਬੇ ਦੀ ਧਰਤੀ ਤੇ, ਤੇ ਕੁਛ ਲੋਕਾਂ ਨੇ ਮੇਰੇ ਬਾਬੇ ਨੂੰ ਰੋਕਿਆ, ਕਹਿੰਦੇ ਬਾਬਾ ਜੀ ਇੱਧਰ ਨਹੀਂ ਜਾਣਾ। ਤੇ ਮੇਰੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਵੀ ਇੱਧਰ ਕਿਉਂ ਨਹੀਂ ਜਾਣਾ? ਕਹਿੰਦੇ ਬਾਬਾ ਜੀ ਠੱਗ ਰਹਿੰਦਾ, ਲੋਕਾਂ ਨੂੰ ਠੱਗ ਲੈਂਦਾ ਤੇ ਠੱਗਣ ਤੋਂ ਬਾਅਦ ਮਾਰ ਵੀ ਇੱਥੇ ਦਿੰਦਾ। ਤੇ ਮੇਰੇ ਗੁਰੂ ਨਾਨਕ ਦੀ ਸੋਚ ਵੇਖੋ ਕੈਸੀ। ਇੱਕ ਮੈਂ ਤੁਹਾਨੂੰ ਹੋਰ ਬੇਨਤੀ ਕਰਾਂ, ਮੈਨੂੰ ਨਾ ਇੱਕ ਵਾਰੀ ਇੱਕ ਸੱਜਣ ਮਿਲਿਆ, ਤੁਹਾਡੇ ਕਥਾ ਵਾਚਕ ਵੀ ਬੜੇ ਸੁਲਝੇ ਹੋਏ ਨੇ, ਬਿਬੇਕੀ ਸਿੰਘ ਨੇ, ਇਹ ਤੁਹਾਡੇ ਤੇ ਕਿਰਪਾ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਬੇਨਤੀ ਕਰਦਾ ਮੈਂ। ਮੈਨੂੰ ਇੱਕ ਵਾਰੀ ਇੱਕ ਸੱਜਣ ਮਿਲਿਆ, ਮੈਨੂੰ ਕਹਿੰਦਾ ਜੀ ਮੈਨੂੰ ਕੋਈ ਨਾ ਪੜ੍ਹਨ ਵਾਸਤੇ ਕਿਤਾਬ ਦਿਓ, ਭੈਣੋ ਬਸ ਆਪਾਂ 20 ਮਿੰਟ ਹੋਰ ਲਾਉਣੇ ਆ, ਇਕਾਗਰਤਾ ਪੂਰੀ ਬਣਾ ਕੇ ਰੱਖਿਆ ਜੀ ਮੇਰੀਆਂ ਭੈਣਾਂ ਤੇ ਮੇਰੇ ਵੀਰ। ਤੇ ਮੈਂ ਉਹਨੂੰ ਕਹਿ ਦਿੱਤਾ, ਮੈਂ ਕਿਹਾ ਜੀ ਤੁਸੀਂ ਇਸ ਤਰ੍ਹਾਂ ਕਰੋ, ਮੈਨੂੰ ਕੱਲ੍ਹ ਮਿਲੋ ਜਾਂ ਮੇਰੇ ਘਰ ਆ ਜਾਓ, ਮੈਂ ਤੁਹਾਨੂੰ ਇੱਕ ਕਿਤਾਬ ਦੇ ਦਿਆਂਗਾ ਤੇ ਤੁਸੀਂ ਪੜ੍ਹ ਦਿਆ ਜੇ। ਪਰ ਵੈਸੇ ਇੱਕ ਬੇਨਤੀ ਕਰਾਂ, ਮੇਰਾ ਨਾ ਨਿੱਜੀ ਇੱਕ ਤਜਰਬਾ ਬੜਾ ਹੋ ਗਿਆ, ਜਿਹਨੂੰ ਮੁਖਤ ਦੀ ਕਿਤਾਬ ਦੇ ਦਿਓ ਉਹ ਪੜ੍ਹਦਾ ਹੀ ਨਹੀਂ ਜੀ। ਬੋਲੋ ਸੱਚ ਹੈ? ਆ ਵੀਰਾਂ ਨੂੰ ਪੁੱਛ ਕੇ ਵੇਖ ਲਓ, ਲਿਟਰੇਚਰ ਤੁਸੀਂ ਵੰਡ ਕੇ ਵੇਖ ਲਓ, ਜਿਹਨੂੰ ਮੁਖਤ ਦਾ ਮਿਲ ਗਿਆ ਉਹ ਨਹੀਂ ਪੜ੍ਹਦਾ। ਪਰ ਹੁਣ ਇਹ ਵੀ ਨਹੀਂ ਕਹਿ ਸਕਦੇ ਕਿਤਾਬ ਦੇ ਕੇ ਵੀ ਭਾਈ ਪਹਿਲਾਂ 50 ਰੁਪਈਏ ਦੇ, ਬੋਲੋ ਵੀ ਇਹ ਵੀ ਨਹੀਂ ਨਾ ਕਹਿ ਸਕਦੇ। ਇੱਕ ਸਟੇਟਸ ਬਣਿਆ ਹੁੰਦਾ, ਅਗਲਾ ਕਹਿੰਦਾ ਲੈ ਮਖੂ ਏਡਾ ਵੱਡਾ ਬੁਲਾਰਾ ਆਪਣੇ ਆਪ ਨੂੰ ਬਣਿਆ ਫਿਰਦਾ ਹੈ ਨਾ, ਤੇ ਕਰਤੂਤ ਇਹਦੀ ਆ, ਇੱਕ ਕਿਤਾਬ ਕੀ ਦੇਤੀ, ਨਾਲ ਹੀ ਕਹਿੰਦਾ 50 ਰੁਪਈਏ ਤਲੀ ਤੇ ਰੱਖ। ਬੋਲੋ ਵੀ ਇੰਜ ਕਹਿਣਗੇ ਨਾ? ਤੇ ਵੇਖਣਾ ਪਏਗਾ ਮੈਨੂੰ ਵੀ ਆਪਣੇ ਆਪ ਨੂੰ ਵੀ, ਸੋਸਾਇਟੀ ਮੇਨਟੇਨ ਕਰਨੀ ਪਏਗੀ, ਸਾਰਾ ਕੁਝ ਵੇਖਣਾ ਪਏਗਾ। ਹੁਣ ਧਿਆਨ ਦਿਆ ਜੇ ਹੋਇਆ ਕਿਆ, ਮੈਨੂੰ ਕਹਿੰਦੇ ਇੱਕ ਕਿਤਾਬ ਦੇ ਦਿਓ ਮੈਂ ਪੜ੍ਹਨੀ ਚਾਹੁੰਦਾ ਵਾਂ। ਤੇ ਮੈਂ ਕਿਹਾ ਵੀ ਚਲੋ ਇਹਨਾਂ ਨੂੰ ਨਾ ਪ੍ਰੋਫੈਸਰ ਸਾਹਿਬ ਸਿੰਘ ਨੇ ਜੋ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਇਤਿਹਾਸ ਲਿਖਿਆ ਇੱਕ ਵਾਰੀ ਉਹ ਦੇ ਦਈਏ। ਮੈਂ ਕਿਤਾਬ ਦੇ ਦਿੱਤੀ, 15 ਕੁ ਦਿਨਾਂ ਮਗਰੋਂ ਮੈਂ ਪੁੱਛਿਆ, ਮੈਂ ਕਿਹਾ ਪੜ੍ਹੀ ਹੈ? ਭਾਜੀ ਮੈਂ ਨਾ ਵਿਹਲਾ ਨਹੀਂ ਹੋਇਆ, ਜਿੱਦਣ ਮਾੜਾ ਜਿਹਾ ਟਾਈਮ ਲੱਗਾ ਮੈਂ ਤੇ ਇੱਕ ਦਿਨ 'ਚ ਪੜ੍ਹ ਦੇਣੀ ਹੈ। ਚਲੋ ਮੈਨੂੰ ਫਿਰ 15 ਕੁ ਦਿਨਾਂ ਮਗਰੋਂ ਮਿਲ ਪਿਆ, ਮੈਂ ਕਿਹਾ ਭਾਜੀ ਕਿਤਾਬ ਪੜ੍ਹੀ ਹੈ? ਮੈਂ ਨਾ ਬਸ ਉਹਦੇ ਸ਼ੁਰੂਆਤ ਲੱਗਾ ਸੀ ਕਰਨ, ਤੇ ਉਦਣ ਮੈਨੂੰ ਕੋਈ ਰੁਝੇਵਾ ਪੈ ਗਿਆ, ਬਸ ਛੇਤੀ ਮੈਂ ਪੜ੍ਹਦਾ, ਜਿੱਦਣ ਮੇਰਾ ਵਿਹਲ ਲੱਗ ਗਿਆ ਮੈਂ ਤੇ ਇੱਕ ਦਿਨ 'ਚ ਪੜ੍ਹ ਦੇਣੀ ਹੈ। ਹੁਣ ਗੱਲ ਪੜ੍ਹਨੀ ਵੀ ਨਹੀਂ ਨਾ ਹੁੰਦੀ, ਗੱਲ ਤੇ ਕਮਾਉਣੀ ਵੀ ਹੁੰਦੀ ਵਿੱਚੋਂ। ਇੱਕ ਦਿਨ ਮਿਲ ਪਿਆ, ਮੈਂ ਕਿਹਾ ਕਿਤਾਬ ਪੜ੍ਹੀ ਹੈ? ਕਹਿੰਦਾ ਸ਼ੁਰੂਆਤ ਕਰ ਲਈ। ਮੈਂ ਕਿਹਾ ਚਲੋ ਚੰਗੀ ਸ਼ੁਰੂਆਤ ਹੋਈ ਹੈ। ਇੱਕ ਦਿਨ ਮੈਨੂੰ ਆਪੇ ਮਿਲਿਆ, ਜਿੱਦਣ ਹੁਣ ਕੰਮ ਕੀਤਾ ਹੋਵੇ ਉਦਣ ਆਪੇ ਮਿਲਦਾ ਨਾ ਬੰਦਾ। ਬੋਲੋ ਬਈ, ਆਪੇ ਮਿਲਿਆ ਮੈਨੂੰ, ਕਹਿੰਦਾ ਭਾਜੀ ਮੈਂ ਸਾਰੀ ਕਿਤਾਬ ਪੜ੍ਹਦੀ। ਤੇ ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਕਿਤਾਬ ਦਾ ਨਿਚੋੜ ਕੀ ਕੱਢਿਆ? ਉਹਨੇ ਜਿਹੜਾ ਨਿਚੋੜ ਦੱਸਿਆ, ਸੱਚੀ ਮੁੱਚੀ ਮੈਂ ਕਹਿੰਦਾ ਮੈਂ ਇੱਕ ਵਾਰੀ ਸ਼ਰਮਸਾਰ ਹੋ ਗਿਆ।
ਹੁਣ ਤੁਸੀਂ ਪੁੱਛੋਗੇ ਵੀ ਕਿਤਾਬ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਪੜ੍ਹੀ ਹੈ ਤੇ ਤੈਨੂੰ ਤੇ ਸਗੋਂ ਵਡਿਆਈ ਮਿਲਣੀ ਚਾਹੀਦੀ ਹੈ ਵੀ ਤੂੰ ਕਿਤਾਬ ਦਿੱਤੀ ਬੰਦਾ ਕਿਤਾਬ ਪੜ੍ਹ ਗਿਆ ਵੀ ਤੂੰ ਸ਼ਰਮਸਾਰ ਕਿਉਂ ਹੋਇਆ? ਸੁਣਿਆ ਤੇ ਭੈਣੋ ਹੈਰਾਨਗੀ ਦੀ ਗੱਲ। ਮੈਂ ਪੁੱਛਿਆ, ਮੈਂ ਕਿਹਾ ਭਾਜੀ ਕਿਤਾਬ ਪੜ੍ਹੀ ਤੇ ਨਤੀਜਾ ਕੀ ਕੱਢਿਆ? ਕਹਿੰਦਾ ਨਤੀਜਾ ਮੈਂ ਕਿਤਾਬ ਦਾ ਇਹ ਕੱਢਿਆ ਵੀ ਮੇਰਾ ਬਾਬਾ ਨਾਨਕ ਕਿਸੇ ਚੱਜ ਦੇ ਬੰਦੇ ਕੋਲ ਗਿਆ ਹੀ ਨਹੀਂ। ਉਹਦਾ ਉਹਦੀ ਸੋਚ ਹੈ, ਆਪਾਂ ਰਿਜ਼ਲਟ ਦਿੰਦੇ ਹਾਂ ਵੀ ਕਿਉਂ। ਕਹਿੰਦਾ ਮੈਂ ਕਿਤਾਬ ਪੜ੍ਹੀ, ਮੈਂ ਨਿਚੋੜ ਕੱਢਿਆ ਵੀ ਬਾਬਾ ਨਾਨਕ ਮੇਰਾ ਬਾਬਾ ਕਿਸੇ ਚੱਜ ਦੇ ਬੰਦੇ ਕੋਲ ਗਿਆ ਹੀ ਨਹੀਂ। ਚਲੋ ਇੱਕ ਪੱਖ ਇਹ ਹੈ। ਮੈਂ ਮਨ 'ਚ ਸੋਚਿਆ, ਮੈਂ ਕਿਹਾ ਵੀ ਮੈਨੂੰ ਅੱਧਾ ਘੰਟਾ ਲਾਉਣਾ ਪੈਣਾ, ਜੇ ਅੱਧਾ ਘੰਟਾ ਨਾ ਲਾਇਆ ਤੇ ਜੇ ਕਿਸੇ ਹੋਰ ਨੂੰ ਕਹਿ ਦਿੱਤਾ ਉਹਨਾਂ ਕਹਿਣਾ ਪਤਾ ਨਹੀਂ ਮਖੂ ਨੇ ਕੀ ਪੜ੍ਹਾਤਾ। ਬੋਲੋ ਬਈ, ਗੱਲ ਆਊ ਮੇਰੇ ਤੇ? ਮੈਂ ਕਿਹਾ ਵੀ ਇੱਥੇ ਬਹਿ, ਇਹ ਗੱਲ ਤੈਨੂੰ ਕਹਿਣੀ ਕਿਉਂ ਪਈ? ਕਹਿੰਦਾ ਜੀ ਮੈਂ ਪੜ੍ਹਿਆ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਿਤੇ ਠੱਗ ਦੇ ਕੋਲ ਜਾਂਦੇ ਨੇ, ਕਿਤੇ ਚੋਰ ਦੇ ਕੋਲ ਜਾਂਦੇ ਨੇ। ਬੋਲੋ ਬਈ, ਸੱਚ ਹੈ? ਮੈਂ ਕਿਹਾ ਫਿਰ ਇਹਦਾ ਮੈਂ ਜਵਾਬ ਦੇਣਾ, ਮੇਰੇ ਗੁਰੂ ਨਾਨਕ ਦੀ ਸੋਚ ਕੈਸੀ ਹੈ? ਬਾਬਾ ਕਹਿੰਦਾ ਵੀ ਜਿਹੜਾ ਇਨਸਾਨ ਸਹੀ ਟਰੈਕ ਤੇ ਚੱਲਦਾ ਪਿਆ ਉਹਦੇ ਕੋਲੇ ਜਾਣਾ, ਉਹਦੇ ਕੋਲੇ ਬਹਿਣਾ ਮੀਨਸ ਉਹਦਾ ਟਾਈਮ ਵੇਸਟ ਕਰਨਾ। ਤੇ ਬਾਬਾ ਜੀ ਕਹਿੰਦੇ ਵੀ ਮੈਨੂੰ ਇੰਜ ਲੱਗਦਾ ਦਵਾਈ ਦੀ ਲੋੜ ਮਰੀਜ਼ਾਂ ਨੂੰ ਹੁੰਦੀ। ਬੋਲੋ ਬਈ, ਆਖੋ ਸਤਨਾਮ ਸ੍ਰੀ। ਦਵਾਈ ਦੀ ਲੋੜ ਮਰੀਜ਼ਾਂ ਨੂੰ ਹੁੰਦੀ ਹੈ ਤੇ ਮੈਂ ਕਿਹਾ ਮੈਨੂੰ ਲੱਗਦਾ ਮਰੀਜ਼ਾਂ ਦੇ ਕੋਲ ਮੇਰਾ ਬਾਬਾ ਆਪ ਸ਼ਬਦ ਦੀ ਦਵਾਈ ਲੈ ਕੇ ਜਾਂਦਾ ਪਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਮੇਰੇ ਗੁਰੂ ਨਾਨਕ ਦੀ ਖਾਸੀਅਤ ਹੈ। ਹੁਣ ਮੈਂ ਕਹਿੰਦਾ ਮੇਰੀ ਮਾਂ 1.5 ਸਾਲ ਪਹਿਲਾਂ ਦੁਨੀਆਂ ਤੋਂ ਚਲੀ ਗਈ। ਮੇਰੀ ਮਾਂ ਅਕਸਰ ਕੀ ਮੈਂ ਕਥਾਵਾਚਕ ਬਣ ਗਿਆ, ਦੁਨੀਆਂ ਦੇ ਵਿੱਚ ਬੜਾ ਦੂਰ ਦੂਰ ਤੱਕ ਚਲਾ ਗਿਆ। ਮੇਰੀ ਮਾਂ ਲਾਸਟ ਟਾਈਮ ਤੱਕ ਮੈਨੂੰ ਇੱਕ ਗੱਲ ਕਹਿੰਦੀ ਰਹੀ ਹੈ, ਪੁੱਤ ਮਾੜੀ ਸੰਗਤ ਤੋਂ ਬਚਣਾ, ਮਾੜੀ ਸੰਗਤ ਤੋਂ ਦੂਰ ਰਹਿਣਾ। ਹੁਣ ਮੈਂ ਕਈ ਵਾਰੀ ਸੋਚਦਾ ਹੁੰਦਾ ਵੀ ਮੇਰਾ ਗੁਰੂ ਨਾਨਕ ਕਹਿੰਦਾ ਵੀ ਤੇਰਾ ਮਾੜੀ ਸੰਗਤ ਵਿੱਚ ਜਾਣਾ ਬਣਦਾ ਹੈ। ਉਹ ਬੋਲੋ, ਹੁਣ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਵਿਚਾਰ ਦਾ ਤੇ ਸਾਡੇ ਪਰਿਵਾਰਾਂ ਦੀ ਵਿਚਾਰ ਦਾ ਚੜ੍ਹਦੇ ਲਹਿੰਦੇ ਦਾ ਫਰਕ ਹੈ। ਤੁਹਾਡੇ ਮਾਪਿਆਂ ਨੇ ਤੁਹਾਨੂੰ ਸਮਝਾਇਆ ਵੀ ਮਾੜੀ ਸੰਗਤ ਤੋਂ ਦੂਰ ਰਹੋ। ਮੇਰਾ ਬਾਬਾ ਕਹਿੰਦਾ ਨਹੀਂ, ਤੁਹਾਡੀ ਮਾੜੀ ਸੰਗਤ ਨੂੰ ਲੋੜ ਹੈ, ਮਾੜੀ ਸੰਗਤ ਦੇ ਵਿੱਚ ਜਾਓ। ਨਹੀਂ ਸਮਝੀ? ਇੱਕ ਉਦਾਹਰਨ ਦਿੰਦਾ ਮੈਂ ਤੁਹਾਨੂੰ, ਬਚਪਨ ਤੋਂ ਲੈ ਕੇ ਆਪਾਂ ਨੂੰ ਅੱਜ ਤੱਕ ਕੀ ਕਿਹਾ ਗਿਆ? ਬਚਪਨ ਤੋਂ ਲੈ ਕੇ ਆਪਾਂ ਨੂੰ ਅੱਜ ਤੱਕ ਕੀ ਕਿਹਾ ਗਿਆ? ਮਾੜੀ ਸੰਗਤ ਦੂਰ। ਹੁਣ ਇੱਥੇ ਜਿਹੜੇ ਲੋਕ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਨਗਰ ਤੋਂ ਬਾਹਰ ਮਿਲੇ ਨੇ, ਉਹ ਪਤਾ ਕੀ ਕਹਿੰਦੇ? ਕਹਿੰਦੇ ਬਾਬਾ ਇੱਧਰ ਨਾ ਜਾ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਕਿਉਂ ਨਾ ਜਾਵਾਂ? ਕਹਿੰਦੇ ਠੱਗ ਰਹਿੰਦਾ ਲੋਕਾਂ ਨੂੰ, ਠੱਗਦਾ ਤੁਹਾਨੂੰ ਵੀ ਠੱਗੇਗਾ, ਮਾਰ ਦਿੰਦਾ। ਪਾਤਸ਼ਾਹ ਕਹਿੰਦੇ ਫਿਰ ਮੇਰਾ ਜਾਣਾ ਇੱਥੇ ਜ਼ਰੂਰੀ ਹੈ। ਕਹਿੰਦੇ ਨਹੀਂ ਬਚੋ। ਸਾਹਿਬ ਜੀ ਕਹਿੰਦੇ ਜੇ ਮੇਰੇ ਤੋਂ ਬਾਅਦ ਕੋਈ ਰਗੜਿਆ ਗਿਆ ਫੇਰ? ਬੋਲੋ ਬਈ, ਮੈਂ ਬਚ ਜਾਵਾਂਗਾ, ਪਰ ਜੇ ਮੇਰੇ ਤੋਂ ਬਾਅਦ ਕੋਈ ਮਾਰਿਆ ਗਿਆ ਫੇਰ? ਮੇਰੇ ਪਾਤਸ਼ਾਹ ਕਹਿੰਦੇ ਤੁਸੀਂ ਮੈਨੂੰ ਜਾਣ ਦਿਓ, ਮੈਂ ਮਸਲਾ ਹੱਲ ਕਰਕੇ ਆਉਣਾ ਵਾਂ। ਉਸੇ ਤੁਕ ਦੀ ਵਿਆਖਿਆ ਚੱਲ ਰਹੀ ਹੈ, ਪਾਵ ਹੋ ਤੇ ਪਿੰਗਲ ਭਾਇਆ ਮਾਰਿਆ ਸਤਿਗੁਰ। ਉਹ ਬੋਲੋ ਨਾ, ਮੈਨੂੰ ਲੱਗਦਾ 10:45 ਹੋ ਗਏ, ਆਵਾਜ਼ ਤੁਹਾਡੀ ਵੀ ਮੱਧਮ ਹੋ ਗਈ ਹੈ, ਪਰ ਇੱਕ ਚੇਤਾ ਰੱਖਿਆ ਜੇ 20 ਸਾਲ ਹੋ ਗਏ ਕਥਾ ਕਰਦੇ ਨੂੰ, ਤਜਰਬਾ ਮੇਰਾ ਪਤਾ ਕੀ ਬੋਲਦਾ ਹੈ। ਜਿਨ੍ਹਾਂ ਨੇ ਲੰਗਰ ਛੱਕ ਕੇ ਬਾਹਰੇ ਬਾਹਰ ਜਾਣਾ ਹੁੰਦਾ ਉਹ 9 ਵਜੇ ਤੋਂ ਪਹਿਲਾਂ ਪਹਿਲਾਂ ਕਰੀਬ ਨਿਕਲ ਜਾਂਦੇ ਆ, ਸੱਚ ਹੈ? ਤੇ ਜਿਹੜੇ 10:45 ਤੱਕ ਬਹਿ ਜਾਂਦੇ ਆ ਉਹ ਫਿਰ ਜਾਣੇ ਨਹੀਂ ਆਉਂਦੇ, ਉਹ ਸਮਾਪਤੀ ਵੇਲੇ ਜਾਂਦੇ ਆ, ਸੱਚ ਹੈ ਕਿ ਨਹੀਂ? ਹੈ ਨਾ, ਹੁਣ ਤੁਸੀਂ ਉੱਠਣ ਵਾਲੇ ਹੈ ਨਹੀਂ, ਮੈਨੂੰ ਲੱਗਦਾ ਨਹੀਂ ਉੱਠੋਗੇ, ਤੇ ਮੈਂ ਫਿਰ ਆਪਣਾ ਸਮਾਂ ਤੇ ਲਾਵਾਂਗਾ ਨਾ ਜੀ। ਸੰਗਤ 'ਚ ਵਿਚਰ ਵਿਚ ਕੇ ਸਾਨੂੰ ਇਹ ਤਜਰਬੇ ਹੋ ਜਾਂਦੇ ਆ, ਇਸ ਕਰਕੇ ਸੰਗਤ ਜੀ ਬੜੇ ਪਿਆਰ ਦੇ ਨਾਲ ਸੁਣਿਆ ਜੀ। ਹੁਣ ਚੜ੍ਹਦੇ ਲਹਿੰਦੇ ਦਾ ਫਰਕ ਪੈ ਗਿਆ। ਉਹ ਕਹਿੰਦੇ ਬਚੋ। ਮੈਂ ਨਾ ਇੱਕ ਦਿਨ ਇੱਕ ਮਨ ਬਣਾਇਆ, ਮੈਂ ਕਿਹਾ ਵੀ ਗੁਰੂ ਨਾਨਕ ਦੇ ਘਰ ਦਾ ਪ੍ਰਚਾਰ ਕਰਦੇ ਨੂੰ ਇੰਨਾ ਲੰਮਾ ਸਮਾਂ ਹੋ ਗਿਆ, ਮੈਂ ਕਿਹਾ ਗੁਰਦੁਆਰੇ ਤੇ ਜਾਂਦੇ ਹਾਂ, ਪ੍ਰਚਾਰ ਕਰਦੇ ਹਾਂ, ਸਾਨੂੰ ਮਾਇਆ ਮਿਲਦੀ ਹੈ, ਆਪਣੇ ਘਰ ਨੂੰ ਆ ਜਾਂਦੇ ਹਾਂ,
ਇੱਕ ਦਿਨ ਮੈਂ ਮਨ ਬਣਾਇਆ, ਮੈਂ ਕਿਹਾ ਮੈਨੂੰ ਇੰਝ ਲੱਗਦਾ ਵੀ ਸਾਡੀ ਲੋੜ ਜਿਹੜੇ ਠੇਕਿਆਂ ਦੇ ਬਾਹਰ ਲਿਟਦੇ ਪਏ ਆ ਇਹਨਾਂ ਨੂੰ, ਬੋਲੋ ਬੋਲੋ ਭੈਣੋ ਸੱਚ ਹੈ ਕਿ ਨਹੀਂ? ਸ਼ਰਾਬ ਦੇ ਠੇਕੇ ਦੇ ਬਾਹਰ ਜਿਹੜੇ ਲਿਟਦੇ ਪਏ ਆ ਇਹਨਾਂ ਨੂੰ, ਮੈਂ ਕਿਹਾ ਵੀ ਜਾਣਾ ਚਾਹੀਦਾ ਇੱਥੇ, ਐਵੇਂ ਮਨ ਬਣਾਇਆ। ਮੇਰੇ ਨਾਲ ਦਾ ਮੈਨੂੰ ਕਹਿੰਦਾ, ਕਹਿੰਦਾ ਬਚੋ। ਮੈਂ ਕਿਹਾ ਜੀ ਕਿਉਂ ਕਿਉਂ ਬਚਣਾ ਚਾਹੀਦਾ? ਆਪਾਂ ਤੇ ਬਾਬੇ ਦੇ ਘਰ ਦੇ ਸ਼ਬਦ ਦਾ ਪ੍ਰਚਾਰ ਕਰਦੇ ਹਾਂ। ਇੱਕ ਵੈਸੇ ਤਜਰਬਾ ਕਰਿਆ ਜੇ ਭੈਣੋ ਤੇ ਵੀਰੋ, ਸਾਨੂੰ ਰਾਤਾਂ ਨੂੰ ਸਫ਼ਰ ਤੇ ਜਾਣਾ ਪੈਂਦਾ ਹੈ ਤੇ ਕਈ ਵਾਰੀ ਇਹੋ ਜਿਹੀ ਲੋਕੇਸ਼ਨ ਤੇ ਜਾਣਾ ਪੈਂਦਾ ਜਿੱਥੇ ਮੋਬਾਈਲ ਦੀ ਲੋਕੇਸ਼ਨ ਵੀ ਬਸ ਕਰ ਜਾਂਦੀ। ਉਹ ਕਹਿੰਦੀ ਬਸ ਜੀ ਹੁਣ ਮੈਂ ਇੰਨਾ ਕੁ ਸੇਵਾ ਕਰ ਸਕਦੀ ਹਾਂ, ਇਹਦੂ ਗਾਂਹ ਵਾਲਾ ਕੰਮ ਤੁਸੀਂ ਆਪੇ ਲੱਭੋ, ਹੈ ਨਾ? ਕਈ ਵਾਰੀ ਹੋ ਜਾਂਦਾ ਨਾ ਲੋਕੇਸ਼ਨ, ਸਾਨੂੰ ਦਰਿਆ ਏਰੀਏ ਦੇ ਵਿੱਚ ਕਈ ਵਾਰੀ ਜਾਣਾ ਪੈਂਦਾ ਪੰਜਾਬ ਦੇ, ਉਹਨਾਂ ਏਰੀਏ ਦੇ ਪਿੰਡਾਂ ਦੇ ਨਾਮ ਅਸੀਂ ਪਹਿਲੀ ਵਾਰੀ ਸੁਣੇ ਹੁੰਦੇ ਨੇ। ਹੁਣ ਜੇ ਮੰਨ ਕੇ ਚੱਲੋ ਵੀ ਸਿਆਲ ਦੇ ਦਿਨ ਹੋਣ, ਰਾਤ ਦਾ ਵੇਲਾ ਹੋਵੇ, ਤੇ ਮੰਨ ਲਓ ਮੇਰਾ ਸਮਾਗਮ ਹੈ 10 ਤੋਂ 11 ਤੇ 10 ਵਜੇ ਤੱਕ ਦੁਕਾਨਾਂ ਸਾਰੀਆਂ ਬੰਦ ਹੋ ਜਾਂਦੀਆਂ ਨੇ, ਮਠਿਆਈ ਵਾਲੀਆਂ ਦੁਕਾਨਾਂ, ਬੋਲੋ ਮਠਿਆਈ ਵਾਲੀਆਂ ਦੁਕਾਨਾਂ ਬੰਦ, ਸ਼ਟਰ ਲੱਗ ਜਾਂਦਾ ਮਠਿਆਈ ਵਾਲੀ ਦੁਕਾਨਾਂ, ਕਰਿਆਨਿਆਂ ਵਾਲੀਆਂ ਦੁਕਾਨਾਂ, ਸਬਜ਼ੀ ਵਾਲੀਆਂ ਦੁਕਾਨਾਂ, ਦੁੱਧ ਵਾਲੀਆਂ ਦੁਕਾਨਾਂ, ਤੇ ਖੁੱਲੀਆਂ ਕਿਹੜੀਆਂ ਹੁੰਦੀਆਂ ਨੇ? ਹੁਣ ਤੁਸੀਂ ਬੋਲੇ ਹੋ ਨਾ, ਹੁਣ ਤੁਸੀਂ ਬੋਲੇ ਹੋ ਨਾ ਵੀ ਠੇਕੇ ਖੁੱਲੇ ਹੁੰਦੇ ਆ, ਸੱਚ ਤੁਸੀਂ ਬੋਲੇ ਹੋ ਨਾ। ਹੁਣ ਇੱਕ ਚੀਜ਼ ਨੋਟ ਕਰੋ, ਜੇ ਹੁਣ ਮੈਂ ਗੱਡੀ ਰੋਕ ਕੇ ਉੱਥੇ ਰਾਹ ਪੁੱਛਣ ਵੀ ਜਾਵਾਂਗਾ ਨਾ ਵੀ ਵੀਰ ਜੀ ਮੈਂ ਫਲਾਣੇ ਪਿੰਡ ਦੇ ਵਿੱਚ ਜਾਣਾ ਹੈ ਤੇ ਮੈਨੂੰ ਮਾੜਾ ਜਿਹਾ ਰਾਹ ਦੱਸ ਦਿਓ, ਮੇਰੀ ਲੋਕੇਸ਼ਨ ਇੱਥੇ ਆ ਕੇ ਹੱਥ ਖੜੇ ਕਰ ਗਈ, ਮੈਂ ਮੋਬਾਈਲ ਤੇ ਲੋਕੇਸ਼ਨ ਲਾਈ ਸੀ ਨੈਵੀਗੇਸ਼ਨ ਦੇ ਉੱਪਰ ਮੈਂ ਕਰ ਰਿਹਾ ਸਾਂ ਪਰ ਉਹ ਹੱਥ ਖੜੇ ਕਰ ਗਈ, ਅੱਗੇ ਕੁਛ ਨਹੀਂ ਆ ਰਿਹਾ, ਮੈਨੂੰ ਰਾਹ ਦੱਸੋ। ਤੇ ਜੇ ਕੋਈ ਦੀਵਾਨ ਦੇ ਵਿੱਚ ਗੱਡੀ ਜਾ ਰਹੀ ਹੋਵੇਗੀ ਤੇ ਮੈਨੂੰ ਇੰਜ ਕਰਕੇ ਦੇਖਣਗੇ ਤੇ ਉਹ ਫੋਟੋ ਵਾਇਰਲ ਹੋਵੇਗੀ ਤੇ ਜਦੋਂ ਤੁਹਾਡੇ ਤੱਕ ਪਹੁੰਚੇਗੀ ਤੁਸੀਂ ਵੀ ਕਹੋਗੇ ਸ੍ਰੀਨਗਰ ਇੱਕ ਵਾਰੀ ਸੱਦ ਕੇ ਗਲਤੀ ਤੇ ਅਸੀਂ ਵੀ ਵੱਡੀ ਕੀਤੀ ਹੈ। ਕਿਸੇ ਨੇ ਪੁੱਛਣਾ ਵੀ ਰਾਹ ਪੁੱਛਣ ਦੇ ਲਈ ਗਿਆ ਸੀ? ਬੋਲੋ ਨਾ, ਕੋਈ ਆਖੂਗਾ ਕੋਈ ਮੰਨੂਗਾ ਵੀ ਮਹੂ ਰਾਹ ਪੁੱਛਣ ਦੇ ਲਈ ਗਿਆ ਸੀ? ਜਿੰਨੇ ਵਾਇਰਲ ਕਰਨੀ ਉਹ ਨਾਲ ਹੀ ਲਿਖੂਗਾ, ਕਹਿੰਦੇ ਬੰਦਾ ਬੜਾ ਤੇਜ਼ ਹੈ, ਤਾਜ਼ੀ ਤਾਜ਼ੀ ਮਾਇਆ ਮਿਲੀ ਸੀ, ਇਹ ਪਊਆ ਲੈਣ ਗਿਆ ਹੁਣ। ਸੱਚ ਹੈ ਨਾ? ਹੁਣ ਸਾਡੀ ਸੋਚ ਖੜੀ ਕਿੱਥੇ ਗਈ ਆ? ਅੱਜ ਮੈਂ ਇਹ ਪੁੱਛਣਾ ਚਾਹੁੰਦਾ ਵਾ, ਉਹ ਧੰਨ ਹੈ ਗੁਰੂ ਨਾਨਕ ਪਾਤਸ਼ਾਹ ਮਹਾਰਾਜ। ਵੈਸੇ ਮਰੀਜ਼ ਹਸਪਤਾਲ ਦੇ ਵਿੱਚ ਜਾਂਦਾ, ਹਸਪਤਾਲ ਮਰੀਜ਼ ਦੇ ਕੋਲ ਤੇ ਨਹੀਂ ਆਉਂਦਾ, ਨਹੀਂ ਆਉਂਦਾ ਨਾ? ਤੇ ਗੁਰੂ ਨਾਨਕ ਕੈਸੇ ਨੇ? ਆਪ ਚੱਲ ਕੇ ਜਾਂਦੇ ਆ ਸੱਜਣ ਦਾ ਉਧਾਰ ਕਰਨ ਲਈ। ਸੱਜਣ ਗੁਰੂ ਨਾਨਕ ਕੋਲ ਚੱਲ ਕੇ ਨਹੀਂ ਆਇਆ, ਗੁਰੂ ਨਾਨਕ ਆਪ ਸੱਜਣ ਦੇ, ਉਹ ਬੋਲੋ ਸਿੱਖੋ ਜਵਾਬ ਦੇ ਦਿਓ, ਸੱਜਣ ਦੇ ਕੋਲ ਜਾਂਦੇ ਆ। ਭੂਮੀਆਂ ਚੱਲ ਕੇ ਨਹੀਂ ਆਇਆ, ਗੁਰੂ ਨਾਨਕ ਆਪ ਭੂਮੀਏ ਦੇ ਕੋਲ ਜਾਂਦੇ ਆ। ਇਹ ਮੇਰੇ ਗੁਰੂ ਨਾਨਕ ਦੀ ਵਡਿਆਈ ਹੈ। ਆ ਤੁਹਾਡੇ ਤੇ ਲਾਗੇ ਮਾਤਾ ਭਾਗ ਭਰੀ ਦਾ ਸਥਾਨ ਹੈ, ਬੋਲੋ ਬਈ ਮੇਰੇ ਗੁਰੂ ਨੂੰ ਕੋਈ ਖੱਦਰ ਦਾ ਘਾਟਾ ਥੋੜਾ? ਸੱਚ ਹੈ ਨਾ? ਅਸਥਾਨ ਤੇ ਤੁਹਾਡੇ ਲਾਗੇ ਹੈ ਤੇ ਮਾਤਾ ਕੀ ਕਹਿੰਦੀ ਹੈ? ਕਹਿੰਦੀ ਵੀ ਮੈਂ ਚਾਹੁੰਦੀ ਹਾਂ ਵੀ ਸਰੀਰ ਦੇ ਸਵਾਸ ਮੁੱਕਣ ਤੋਂ ਪਹਿਲਾਂ ਤੇਰੇ ਦੀਦ ਹੋ ਜਾਵੇ, ਤੇਰੇ ਦੀਦਾਰ ਹੋ ਜਾਣ ਤੇ ਮੇਰੇ ਛੇਵੇਂ ਪਾਤਸ਼ਾਹ ਮਹਾਰਾਜ ਆਏ ਆ ਨਾ ਇਸ ਧਰਤੀ ਤੇ। ਗੁਰੂ ਆਪ ਚੱਲ ਕੇ ਆਉਂਦਾ, ਇਹ ਗੁਰੂ ਨਾਨਕ ਦੇ ਘਰ ਦਾ ਵਡੱਪਣ ਹੈ। ਹੁਣ ਭੈਣੋ ਤੇ ਵੀਰੋ ਗੱਲ ਨੂੰ ਬੜੀ ਬਰੀਕੀ ਦੇ ਵਿੱਚ ਸੁਣਿਆ ਜੀ। ਲੋਕ ਕਹਿੰਦੇ ਬਾਬਾ ਜੀ ਬਚੋ ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਤੁਸੀਂ ਮੈਨੂੰ ਤੇ ਬਚਾ ਲਓਗੇ ਪਰ ਜੇ ਮੇਰੇ ਤੋਂ ਬਾਅਦ ਕੋਈ ਮਾਰਿਆ ਗਿਆ ਫੇਰ? ਤੇ ਕਹਿੰਦੇ ਤੁਸੀਂ ਤੇ ਬਚੋਗੇ ਨਾ? ਸਾਹਿਬ ਜੀ ਕਹਿੰਦੇ ਇਹ ਤੇ ਸੋਚ ਬੜੀ ਮਾੜੀ ਹੈ, ਇਹ ਸੋਚ ਤੇ ਮੈਂ ਰੱਖਦਾ ਨਹੀਂ ਵੀ ਮੈਂ ਬਚ ਜਾਵਾਂ ਮੇਰੇ ਤੋਂ ਬਾਅਦ ਕੋਈ ਮਾਰਿਆ ਜਾਵੇ। ਭੈਣੋ ਇਹ ਗੱਲ ਦੱਸੋ ਤੇ ਵੀਰੋ ਇਹ ਗੱਲ ਦੱਸੋ, ਰਸਤੇ ਦੇ ਵਿੱਚ ਹੋਵੇ ਪੱਥਰ, ਰਸਤੇ ਵਿੱਚ ਹੋਵੇ ਪੱਥਰ, ਆਪਾਂ ਕਹਿੰਦੇ ਹਾਂ ਜਾਂ ਸੱਜਿਓਂ ਦੀ ਲੰਘ ਜਾਓ ਜਾਂ ਖੱਬਿਓਂ ਦੀ ਲੰਘ ਜਾਓ ਜਾਂ ਉੱਤੋਂ ਦੀ ਲੰਘ ਜਾਓ, ਮੇਰਾ ਬਾਬਾ ਕਹਿੰਦਾ ਨਾ ਸੱਜਿਓਂ ਦੀ ਲੰਘੋ ਨਾ ਖੱਬਿਓਂ ਦੀ ਲੰਘੋ ਨਾ ਉੱਤੇ ਦੀ ਲੰਘੋ, ਪੱਥਰ ਸਾਈਡ ਤੇ ਕਰਕੇ ਉਹ ਕਿਸੇ ਦਾ ਭਲਾ ਹੋ ਜਾਏਗਾ, ਇਹੀ ਹੈ ਨਾ? ਹੁਣ ਉਹ ਕਹਿੰਦੇ ਬਾਬਾ ਜੀ ਤੁਸੀਂ ਬਚੋ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਨਾ।
ਮੈਂ ਪੱਕਾ ਹੱਲ ਕਰਕੇ ਆਉਣਾ। ਹੁਣ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜਾਂਦੇ ਆ ਉਸ ਧਰਤੀ ਤੇ, ਉਹਦੇ ਲਈ ਤੇ ਕਸਟਮਰ ਹੈ। ਬੋਲੋ, ਉਹਦੇ ਲਈ ਕੀ ਹੈ? ਕਸਟਮਰ ਹੈ। ਉਹ ਕਹਿੰਦਾ ਲੱਗਦਾ ਹੈ ਚਿਹਰੇ ਦਾ ਰੰਗ ਰੂਪ ਦੱਸਦਾ ਹੈ, ਚਿਹਰੇ ਦਾ ਰੰਗ ਰੂਪ ਦੱਸਦਾ ਹੈ, ਰੌਣਕ ਦੱਸਦੀ ਹੈ, ਕੰਮ ਖੁਸ਼ਹਾਲ ਹੈ, ਹੋਵੇਗਾ ਕੁਛ ਇਹਨਾਂ ਦੇ ਕੋਲ। ਰਾਤ ਲੰਗਰ ਪ੍ਰਸ਼ਾਦ ਵੀ ਬੜਾ ਸੋਹਣਾ ਛਕਾਇਆ, ਮਾਰਿਆ ਸਤਿਗੁਰ ਬਾਣ ਦੀ ਵਿਆਖਿਆ ਹੋ ਰਹੀ ਹੈ। ਲੰਗਰ ਪ੍ਰਸ਼ਾਦ ਵੀ ਬਹੁਤ ਸੋਹਣਾ ਛਕਾਇਆ, ਟਿਕਾਣਾ ਵੀ ਬਹੁਤ ਸੋਹਣਾ ਦਿੱਤਾ, ਸਰਾਂ ਬਹੁਤ ਸੋਹਣੀ ਦਿੱਤੀ, ਸਾਰੇ ਪ੍ਰਬੰਧ ਕੀਤੇ, ਪਰ ਇੱਕ ਇੰਤਜ਼ਾਰ ਦੇ ਵਿੱਚ ਹੈ। ਵੈਸੇ ਪੁਰਾਣੇ ਗ੍ਰੰਥ ਲਿਖਦੇ ਨੇ ਇਹਦਾ ਨਾਮ ਸੱਜਣ ਸੀ ਤੇ ਇਹਦੇ ਭਤੀਜੇ ਦਾ ਨਾਮ ਕੱਜਣ ਸੀ। ਪ੍ਰਾਚੀਨ ਗ੍ਰੰਥਾਂ ਦੇ ਵਿੱਚ ਸੱਜਣ ਤੇ ਕੱਜਣ ਦੀ ਜੋੜੀ ਲਿਖੀ ਹੈ, ਪਰ ਅਜੋਕੇ ਗ੍ਰੰਥਾਂ ਦੇ ਵਿੱਚ ਇਕੱਲੇ ਸੱਜਣ ਦਾ ਵੇਰਵਾ ਆਉਂਦਾ। ਹੁਣ ਇੰਤਜ਼ਾਰ ਦੇ ਵਿੱਚ ਹੈ ਵੀ ਕਿਸ ਵੇਲੇ ਉਹ ਜ਼ਮਾਨਾ ਦੀਵਿਆਂ ਦਾ ਹੁੰਦਾ ਸੀ ਵੀ ਦੀਵਾ ਬੰਦ ਹੁੰਦਾ ਤੇ ਮੈਂ ਇਹਨਾਂ ਦੀ ਜ਼ਿੰਦਗੀ ਦੇ ਦੀਵੇ ਬੁਝਾ ਦਿਆਂਗਾ, ਖਤਮ ਕਰ ਦਿਆਂਗਾ ਇਹਨਾਂ ਦੀ ਜ਼ਿੰਦਗੀ ਦੇ ਦੀਵੇ। ਇੰਤਜ਼ਾਰ ਦੇ ਵਿੱਚ ਹੈ, ਸਾਥੀਆਂ ਨਾਲ ਸਲਾਹ ਵੀ ਚੱਲਦੀ ਪਈ ਹੈ ਤੇ ਇੱਕ ਵਾਰੀ ਬਚਨ ਫਿਰ ਪੜੋ, ਫਿਰ ਆਪਾਂ ਵਿਚਾਰ ਨੂੰ ਅੱਗੇ ਤੋਰਦੇ ਹਾਂ। ਕਬੀਰ ਗੂੰਗਾ ਹੂਆ ਬਾਵਰਾ ਬਹਿਰਾ ਹੂਆ, ਕਾਨ ਪਾਮ ਹੋਤੇ ਪਿੰਗਲ ਭਇਆ, ਮਾਰਿਆ ਸਤਿਗੁਰ ਬਾਣ। ਜਦੋਂ ਸ਼ਬਦ ਦਾ ਬਾਣ ਵੱਜਦਾ, ਸ਼ਬਦ ਦਾ ਤੀਰ ਵੱਜਦਾ ਤੇ ਇਨਸਾਨ ਦੇ ਕੰਨ ਬੋਲੇ ਜ਼ੁਬਾਨ ਗੂੰਗੀ ਲੱਤਾਂ ਪਿੰਗਲੀਆਂ ਹੋਣ ਦੀ ਮਾੜੇ ਪਾਸੇ ਜਾਂਦੀਆਂ। ਸੱਚ ਤੇ ਇਹ ਹੁਣ ਮਾੜੇ ਰਾਹ ਦਾ ਪੰਧ ਬਣਿਆ ਹੋਇਆ ਸੱਜਣ। ਹੁਣ ਇਹ ਇੰਤਜ਼ਾਰ ਕਰਦਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਮਰਦਾਨਾ ਜੀ ਰਬਾਬ ਛੇੜੋ। ਕੀ ਕਹਿੰਦੇ ਆ ਰਬਾਬ? ਇੱਕ ਯਾਦ ਰੱਖੋ, ਜਦੋਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਇੱਥੇ ਆਏ ਨੇ, ਬ੍ਰਹਮਦਾਸ ਦਾ ਪੜਪੋਤਾ ਸੀ ਨਾ ਕਿਰਪਾ ਰਾਮ, ਇਹ ਤੇ ਤੁਹਾਨੂੰ ਹਿਸਟਰੀ ਦਾ ਪਤਾ ਹੈ। ਤੇ ਇੱਥੇ ਬ੍ਰਹਮਦਾਸ ਦੇ ਨਾਲ ਵੀ ਜਦੋਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਮਿਲਾਪ ਹੋਇਆ ਤੇ ਬੜਾ ਉਹਨੂੰ ਵੀ ਹੰਕਾਰ ਸੀ, ਮੈਂ ਬੜੇ ਗ੍ਰੰਥ ਪੜ੍ਹ ਚੁੱਕਾ ਵਾਂ, ਮੈਂ ਬੜਾ ਵਿਦਵਾਨ ਹਾਂ, ਟੱਕਰਾਂ ਮਾਰਦਾ ਫਿਰਦਾ ਸੀ। ਕਹਿੰਦਾ ਬਾਬਾ ਵਰਤੋ ਤਾਂ ਸਾਈਂ ਇੱਕ ਵਾਰੀ ਮੇਰੇ ਨਾਲ, ਵਿਚਾਰ ਤਾਂ ਕਰੋ ਨਾ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਹਰ ਉਹ ਵਿਚਾਰ ਕਰਨ ਨੂੰ ਤਿਆਰ ਆ ਜਿਸ ਵਿਚਾਰ ਦੇ ਵਿੱਚੋਂ ਕਿਸੇ ਨੂੰ ਗਿਆਨ ਮਿਲੇ ਜਾਂ ਕਿਸੇ ਦੇ ਘਰ ਦਾ ਚੁੱਲ੍ਹਾ ਬਲੇ। ਜਿਹੜਾ ਗਿਆਨ ਹੈ ਇਹ ਦੀਵੇ ਦੀ ਤਰ੍ਹਾਂ, ਭਾਵੇਂ ਤੇ ਦੀਵੇ ਨਾਲ ਕਿਸੇ ਦਾ ਘਰ ਰੋਸ਼ਨ ਨਾ ਦਿਓ ਤੇ ਭਾਵੇਂ ਕਿਸੇ ਦੇ ਘਰ ਨੂੰ ਅੱਗ ਲਾ ਦਿਓ, ਕੰਮ ਤੇ ਦੋਵੇਂ ਹੋ ਸਕਦੇ। ਬੋਲੋ ਬਈ। ਤੇ ਬਾਬਾ ਜੀ ਕਹਿੰਦੇ ਮੈਂ ਕਿਸੇ ਦਾ ਘਰ ਤੇ ਰੁਸ਼ਨਾਉਣਾ ਵਾ, ਮੈਂ ਅੱਗਾਂ ਨਹੀਂ ਲਾਉਂਦਾ ਕਦੀ। ਮੇਰਾ ਬਾਬਾ ਜਿੱਥੇ ਵੀ ਜਾਂਦਾ ਹੈ ਆਪਣੇ ਸ਼ਬਦ ਦੇ ਨਾਲ ਦੁਨੀਆਂ ਨੂੰ ਸੇਧ ਦਿੰਦੇ ਆ। ਹੁਣ ਤੁਲੰਬੇ ਦੀ ਧਰਤੀ ਹੈ, ਮਰਦਾਨੇ ਨੇ ਅੱਧੀ ਰਾਤ ਰਬਾਬ ਛੇੜੀ ਹੈ। ਵੈਸੇ ਰਬਾਬ ਦਾ ਤੇ ਸ਼ਬਦ ਦਾ ਨਾਤਾ ਬੜਾ ਪੁਰਾਣਾ। ਸਿੱਖੋ ਤੁਹਾਡੀ ਸਾਡੀ ਬਦਕਿਸਮਤੀ ਇਹ ਹੈ, ਲੰਗਰ ਵਿੱਚੋਂ ਬਾਬੇ ਦਾ ਕੋਧਰਾ ਚਲਾ ਗਿਆ ਤੇ ਸਟੇਜ ਦੇ ਵਿੱਚੋਂ ਬਾਬੇ ਦੀ ਰਬਾਬ ਗਾਇਬ ਹੋ ਗਈ। ਸੱਚ ਹੈ? ਉਹ ਬੋਲੋ ਨਾ, ਇੰਜੀ ਹੈ ਨਾ, ਸਟੇਜ ਤੋਂ ਬਾਬੇ ਦੀ ਰਬਾਬ ਗਾਇਬ। ਮੈਂ ਕਈ ਵਾਰੀ ਕਹਿਣਾ ਵੀ ਮੈਂ ਬੜਾ ਖੁਸ਼ਕਿਸਮਤ ਹਾਂ, 13 ਸਾਲਾਂ ਦਾ ਮੇਰਾ ਬੇਟਾ ਰਬਾਬ ਪਲੇ ਕਰਦਾ ਹੈ, 13 ਸਾਲਾਂ ਦਾ। ਪਿਛਲੇ ਦਿਨਾਂ ਦੇ ਵਿੱਚ ਲਖਨਊ ਦੇ ਪ੍ਰੋਗਰਾਮ ਸੀ ਮੇਰੇ ਨਾਲ, 2 ਦਰਬਾਰ ਸਾਹਿਬ ਦੇ ਜਥਿਆਂ ਦੇ ਨਾਲ ਰਬਾਬ ਪਲੇ ਕੀਤੀ। ਚਲੋ ਖੈਰ, ਮੈਂ ਉਸੇ ਮੁੱਦੇ ਤੇ ਆਵਾਂ। ਮਰਦਾਨਾ ਜੀ ਨੇ ਰਬਾਬ ਛੇੜੀ ਹੈ ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਸ਼ਬਦ ਗਾਇਨ ਕੀਤਾ ਹੈ। ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚੱਲਣ,
ਜਿੱਥੇ ਲੇਖਾ ਮੰਗੀ ਹੈ ਤਿੱਥੇ ਖੜੇ ਦੇ ਸਨ। ਹੁਣ ਥੋੜ੍ਹੀ ਜਿਹੀ ਸਮਝ ਪਈ, ਕਹਿੰਦਾ ਵੀ ਇਸ਼ਾਰਾ ਹੋ ਰਿਹਾ ਮੇਰੇ ਉੱਪਰ। ਪਰ ਜਦੋਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਬੱਗਾ ਬੱਗੇ ਕੱਪੜੇ ਤੀਰਥ ਮੰਝ ਵੋ ਸਨ, ਹੁਣ ਗੱਲ ਕਲੀਅਰ ਹੀ ਹੋ ਗਈ ਵੀ ਗੱਲ ਵੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਸਾਰੀ ਕਰ ਦਿੱਤੀ ਹੈ ਵੀ ਬੱਗਾ ਬੱਗੇ ਕੱਪੜੇ ਤੀਰਥ ਮੰਝ ਵੋ ਸਨ। ਜਿਹੜਾ ਬਗਲਾ ਹੁੰਦਾ ਰਹਿੰਦਾ ਵੀ ਤੀਰਥਾਂ ਦੇ ਉੱਤੇ ਹੈ, ਰੰਗ ਵੀ ਇਹਦਾ ਬੜਾ ਸਾਫ਼ ਸੁਥਰਾ ਜਿਹਾ ਹੁੰਦਾ, ਪਰ ਕਰਤੂਤ ਜਿਹੜੀ ਹੈ ਉਹ ਧਰਮੀ ਨਹੀਂ ਹੁੰਦੀ, ਸ਼ਿਕਾਰ ਲੱਭਦਾ ਫਿਰਦਾ। ਸਮਝ ਪੈ ਗਈ, ਕਹਿੰਦਾ ਗੱਲ ਤੇ ਮੇਰੀ ਹੋ ਰਹੀ ਹੈ। ਹੁਣ ਅੰਦਰੋਂ ਨਾ ਸਵਾਲਾਂ ਦੀ ਇੱਕ ਝੜੀ ਲੱਗਦੀ ਹੈ ਅੰਦਰ ਆਪਣੇ। ਇੱਕ ਵੈਸੇ ਮੈਂ ਬੇਨਤੀ ਕਰਾਂ, ਜਦੋਂ ਤੁਸੀਂ ਜਾਂ ਮੈਂ ਕੋਈ ਗਲਤ ਕੰਮ ਕਰਦੇ ਹਾਂ, ਕੀ ਕਰਦੇ ਹਾਂ, ਆਪਣੇ ਅੰਦਰ ਇੱਕ ਚੀਜ਼ ਬੋਲਦੀ ਹੈ ਜਿਹਨੂੰ ਕਿਹਾ ਜਾਂਦਾ ਜ਼ਮੀਰ ਦੀ ਆਵਾਜ਼, ਉਹ ਕਹਿੰਦੀ ਨਾ ਕਰ। ਕੀ ਕਹਿੰਦੀ ਹੈ? ਕਦੀ ਵੀ ਤੁਸੀਂ ਦੇਖਿਆ ਜੇ ਜਿਹੜੇ ਰੇਪ ਕਰਦੇ ਨੇ ਜਾਂ ਮਰਡਰ ਕਰਦੇ ਨੇ ਉਹ ਤੁਹਾਡੇ ਮੇਰੇ ਵਾਂਗੂ ਹੋਸ਼ ਵਿੱਚ ਨਹੀਂ ਹੁੰਦੇ, ਧਿਆਨ ਦਿਆ ਜੀ, ਉਹ ਕੋਈ ਨਾ ਕੋਈ ਨਸ਼ਾ ਕਰਕੇ ਆਪਣੀ ਜ਼ਮੀਰ ਦੀ ਆਵਾਜ਼ ਨੂੰ ਦਬਾਉਂਦੇ ਨੇ, ਫਿਰ ਇਹਨਾਂ ਘਟਨਾਵਾਂ ਨੂੰ ਅੰਜਾਮ ਦਿੰਦੇ ਨੇ। ਜਾਗਿਆ ਪੁਰਸ਼ ਇਹੋ ਜਿਹੀਆਂ ਘਟਨਾਵਾਂ ਨੂੰ ਅੰਜਾਮ ਕਦੀ ਨਹੀਂ ਦਿੰਦੇ, ਅੰਦਾਜ਼ਾ ਲਾ ਕੇ ਵੇਖਿਆ ਜੀ। ਹੁਣ ਅੰਦਰ ਸਵਾਲਾਂ ਦੀ ਝੜੀ ਲੱਗੀ ਵੀ ਜਿਹੜੇ ਪਾਪ ਤੂੰ ਲੋਕਾਂ ਕੋਲੋਂ ਲੁਕਾ ਕੇ ਕਰਦਾ ਪਿਆ ਉਹ ਸਾਰੇ ਤੇਰੇ ਅੱਜ ਨਸ਼ਰ ਹੋ ਗਏ। ਜਿਹੜੀ ਰਬਾਬ ਵੱਜੀ ਹੈ ਤੇ ਰਬਾਬ ਦੇ ਨਾਲ ਸ਼ਬਦ ਗਾਇਆ ਗਿਆ, ਇਹਦੇ ਵਿੱਚ ਸਾਰੀਆਂ ਤੇਰੀਆਂ ਕਰਤੂਤਾਂ ਨੰਗੀਆਂ ਹੋ ਗਈਆਂ। ਮੰਨਿਆ ਕਿ ਤੇਰੇ ਸਾਥੀਆਂ ਤੋਂ ਬਿਨਾਂ ਕਿਸੇ ਨੂੰ ਨਹੀਂ ਪਤਾ, ਪਰ ਜਿਹੜਾ ਬਾਬਾ ਆ ਉਹਨੂੰ ਸਾਰਾ ਕੁਝ ਪਤਾ ਹੈ। ਅੰਦਰੋਂ ਫਿਰ ਇੱਕ ਸਵਾਲ ਉਤਪੰਨ ਆਪਣੇ ਆਪ ਹੋਇਆ ਵੀ ਜੇ ਬਾਬੇ ਨੂੰ ਤੇਰੀਆਂ ਕਮਜ਼ੋਰੀਆਂ ਦਾ ਪਤਾ ਤੇ ਫਿਰ ਬਾਬੇ ਨੂੰ ਹੱਲ ਵੀ ਪਤਾ ਹੋਵੇਗਾ, ਧਿਆਨ ਦਿਆ ਜੀ, ਫਿਰ ਬਾਬੇ ਨੂੰ ਹੱਲ ਵੀ ਪਤਾ ਹੋਵੇਗਾ। ਤੇ ਇਹਨਾਂ ਨੂੰ ਮਾਰਨ ਦੀ ਬਜਾਏ ਆਪ ਹੀ ਇਹਨਾਂ ਦੇ ਚਰਨਾਂ ਦੇ ਵਿੱਚ ਡਿੱਗ ਜਾ। ਜਦੋਂ ਸੱਜਣ ਬਾਬੇ ਦੇ ਚਰਨਾਂ ਵਿੱਚ ਡਿੱਗਿਆ ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਫਲਸਫਾ ਕੈਸਾ ਹੈ? ਕਹਿਣ ਲੱਗੇ ਸੱਜਣ ਨਾ ਤੇ ਕੱਪੜਾ ਬਦਲਣਾ, ਨਾ ਬੋਲੋ ਨਾ ਤੇ ਕੱਪੜਾ ਬਦਲਣਾ, ਅਸੀਂ ਕੱਪੜੇ ਦੇ ਰੰਗਾਂ ਦੇ ਵਿੱਚ ਉਲਦੇ ਪਏ ਹਾਂ, ਇਹ ਸੱਚ ਹੈ। ਨਿੱਕੀਆਂ ਨਿੱਕੀਆਂ ਗੱਲਾਂ ਦੇ ਵਿੱਚ ਉਲਝੇ ਪਏ। ਮੈਂ ਤਾਂ ਪਿਛਲੇ ਦਿਨਾਂ ਦੇ ਵਿੱਚ ਸੁਲਤਾਨਪੁਰ ਦੇ ਲੱਗੇ ਕਿ ਦੀਵਾਨ ਵਿੱਚ ਬੋਲਿਆ, ਮੈਂ ਕਿਹਾ ਜੇ ਕਿਤੇ ਗਰੰਤੀ ਸਿੰਘ ਦੀ ਘਰਵਾਲੀ ਦੀ ਲਿਪਸਟਿਕ ਲੱਗੀ ਕੋਈ ਵੇਖ ਲਵੇ ਨਾ, ਤੇ ਇਹਨਾਂ ਦਾ ਪੰਥ ਖਤਰੇ 'ਚ ਪੈ ਜਾਂਦਾ। ਬੋਲੋ, ਸੱਚ ਹੈ, ਹੱਦ ਹੋਈ ਪਈ ਹੈ ਤੁਹਾਡੀ। ਕਿੰਨੇ ਪੰਥ ਦੇ ਮੁੱਦੇ ਨੇ, ਉਹਨਾਂ ਵਾਲੇ ਪਾਸੇ ਧਿਆਨ ਦੇ ਦਿਓ। ਤੁਹਾਨੂੰ ਹੱਕ ਕੀ ਹੈ ਕਿਸੇ ਦੇ ਘਰਵਾਲੀ ਤੇ ਬੁੱਲਾਂ ਮੱਲ ਵੇਖਣ ਦਾ? ਬੋਲੋ ਬਾਈ, ਗੱਲਾਂ ਕੌੜੀਆਂ ਲੱਗਣਗੀਆਂ, ਪਰ ਮੈਂ ਬੇਨਤੀ ਕਰਦਾ ਕੱਲ੍ਹ ਤੱਕ ਮੈਂ ਇੱਥੇ ਹਾਂ, ਕੋਈ ਤੁਹਾਡਾ ਸਵਾਲ ਹੋਇਆ ਮੈਨੂੰ ਜ਼ਰੂਰ ਪੁੱਛਿਆ ਜੀ, ਕੱਲ੍ਹ ਰਾਤ ਤੋਂ ਤੁਹਾਡੀ ਸੇਵਾ ਦੇ ਵਿੱਚੋਂ ਮੈਂ ਚਾਲੇ ਪਾਵਾਂਗਾ। ਅਸੀਂ ਮੁੱਦਿਆਂ ਵਾਲੇ ਪਾਸੇ ਧਿਆਨ ਨਹੀਂ ਦੇਣਾ, ਪਰ ਜਿਹੜੇ ਮੁੱਦਿਆਂ ਦਾ ਕੌਮ ਦਾ ਇੰਜ ਕਹਿ ਲਓ ਵੀ ਜਿਹੜੇ ਮੁੱਦਿਆਂ ਦੇ ਰਾਹੀਂ ਕੌਮ ਦਾ ਕੁਛ ਨਹੀਂ ਸੌਰਨਾ, ਅਸੀਂ ਉਹਨਾਂ ਦੇ ਵਿੱਚ ਉਲਝੇ ਪਏ ਹਾਂ, ਇਹ ਦੁਸ਼ਮਣ ਦੀ ਨੀਤੀ ਹੈ ਔਰ ਤੁਸੀਂ ਉਸ ਨੂੰ ਫੋਲੋ ਕਰਦੇ ਪਏ ਹੋ। ਦੁਸ਼ਮਣ ਤੁਹਾਨੂੰ ਉਲਝਾਉਣਾ ਚਾਹੁੰਦਾ ਹੈ, ਤੁਸੀਂ ਉਲਝੇ ਪਏ ਹੋ। ਧੰਨ ਹੈ ਮੇਰਾ ਕਲਗੀਧਰ ਪਿਤਾ ਮਹਾਰਾਜ, ਆਖਿਆ ਜੇ ਕਿਤੇ ਉਲਝ ਜਾਣ। ਅਨੰਦਪੁਰ ਸਾਹਿਬ ਨੂੰ ਘੇਰਾ ਪਿਆ, ਇਹ ਨਾ ਸੋਚਿਆ ਜੇ ਵਿਸ਼ੇ ਤੋਂ ਬਾਹਰ ਚਲਾ ਗਿਆ, ਉਦਾਹਰਣਾਂ ਦੇ ਰਿਹਾ ਮੈਂ। ਅਨੰਦਪੁਰ ਸਾਹਿਬ ਨੂੰ ਘੇਰਾ ਪਿਆ, ਉਸ ਤੋਂ ਬਾਅਦ ਕਈ ਕੁਛ ਹੋਇਆ, ਅਨੰਦਪੁਰ ਸਾਹਿਬ ਛੱਡਣਾ ਪਿਆ, ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਹੋਈਆਂ, ਹੋਇਆ। ਪਰ ਜਿੱਦਣ ਮੇਰੇ ਕਲਗੀਆਂ ਵਾਲੇ ਨੇ ਜ਼ਫਰਨਾਮਾ ਲਿਖਿਆ ਸੀ ਤੇ ਬਾਈ ਧਾਰ ਦੇ ਪਹਾੜੀ ਰਾਜਿਆਂ ਨੂੰ ਜ਼ਫਰਨਾਮਾ ਨਹੀਂ ਸੀ ਲਿਖਿਆ, ਜਿੱਦਣ ਮੇਰੇ ਕਲਗੀਆਂ ਵਾਲੇ ਨੇ ਜ਼ਫਰਨਾਮਾ ਲਿਖਿਆ ਸੀ, ਸਾਹਮਣੇ ਦਿਸਦੇ ਦੁਸ਼ਮਣ ਵਜ਼ੀਰ ਖਾਨ ਨੂੰ ਜ਼ਫਰਨਾਮਾ ਨਹੀਂ ਸੀ ਲਿਖਿਆ, ਮਲੇਰਕੋਟਲੇ ਦੇ ਨਵਾਬ ਨੂੰ ਜ਼ਫਰਨਾਮਾ ਨਹੀਂ ਸੀ ਲਿਖਿਆ, ਲਾਹੌਰ ਦੇ ਗਵਰਨਰ ਨੂੰ ਜ਼ਫਰਨਾਮਾ ਨਹੀਂ ਸੀ ਲਿਖਿਆ, ਜਦੋਂ ਮੇਰੇ ਕਲਗੀਆਂ ਵਾਲੇ ਨੇ ਜ਼ਫਰਨਾਮਾ ਲਿਖਿਆ ਸੀ ਤੇ ਬਾਦਸ਼ਾਹ ਔਰੰਗਜ਼ੇਬ ਨੂੰ ਜ਼ਫਰਨਾਮਾ ਲਿਖਿਆ ਸੀ। ਕਹਿਣ ਲੱਗੇ ਤੇਰੇ ਪਿਆਦਿਆਂ ਦੇ ਨਾਲ ਮੈਂ ਨਹੀਂ ਉਲਝਣਾ, ਪਰ ਮੈਂ ਇਸ ਗੱਲ ਤੋਂ ਬੜਾ ਜਾਣੂ ਹਾਂ ਨੀਤੀ ਕਿੱਥੋਂ ਦੀ ਚੱਲਦੀ ਪਈ ਹੈ।
ਤੁਸੀਂ ਸਾਹਮਣੇ ਚਿਹਰਿਆਂ ਦੇ ਵਿੱਚ ਉਲਝੇ ਪਏ ਹੋ, ਪਾਲਿਸੀ ਮੇਕਰ ਤੇ ਮਗਰ ਬੈਠਾ ਮੁਸਕਰਾ ਰਿਹਾ। ਬੋਲੋ ਬਈ, ਚਲੋ ਇੱਕ ਉਦਾਹਰਨ ਦਿਓ। ਸਾਡੇ ਪੰਜਾਬ ਵਾਲੇ ਗੱਲ ਕਹਿੰਦੇ ਹੁੰਦੇ ਸੀ, ਗੁੱਸਾ ਨਾ ਮੇਰੀ ਗੱਲ ਦਾ ਕਰਿਆ ਜੀ, ਮੈਂ ਸਿਰਫ਼ ਇੱਕ ਉਦਾਹਰਨ ਦੇ ਰਿਹਾ ਵਾਂ, ਕਹਿੰਦੇ ਜਿੱਦਣ ਬਾਦਲ ਮਰ ਗਿਆ ਪੰਥ ਤੇ ਪੰਜਾਬ ਦਾ ਭਲਾ ਹੋ ਜਾਏਗਾ, ਹੁਣ ਤੇ ਮਰੇ ਨੂੰ ਬਤੇਰਾ ਚਿਰ ਹੋ ਗਿਆ, ਮੈਂ ਨਹੀਂ ਵੇਖਿਆ ਪੰਜਾਬ ਦਾ ਭਲਾ ਹੋ ਗਿਆ, ਨਹੀਂ ਹੋਇਆ ਨਾ। ਅਗਲਿਆਂ ਕੋਲ 1800 ਬਾਦਲ ਵਰਗੇ ਹੋਰ ਤਿਆਰ ਨੇ। ਚਲੋ ਇੱਕ ਗੱਲ ਦੱਸੋ, ਬੇਅਦਬੀਆਂ ਹੋਈਆਂ 2015 ਵਿੱਚ, ਬੋਲੋ 15 ਵਿੱਚ ਹੋਈਆਂ ਬੇਅਦਬੀਆਂ, ਉਦੋਂ ਸਰਕਾਰ ਸੀ ਅਕਾਲੀ ਦਲ ਦੀ, ਉਸ ਤੋਂ ਬਾਅਦ ਆ ਗਈ ਕਾਂਗਰਸ ਦੀ, ਬੇਅਦਬੀਆਂ ਦਾ ਇਨਸਾਫ਼ ਮਿਲਿਆ ਨਹੀਂ ਮਿਲਿਆ। ਉਸ ਤੋਂ ਬਾਅਦ ਪੰਜਾਬ ਦੇ ਵਿੱਚ ਜਿਹੜੀ ਸਰਕਾਰ ਆ ਗਈ ਆਮ ਆਦਮੀ ਪਾਰਟੀ ਦੀ, ਇਨਸਾਫ਼ ਮਿਲਿਆ ਨਹੀਂ ਮਿਲਿਆ। ਇੱਕ ਚੇਤੇ ਰੱਖ ਲਿਆ, ਜੇ ਸਰਕਾਰ ਜਿਹੜੀ ਮਰਜ਼ੀ ਆ ਜਾਵੇ, ਗੱਲ ਫਿਰ ਸਮਝ ਲਓ, ਸਰਕਾਰ ਜਿਹੜੀ ਮਰਜ਼ੀ ਆ ਜਾਵੇ, ਮੁੱਖ ਮੰਤਰੀ ਜਿਹੜਾ ਮਰਜ਼ੀ ਆ ਜਾਵੇ, ਪਰ ਸਟੇਟ ਪਾਲਿਸੀ ਜਿਹੜੀ ਹੈ ਉਹੀ ਹੀ ਚੱਲਦੀ ਹੁੰਦੀ ਹੈ, ਚਿਹਰਾ ਜਿਹੜਾ ਮਰਜ਼ੀ ਹੋਵੇ। ਤੁਹਾਨੂੰ ਇਸ ਗੱਲ ਦੀ ਸਮਝ ਨਹੀਂ ਪੈ ਰਹੀ, ਤੁਹਾਡੀ ਕੌਮ ਦੇ ਮੁੱਦੇ ਨਹੀਂ ਜਿਹਦੇ ਵਿੱਚ ਤੁਹਾਨੂੰ ਉਲਝਾ ਦਿੱਤਾ ਗਿਆ, ਜਿਹੜੇ ਤੁਹਾਡੀ ਕੌਮ ਦੇ ਮੁੱਦੇ ਨੇ, ਉਹ ਤੁਹਾਨੂੰ ਦੱਸਦੇ ਆ। ਮੇਰੇ ਤੋਂ ਪਹਿਲਾਂ ਬੁਲਾਰੇ ਲੱਗੇ, ਇਹਨਾਂ ਨੇ ਤੁਹਾਨੂੰ ਸੁਚੇਤ ਕੀਤਾ, ਅਸੀਂ ਰੌਲਾ ਪਾਉਂਦੇ ਹਾਂ। ਸਾਨੂੰ ਇੰਝ ਲੱਗਦਾ ਨਹੀਂ ਕਥਾ ਵਾਚਕਾਂ ਪ੍ਰਚਾਰਕਾਂ ਦੇ ਕੋਲ ਤੇ ਮੁੱਦਾ ਹੀ ਇਹ ਹੈ, ਨਹੀਂ, ਜਿਹੜੇ ਤੁਹਾਡੇ ਮੁੱਦੇ ਨੇ ਉਹਨਾਂ ਵੱਲ ਧਿਆਨ ਦਿਓ, ਜਿਹੜੇ ਤੁਹਾਡੇ ਮੁੱਦੇ ਨਹੀਂ ਹੈ, ਤੁਹਾਡੇ ਵਿੱਚ ਛੇੜ ਪਾਏਗੀ, ਉਹਨਾਂ ਮੁੱਦਿਆਂ ਤੋਂ ਕਿਰਪਾ ਕਰਕੇ ਹੱਥ ਬੰਨ ਕੇ ਬੇਨਤੀ ਹੈ, ਬਚ ਜਾਓ। ਅੰਦਾਜ਼ਾ ਲਾ ਕੇ ਵੇਖੋ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਮੁੱਦਾ ਕੀ ਹੈ? ਪਾਤਸ਼ਾਹ ਕਹਿੰਦੇ ਵੀ ਇੰਜ ਹੈ, ਜੇ ਹੁਣ ਇਹ ਕਹਿੰਦਾ ਵੀ ਹੱਲ ਤੇ ਹੱਲ ਮੈਂ ਦੱਸ ਕੇ ਜਾਣਾ, ਬਾਬਾ ਜੀ ਕਹਿੰਦੇ ਤੂੰ ਇੰਜ ਕਰ, ਕੱਪੜਾ ਨਹੀਂ ਬਦਲਣਾ। ਬੋਲੋ, ਕੱਪੜਾ ਨਹੀਂ ਬਦਲਣਾ। ਕਹਿੰਦਾ ਕੱਪੜਾ ਫਿਰ ਆਹੀ ਚੱਲੂ? ਪਾਤਸ਼ਾਹ ਕਹਿੰਦੇ ਇਹੀ ਚੱਲੂ। ਕਹਿੰਦਾ ਫਿਰ ਟਿਕਾਣਾ ਬਦਲ ਗਿਆ, ਟਿਕਾਣਾ ਬਦਨਾਮ ਹੋ ਗਿਆ? ਬੋਲੋ, ਪਾਤਸ਼ਾਹ ਕਹਿੰਦੇ ਟਿਕਾਣਾ ਵੀ ਨਹੀਂ ਬਦਲਣਾ। ਕਹਿੰਦਾ ਨਾਮ ਸੱਜਣਾ ਹੈ, ਕਿਵੇਂ ਕਰਾਂ? ਪਾਤਸ਼ਾਹ ਕਹਿੰਦੇ ਨਾਮ ਵੀ ਰਹਿਣ ਦੇ, ਇਹ ਵੀ ਨਹੀਂ ਬਦਲਣਾ। ਹੁਣ ਸਵਾਲ ਪੈਦਾ ਹੋ ਗਿਆ, ਜੇ ਤੁਸੀਂ ਨਾਮ ਆਪਣਾ ਨਹੀਂ ਬਦਲਣਾ, ਟਿਕਾਣਾ ਵੀ ਉਹ ਰੱਖਣਾ, ਕੱਪੜਾ ਵੀ ਨਹੀਂ ਬਦਲਣਾ। ਕਹਿੰਦਾ ਬਾਬਾ ਫਿਰ ਇਹ ਤੇ ਦੱਸ ਕੇ ਜਾਓ ਮੈਂ ਬਦਲਣਾ ਕੀ? ਬਾਬਾ ਜੀ ਕਹਿੰਦੇ ਆਪਣੇ ਵਿਚਾਰ ਬਦਲ ਦੇ। ਕੀ ਬਦਲ ਦੇ? ਤੇ ਤੁਹਾਨੂੰ ਪਤਾ ਹੈ ਇਸ ਚੀਜ਼ ਦਾ, ਜਿਹੜਾ ਉਹ ਸੱਜਣ ਸੀ ਨਾ, ਜਿਹਦੀ ਧਰਮਸ਼ਾਲਾ ਕਤਲਗਾਹ ਬਣ ਗਈ ਸੀ, ਮੈਂ ਤੇ ਕਈ ਵਾਰੀ ਕਹਿੰਦਾ ਹੁਣ ਨਾ, ਮੇਰੇ ਗੁਰੂ ਨਾਨਕ ਦੇ ਚਰਨ ਪਏ ਤੇ ਉਹ ਕਤਲਗਾਹ ਧਰਮਸ਼ਾਲਾ ਬਣ ਗਈ, ਤੇ ਅਸੀਂ ਆਪਣੀਆਂ ਧਰਮਸ਼ਾਲਾ ਨੂੰ ਕਤਲਗਾਹ ਬਣਾ ਛੱਡਿਆ, ਅਸੀਂ ਪੱਗਾਂ ਵੀ ਲਾਉਂਦੇ ਫਿਰਦੇ ਹਾਂ। ਬੋਲੋ ਬਈ, ਬੋਲੋ, ਨਿੱਕੇ ਨਿੱਕੇ ਚੌਧਰਾਂ ਦੀ ਖਾਤਰ, ਕਾਹਦੀ? ਮੰਨ ਲਓ, ਮੈਂ ਇੱਥੋਂ ਦੀ ਗੱਲ ਨਹੀਂ ਕਰਦਾ, ਕਿਤੇ ਗਾਂ ਤੋਂ ਪੱਕਾ ਮੇਰਾ ਕਾਟਾ ਮਾਰ ਦਿਓ ਵੀ ਮਖੂ ਨਹੀਂ ਆਉਣਾ ਚਾਹੀਦਾ। ਹਾਂ, ਮੈਨੂੰ ਉਹ ਤੁਹਾਨੂੰ ਨਾ ਗੋਲ ਮੋਲ ਦੀਆਂ ਗੱਲਾਂ ਕਰਕੇ ਉਲਝਾ ਕੇ ਜਾਣਾ ਮੇਰਾ ਕੰਮ ਨਹੀਂ ਹੈ, ਮੈਂ ਇਹਨਾਂ ਚੀਜ਼ਾਂ ਦੀ ਗੁਰਮੁਖੋਂ ਭੁਗਤਦਾ ਵਾਂ। ਤਰਨ ਤਾਰਨ ਏਰੀਏ 'ਚੋਂ ਮੈਨੂੰ ਵੀ ਸੰਮਨ ਆਏ ਹੋਏ ਹੈ, ਪੀਟੀਸੀ ਚੈਨਲ, ਮੈਂ ਮੀਡੀਆ 'ਚ ਬੋਲਦਾ ਪਿਆ ਵਾਂ, ਪੀਟੀਸੀ ਚੈਨਲ ਵੱਲੋਂ 1 ਕਰੋੜ ਦੀ ਮਾਨਹਾਨੀ ਮੇਰੇ 'ਤੇ ਚੱਲਦੀ ਪਈ ਹੈ। CIA ਸਟਾਫ ਵੱਲੋਂ ਮੈਨੂੰ ਥੋੜ੍ਹੇ ਥੋੜ੍ਹੇ ਸਮੇਂ ਬਾਅਦ ਸਾਰਾ ਸਾਰਾ ਦਿਨ ਪੁੱਛ ਗਿੱਛ ਵਾਸਤੇ ਸੱਦਿਆ ਜਾਂਦਾ, ਮੈਂ ਵੀ ਇਹ ਚੀਜ਼ਾਂ ਭੁਗਤਦਾ ਵਾਂ। ਬੇਨਤੀ ਹੈ, ਪਰ ਮੈਂ ਤਾਂ ਬੇਨਤੀਆਂ ਕਰਦਾ ਵੀ ਮੈਂ ਤੁਹਾਨੂੰ ਉਲਝਾਉਣ ਨਹੀਂ ਆਇਆ, ਮੈਂ ਤੁਹਾਨੂੰ ਮੁੱਦਿਆਂ ਵਾਲੇ ਪਾਸੇ ਇੱਕ ਇਸ ਕਰਕੇ ਪ੍ਰੇਰਿਤ ਕਰਨ ਦੇ ਲਈ ਆਇਆ ਵੀ ਆਪਾਂ ਉੱਥੇ ਆਪਣੇ ਉਸ ਮੁੱਦੇ ਦੇ ਉੱਤੇ ਆ ਜਾਈਏ, ਪਟਕੀਏ ਨਾ। ਹੁਣ ਛੋਟੀ ਜਿਹੀ ਬੇਨਤੀ ਸਵੀਕਾਰਿਆ ਜੀ। ਕਹਿੰਦਾ ਬਾਬਾ ਬਦਲਾ ਤੇ ਬਦਲਾ ਕੀ? ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਨਾ ਕੱਪੜਾ, ਨਾ ਅਸਥਾਨ, ਨਾ ਆਪਣਾ ਨਾਮ। ਕਹਿੰਦਾ ਕੀ ਬਦਲਾ ਬਾਬਾ ਜੀ? ਕਹਿੰਦੇ ਸਿਰਫ ਆਪਣੇ ਵਿਚਾਰ ਬਦਲ ਦੇ। ਕੀ ਬਦਲ ਦੇ? ਗੁਰੂ ਨਾਨਕ ਪਾਤਸ਼ਾਹ ਮਹਾਰਾਜ ਤੁਹਾਡੇ ਚਰਨ ਪਏ ਤੇ ਉਹ ਕਤਲਗਾਹ ਸੀ ਨਾ ਜਿੱਥੇ ਬੰਦਿਆਂ ਨੂੰ ਮਾਰਦਾ ਸੀ, ਬੋਲੋ ਬਈ, ਕਤਲਗਾਹ ਸੀ ਨਾ? ਗੁਰੂ ਨਾਨਕ ਪਾਤਸ਼ਾਹ ਮਹਾਰਾਜ ਤੁਹਾਡੇ ਚਰਨ ਪਏ ਤੇ ਕਤਲਗਾਹ ਧਰਮਸ਼ਾਲਾ ਬਣ ਗਈ। ਅਸੀਂ ਆਪਣੀਆਂ ਜਿਹੜੀਆਂ ਧਰਮਸ਼ਾਲਾ ਸੀ ਸਾਡੇ ਪੁਰਖਿਆਂ ਨੇ,
ਸਾਡੇ ਪੁਰਖਿਆਂ ਨੇ ਨਾ ਆਪਣੇ ਘਰਾਂ ਦਾ ਖਿਆਲ ਨਹੀਂ ਸੀ ਕੀਤਾ। ਆ ਜਿਹੜੇ ਵੱਡੇ ਵੱਡੇ ਸਾਨੂੰ ਗੁਰਦੁਆਰਾ ਸਾਹਿਬਾਨ ਨੇ, ਗੁੱਸਾ ਨਾ ਕਰਿਆ ਜੇ ਗੱਲਾਂ ਕੌੜੀਆਂ ਜੀਆਂ ਲੱਗਣਗੀਆਂ, ਸੁਣ ਲਿਆ ਜੇ ਇੱਕ ਵਾਰੀ, ਤੇ ਰਾਤ ਮੰਥਨ ਕਰਿਆ ਜੇ ਨਾ ਚੰਗੀ ਲੱਗੀ ਛੱਡ ਦਿਆ ਜੇ, ਚੰਗੀ ਲੱਗੀ ਰੱਖ ਲਿਆ ਜੇ। ਸਾਡੇ ਪੁਰਖਿਆਂ ਨੇ ਨਾ, ਅੱਜ ਅਸੀਂ ਕਹਿੰਦੇ ਹਾਂ ਸਾਡਾ ਗੁਰਦੁਆਰਾ ਸਾਹਿਬ ਸ਼ਹਿਰ ਦੇ ਐਨ ਵਿਚਕਾਰਲੇ ਪਾਸੇ, ਕੋਈ ਕਹਿੰਦਾ ਸਾਡਾ ਮੇਨ ਜੀ ਇੱਥੇ ਪੌਸ਼ ਏਰੀਆ ਉੱਥੇ, ਹੈਨਾ। ਸਾਡੇ ਪੁਰਖਿਆਂ ਨੇ ਨਾ ਆਪਣੇ ਘਰਾਂ ਦਾ ਖਿਆਲ ਨਹੀਂ ਸੀ ਕੀਤਾ। ਉਹ ਕਹਿੰਦੇ ਸੀ ਨਹੀਂ, ਇੱਕ ਸਾਂਝਾ ਕੇਂਦਰ ਐਸਾ ਬਣੇ ਜਿੱਥੇ ਸਾਡੇ ਬੱਚਿਆਂ ਦਾ ਭਵਿੱਖ ਸਿਰਜਿਆ ਜਾਏਗਾ। ਬੋਲੋ ਬਈ, ਬਣਿਆ। ਤੇ ਅੱਜ ਅਸੀਂ ਨਿੱਜੀ ਲੜਾਈਆਂ ਦੇ ਵਿੱਚ, ਮੈਂ ਤੇ ਪੰਜਾਬ ਦੇ ਵਿੱਚ ਵੀ ਕਈ ਥਾਵਾਂ ਵੇਖੀਆਂ ਜਿੱਥੇ ਲੜਾਈ ਇੰਨੀ ਹੋ ਗਈ ਸਰਕਾਰ ਨੇ ਰਿਸੀਵਰ ਲਾਤਾ। ਬੋਲੋ, ਹੁੰਦਾ? ਬੋਲੋ ਨਾ, ਹੁੰਦਾ? ਉਹਨਾਂ ਨੇ ਰਿਸੀਵਰ ਲਾਤਾ। ਚਲੋ ਮੈਂ ਨਾਮ ਨਾ ਲਵਾਂ, ਉਹ ਪਿੱਛੇ ਜੇ ਮੈਂ ਇੱਕ ਦੋ ਥਾਵਾਂ ਤੇ ਨਾਮ ਲੈਤੇ ਤੇ ਮੈਨੂੰ ਲੀਗਲ ਨੋਟਿਸ ਕੱਢ ਦਿੱਤਾ। ਮੈਂ ਕਿਹਾ ਵੀ ਹੈ ਸੱਚ ਹੈ, ਮੈਨੂੰ ਲੀਗਲ ਨੋਟਿਸ ਇੰਜ ਆਉਂਦੇ ਆ ਵੀ ਮੈਂ ਤੁਹਾਨੂੰ ਕੀ ਦੱਸਾਂ। ਜਿਵੇਂ ਆਮ ਕਰਕੇ ਆਪਣੇ ਘਰਾਂ ਵਿੱਚ ਵਿਆਹ ਵਾਲੇ ਕਾਰਡ ਨਹੀਂ ਆਉਂਦੇ, ਇੰਜ ਆਉਂਦੇ ਆ ਮੈਨੂੰ, ਲੀਗਲ ਨੋਟਿਸ ਕੱਢ ਦਿੱਤਾ ਵੀ ਇਹ ਸਾਡੇ ਗੁਰਦੁਆਰਾ ਸਾਹਿਬ ਦਾ ਨਾਮ। ਮੈਂ ਕਿਹਾ ਸਾਡਾ ਗੁਰਦੁਆਰਾ ਕਿਉਂ, ਮੈਂ ਵੀ ਸੇਖਾਂ ਗੁਰੂ ਕਾ, ਮੇਰਾ ਵੀ ਉਹਨਾਂ ਆਖਿਆ। ਬੋਲੋ ਭਾਈ, ਨਿੱਜੀ ਲੜਾਈਆਂ ਹੋਈਆਂ ਤੇ ਉਹਨਾਂ ਲੜਾਈਆਂ ਤੋਂ ਬਾਅਦ ਮਸਲਾ ਨਾ ਹੱਲ ਹੋਇਆ, ਸਰਕਾਰ ਨੇ ਤਹਿਸੀਲਦਾਰ ਲਾਤਾ, ਰਿਸੀਵਰ ਲਾਤਾ ਉੱਥੇ। ਹੁਣ ਸਾਰਾ ਪ੍ਰਬੰਧ ਤਹਿਸੀਲਦਾਰ ਦੇ ਅੰਡਰ ਆ ਗਿਆ ਤੇ ਦੋਵੇਂ ਧਿਰਾਂ ਆਪੋ ਆਪਣੇ ਘਰਾਂ 'ਚ ਬਹਿ ਗਈਆਂ। ਇੰਜ ਕਹਿ ਲਓ ਵੀ ਤੁਹਾਡੇ ਪੁਰਖਿਆਂ ਦੀ ਮਿਹਨਤ ਨਾਲ ਬਣਾਈਆਂ ਹੋਈਆਂ ਥਾਵਾਂ ਤੁਸੀਂ ਆਪਣੀਆਂ ਨਿੱਜੀ ਲੜਾਈਆਂ ਵਿੱਚ ਆਪ ਸਰਕਾਰ ਦੇ ਹੱਥਾਂ ਵਿੱਚ ਦੇ ਕੇ ਆ ਰਹੇ ਹੋ। ਬੋਲੋ ਵੀ ਸਿੱਖੋ, ਕਿੱਡੀ ਕੁ ਸਿਆਣਪ ਕਰਦੇ ਪਏ ਆ ਆਪਾਂ। ਭੈਣੋ, ਇਹ ਗੱਲਾਂ ਤੇ ਗੌਰ ਕਰਿਆ ਜੇ, ਇਹ ਮੇਰਾ ਦਰਦ ਹੈ, ਇਹਨੂੰ ਕਥਾ ਨਾ ਇਕੱਲੀ ਸਮਝਿਆ ਜੇ। ਹੁਣ ਅੱਗੇ ਆਓ ਥੋੜਾ ਜਿਹਾ, ਕਮਾਲ ਦੀ ਗੱਲ ਫਿਰ ਅੱਗੇ ਹੋਰ ਹੋ ਜਾਂਦੀ ਹੈ ਵੀ ਉਹ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਚਰਨ ਪਏ, ਕਤਲਗਾਹ ਧਰਮਸ਼ਾਲਾ ਬਣ ਗਈ ਤੇ ਜਿਹੜਾ ਸੱਜਣ ਸੀ ਨਾ ਕਾਨ ਸਿੰਘ ਨਾਭਾ ਦਾ ਮਾਨ ਕੁਛ ਪੜੋ, ਉਹ ਕਾਨ ਸਿੰਘ ਨਾਭਾ ਲਿਖਦੇ ਨੇ ਕਹਿੰਦੇ ਜਿਹੜਾ ਸੱਜਣ ਸੀ ਨਾ ਜਿਹਨੂੰ ਲੋਕੀ ਕਹਿੰਦੇ ਸੀ ਠੱਗ, ਕਹਿੰਦੇ ਗੁਰੂ ਨਾਨਕ ਦੇ ਘਰ ਦਾ ਪਹਿਲਾ ਪ੍ਰਚਾਰਕ ਬਣ ਗਿਆ। ਕੀ ਬਣ ਗਿਆ? ਉਹ ਬੋਲੋ ਨਾ, ਕੀ ਬਣ ਗਿਆ? ਪ੍ਰਚਾਰਕ ਬਣ ਗਿਆ। ਉਹਨੇ ਗੁਰੂ ਨਾਨਕ ਦੇ ਘਰ ਦਾ ਪ੍ਰਚਾਰ ਕੀਤਾ ਤੇ ਮੈਂ ਗੱਡੀ ਚਲਾਉਂਦਾ ਚਲਾਉਂਦਾ ਇੱਕ ਦਿਨ ਸੋਚਿਆ, ਮੈਂ ਕਿਹਾ ਕਮਾਲ ਦੀ ਗੱਲ ਹੈ, ਉਹ ਜਿਹੜੇ ਠੱਗ ਸੀ ਉਹ ਪ੍ਰਚਾਰਕ ਬਣ ਗਏ ਤੇ ਅੱਜ ਸਾਡੇ ਵਾਲੇ ਪ੍ਰਚਾਰਕ ਵੀ ਕਈ ਠੱਗ ਬਣੇ ਪਏ ਆ। ਬੋਲੋ, ਜੇ ਤੁਸੀਂ ਗੁਰੂ ਨਾਨਕ ਦੀ ਗੱਲ ਦੱਸਣੀ ਨਹੀਂ, ਬੋਲੋ, ਲੁਕਾਉਣੀ ਹੈ, ਹੈਨਾ। ਜੇ ਤੁਸੀਂ ਗੁਰੂ ਨਾਨਕ ਦਾ ਫਲਸਫਾ ਲੋਕਾਂ ਨੂੰ ਦੱਸਣਾ ਹੀ ਨਹੀਂ ਤੇ ਫਿਰ ਠੱਗਾਂ ਆਪਾਂ ਵੀ। ਉਹ ਤੇ ਜਿਹੜਾ ਠੱਗ ਸੀ ਉਹ ਪ੍ਰਚਾਰਕ ਬਣ ਗਿਆ, ਸਾਡੇ ਅੱਜ ਕੱਲ੍ਹ ਦੇ ਮੇਰੇ ਵਰਗੇ, ਮੈਂ ਕਿਸੇ ਦੀ ਗੱਲ ਨਹੀਂ ਕਰਦਾ, ਪ੍ਰਚਾਰਕਾਂ ਤੋਂ ਠੱਗ ਬਣੇ ਪਏ ਆ। ਫਿਰ ਆਪਾਂ ਖੜੇ ਕਿੱਥੇ ਆ, ਖਲੋਤੇ ਕਿੱਥੇ ਆ, ਕਦੀ ਵੇਖਿਆ ਜੇ? ਹੁਣ ਉਹਦੀ ਜ਼ਿੰਦਗੀ ਬਦਲ ਗਈ, ਕਿਵੇਂ ਬਦਲੀ? ਮਾਰਿਆ ਸਤਿਗੁਰ, ਆਵਾਜ਼ ਕੱਢੋ, ਤੁਹਾਡੀ ਆਵਾਜ਼ ਮੱਧਮ ਹੈ, ਮਾਰਿਆ ਸਤਿਗੁਰ, ਮੇਰੇ ਸਤਿਗੁਰੂ ਨੇ ਬਾਣ ਮਾਰਿਆ ਸ਼ਬਦ ਦਾ ਤੇ ਜ਼ਿੰਦਗੀ ਬਦਲ ਗਈ। ਕਹਿੰਦਾ ਬਾਬਾ ਅੱਜ ਤੋਂ ਬਾਅਦ ਠੱਗੀਆਂ ਵੀ ਛੱਡੀਆਂ, ਕੁੱਝ ਨਹੀਂ ਰੱਖਿਆ ਇਹਨਾਂ ਚੀਜ਼ਾਂ ਦੇ ਅੰਦਰ, ਅੱਜ ਤੋਂ ਬਾਅਦ ਇਹ ਸਾਰੇ ਮਾੜੇ ਕੰਮ ਛੱਡੇ, ਕੁੱਝ ਨਹੀਂ ਰੱਖਿਆ ਇਹਨਾਂ ਚੀਜ਼ਾਂ ਦੇ ਅੰਦਰ। ਤੇ ਉਸੇ ਫਲਸਫੇ ਦੇ ਵਿੱਚੋਂ ਜਿਹੜਾ ਗੁਰੂ ਨਾਨਕ ਨੇ ਦਿੱਤਾ ਵੀ ਆਹ ਵੀ ਕੰਮ ਛੱਡ, ਆਹ ਵੀ ਕੰਮ ਛੱਡ, ਆਹ ਵੀ ਕੰਮ ਛੱਡ, ਆਹ ਵੀ ਕੰਮ ਛੱਡ, ਤੇ ਜਿਹੜੇ ਫਿਰ ਅਸੀਂ ਉਸ ਫਲਸਫੇ ਨੂੰ ਫੋਲੋ ਕਰਦੇ 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 ਇੱਕ ਦਿਨ ਰਾਜ ਭਾਗ ਦੇ ਮਾਲਕ ਬਣ ਗਏ। ਕਦੇ? ਉਹ ਬੋਲੋ ਨਾ। ਹਾਂ, ਜੰਮੂ ਤੁਹਾਡੇ ਇੱਥੇ ਸ੍ਰੀਨਗਰ ਤੇ ਮੈਂ ਫਸਟ ਟਾਈਮ ਆਇਆ, ਜੰਮੂ ਤੇ ਮੇਰੇ ਬਹੁਤ ਗੇੜੇ ਲੱਗਦੇ ਆ, ਹੋਂਦ ਵਾਲੇ ਵੀਰਾਂ ਨੂੰ ਪਤਾ ਹੈ ਬਹੁਤ ਗੇੜੇ ਲੱਗਦੇ ਜੰਮੂ ਦੇ, ਕਰੀਬ ਕਰੀਬ ਮਹੀਨੇ ਚੋਂ ਇੱਕ ਇੱਕ ਦੋ ਦੋ ਵਾਰੀ ਆਇਆ ਉਹ ਨਵਾਂ। ਤੇ ਇੱਕ ਦਿਨ ਮਾਤਾ ਚੰਦ ਕੌਰ ਦਾ ਸਥਾਨ ਬਣਿਆ, ਮਾਈ ਚੰਦ ਕੌਰ ਦਾ ਪਤਾ ਹੋਵੇਗਾ ਤੁਹਾਨੂੰ,
ਮੈਂ ਜਦੋਂ ਨਤਮਸਤਕ ਹੋਣ ਦੇ ਲਈ ਗਿਆ, ਇੱਕ ਵੀਰ ਮਿਲਿਆ। ਉਸ ਵੀਰ ਨੇ ਕੋਈ ਗੱਲ ਕਹੀ, ਥੋੜ੍ਹੀ ਜਿਹੀ ਖੋਜ ਮੈਂ ਕੀਤੀ ਅਤੇ ਨਤੀਜਾ ਇਹ ਨਿਕਲਿਆ ਵੀ ਜਿਹੜੀ ਉੱਥੋਂ ਦੇ ਕਾਫੀ ਜਿਹੜੇ ਬਾਜ਼ਾਰ ਬਣ ਚੁੱਕਾ ਹੈ, ਉਹ ਜਗ੍ਹਾ ਅੱਜ ਵੀ ਸਰਕਾਰੇ ਖਾਲਸਾ ਦੇ ਨਾਂ 'ਤੇ ਬੋਲਦੀ ਹੈ, ਹੈ ਨਾ। ਸੁਣਿਆ ਜੀ, ਮੈਂ ਦੱਸਣਾ ਚਾਹੁੰਦਾ ਵੀ ਜਦੋਂ ਉਹ ਫਲਸਫਾ ਜਿਹੜਾ ਗੁਰੂ ਨੇ ਦਿੱਤਾ ਸੀ ਉਹਦੇ ਮੁਤਾਬਕ ਅਸੀਂ ਚੱਲੇ ਤੇ ਜਿੱਦਣ ਅਸੀਂ ਰਾਜ ਭਾਗ ਦੇ ਮਾਲਕ ਬਣੇ, ਦੇਖੋ ਸ਼ੇਰੇ ਪੰਜਾਬ ਦੇ ਵਿੱਚ ਲੱਖ ਉਣਤਾਈਆਂ ਹੋਣਗੀਆਂ, ਬੋਲੋ ਬੇ ਹੋਣਗੀਆਂ, ਇਹਦੇ ਵਿੱਚ ਕੋਈ ਦੋ ਰਾਮਾ ਨਹੀਂ। ਪਰ ਜਿਹੜੇ ਆਦ ਵਾਲਾ ਸੀ ਨਾ, ਕੀ ਸੀ ਆਦ ਵਾਲਾ ਜਿਹੜਾ ਸੀ ਨਾ, ਉਹ ਇੱਕ ਵਾਰਡ ਦਾ ਕੰਮ ਕਰਦਾ ਸੀ, ਜਿੱਥੇ ਗਲਤੀ ਹੁੰਦੀ ਸੀ ਉਹ ਨਹੀਂ ਸੀ ਪਰਵਾਹ ਕਰਦੇ। ਕਹਿੰਦੇ ਨਾ ਨਾ ਰਣਜੀਤ ਸਿੰਘ, ਆਹ ਜਿਹੜਾ ਕੰਮ ਹੈ ਨਾ, ਇਹ ਨਾ ਤੇ ਤੇਰੇ ਰੁਤਬੇ ਦੇ ਮੁਤਾਬਕ ਸ਼ੋਭਾ ਦਿੰਦਾ ਤੇ ਨਾ ਸਿੱਖ ਰਹਿਤ ਮਰਿਆਦਾ ਦੇ ਮੁਤਾਬਕ ਸ਼ੋਭਾ ਦਿੰਦਾ। ਬੋਲੋ ਬੇ ਆਲਾ ਦੁਆਲਾ ਕੀ ਸੀ ਇਸ ਤਰੀਕੇ ਦਾ ਜਿਹੜਾ ਅਸੀਂ ਰਾਜ ਭਾਗ ਲਿਆ ਨਾ। 2020 ਦੀ ਬੀਬੀਸੀ ਦੀ ਇੱਕ ਰਿਪੋਰਟ ਹੈ, ਕੀ ਹੈ ਮੇਰੀ ਨਹੀਂ ਬੀਬੀਸੀ ਦੀ, ਉਹਨਾਂ ਨੇ ਨਾ ਪੂਰੇ ਵਿਸ਼ਵ ਦੇ ਸ਼ਾਸਕਾਂ ਦੀ ਇੱਕ ਸੂਚੀ ਤਿਆਰ ਕੀਤੀ। ਉਹ ਕਹਿੰਦੇ ਦੁਨੀਆ ਦਾ ਸਭ ਤੋਂ ਬੈਸਟ ਰਾਜ ਕਿਸ ਨੇ ਕੀਤਾ, ਜਦੋਂ ਪੂਰੇ ਵਿਸ਼ਵ ਦੇ ਸ਼ਾਸਕਾਂ ਦੀ ਸੂਚੀ ਤਿਆਰ ਕੀਤੀ ਨਾ, ਤੇ ਕਰਦੇ 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 ਜਦੋਂ ਅਖੀਰ ਤੇ ਇੱਕ ਨਾਮ ਪੇਸ਼ ਕਰਨਾ ਸੀ, ਉਹ ਕਹਿੰਦੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ। ਫਿਰ ਇਹ ਵੀ ਦੱਸਣਾ ਪੈਣਾ ਸੀ ਵੀ ਕਿਉਂ, ਕਹਿੰਦੇ ਪੂਰੇ ਰਾਜ ਕਾਲ ਦੇ ਅੰਦਰ ਇੱਕ ਵੀ ਫਾਂਸੀ ਨਹੀਂ, ਬੋਲੋ ਇੱਕ ਵੀ ਫਾਂਸੀ ਨਹੀਂ, ਪੂਰੇ ਰਾਜ ਕਾਲ ਦੇ ਅੰਦਰ ਇੱਕ ਵੀ ਰੇਪ ਕੇਸ ਨਹੀਂ, ਪੂਰੇ ਰਾਜ ਕਾਲ ਦੇ ਅੰਦਰ ਕਹਿੰਦੇ ਕੋਈ ਲੁੱਟਾਂ ਖੋਹਾਂ ਨਹੀਂ। ਆਕੋ ਸਤਨਾਮ ਸ੍ਰੀ, ਇੱਕ ਬੇਨਤੀ ਕਰਾਂ, ਜਿਸ ਕੰਟਰੀ ਦੇ ਅੰਦਰ ਬੇਰੁਜ਼ਗਾਰੀ ਹੋਵੇਗੀ ਉੱਥੇ ਕ੍ਰਾਈਮ ਵੀ ਹੋਵੇਗਾ, ਜਿੱਥੇ ਬੇਰੁਜ਼ਗਾਰੀ ਖਤਮ ਹੋ ਜਾਂਦੀ ਉੱਥੇ ਕ੍ਰਾਈਮ ਜ਼ੀਰੋ ਹੋ ਜਾਂਦਾ, ਕਿਉਂਕਿ ਲੋਕ ਆਪੋ ਆਪਣੇ ਕੰਮ ਦੇ ਵਿੱਚ ਬਿਜ਼ੀ ਹੁੰਦੇ। ਹੁਣ ਇਹ ਗੱਲ ਦੱਸੋ, ਜਦੋਂ ਮੈਂ ਵਿਹਲਾ ਬੈਠਾ ਹੋਵਾਂਗਾ, ਮੈਂ ਕਿਸੇ ਨੂੰ ਕੋਈ ਕਮੈਂਟ ਕਰਾਂਗਾ, ਕਿਸੇ ਨੂੰ ਲਾ ਕੇ ਗੱਲ ਕਰਾਂਗਾ, ਜਦੋਂ 12 ਘੰਟੇ ਲਾ ਕੇ ਤੇ ਮੈਂ ਤੁਹਾਡੇ ਕੋਲ ਸ੍ਰੀਨਗਰ ਪੁੱਜਾਂਗਾ ਤੇ ਮੈਨੂੰ ਵੀਰ ਪੁੱਛਣਗੇ, ਕਹਿੰਦੇ ਮਗੂ ਸਾਹਿਬ ਡੱਲ ਲੇਕ ਵੇਖਣੀ ਹੈ, ਮੈਂ ਕਹਿਣਾ ਨਹੀਂ ਜੀ, ਮੈਂ ਤੇ ਇੱਕ ਮੰਜਾ ਬਿਸਤਰਾ ਵੇਖਣਾ। ਬੋਲੋ ਆਖੂੰਗਾ, ਇਹ ਕਹਿਣਗੇ ਕਿਉਂ, ਮੈਂ ਕਹੂੰਗਾ ਭਾਜੀ ਮੇਰਾ ਲੱਕ ਜਿਹੜਾ ਨਾ ਗੱਡੀ ਚਲਾ ਚਲਾ ਕੇ ਬੁਰਾ ਹਾਲ ਹੋਇਆ ਪਿਆ, ਮੈਨੂੰ ਤੇ ਇੱਕ ਵਾਰੀ ਪਾ ਦਿਓ। ਹੁਣ ਇਹ ਗੱਲ ਦੱਸੋ, ਜਿਹੜਾ ਬੰਦਾ ਕੰਮ ਕਾਰ ਤੋਂ ਥੱਕਿਆ ਆਵੇਗਾ ਉਹ ਘਰਵਾਲੀ ਨੂੰ ਪਤਾ ਕੀ ਕਹੇਗਾ, ਤੂੰ ਪ੍ਰਸ਼ਾਦਾ ਬਣਾ ਤੇ ਮੈਂ ਪਿੰਡੇ ਪਾਣੀ ਪਾਵਾਂ। ਬੋਲੋ ਬੇ ਆਹੀ ਹੈ ਨਾ, ਜਿਸ ਕੰਟਰੀ ਦੇ ਵਿੱਚ ਬੇਰੁਜ਼ਗਾਰੀ ਹੋਵੇਗੀ ਕ੍ਰਾਈਮ ਸਿਖਰ ਦੇ ਉੱਪਰ ਹੋਵੇਗਾ, ਜਿੱਥੇ ਬੇਰੁਜ਼ਗਾਰੀ ਖਤਮ ਹੋ ਜਾਂਦੀ ਉੱਥੇ ਕ੍ਰਾਈਮ ਵੀ ਜ਼ੀਰੋ ਹੋ ਜਾਂਦਾ। ਤੇ ਜੇ ਸਾਡੇ ਰਾਜ ਦੀ ਲੋਕ ਗੱਲ ਕਰਦੇ ਆ ਵੀ ਕੁੱਤੇ ਦੇ ਗਲ ਦੇ ਵਿੱਚ ਕੈਂਠਾ ਪਾ ਦਿੰਦੇ ਸੀ ਤੇ ਲਾਹੌਰ ਘੁੰਮ ਕੇ ਆ ਜਾਂਦਾ ਸੀ ਤੇ ਕੈਂਠਾ ਨਹੀਂ ਸੀ ਕੋ ਗਲੋ ਲਾਉਂਦਾ, ਆਮ ਕਰਕੇ ਉਦਾਹਰਣ ਬਣੀ ਸੀ, ਜ਼ਰੂਰੀ ਨਹੀਂ ਵੀ ਕੁੱਤੇ ਦੇ ਗਲ ਦੇ ਵਿੱਚ ਕੈਂਠਾ ਪਾ ਕੇ ਫੇਰਿਆ ਹੋਵੇ, ਨਹੀਂ ਉਦਾਹਰਣ ਬਣੀ ਸੀ। ਤੇ ਇਹਦਾ ਅਰਥ ਹੈ ਵੀ ਅਸੀਂ ਰੁਜ਼ਗਾਰ ਦਿੱਤਾ, ਬੋਲੋ ਬਈ ਅਸੀਂ ਰੁਜ਼ਗਾਰ ਦਿੱਤਾ ਤੇ ਕ੍ਰਾਈਮ ਜ਼ੀਰੋ ਹੋ ਗਿਆ, ਤੇ ਉਹ ਜਿਹੜਾ ਰਾਜ ਭਾਗ ਸੀ ਉਹ ਦੁਨੀਆ ਨੇ ਵੇਖਿਆ ਵੀ ਕਿਹੋ ਜਿਹਾ ਸੀ। ਸ਼ੇਰੇ ਪੰਜਾਬ ਦੇ ਰਾਜ ਭਾਗ ਨੂੰ ਮੁੱਕੇ ਨੂੰ 1839 ਦੇ ਵਿੱਚ ਸ਼ੇਰੇ ਪੰਜਾਬ ਮਹਾਰਾਜਾ, ਦੇਖੋ 1780 ਦੇ ਵਿੱਚ ਜਨਮਿਆ, 1799 ਦੇ ਵਿੱਚ ਲਾਹੌਰ ਜਿੱਤਿਆ, 1801 ਦੇ ਵਿੱਚ ਮਹਾਰਾਜਾ ਘੋਸ਼ਿਤ ਕੀਤਾ ਤੇ 1839 ਦੇ ਵਿੱਚ ਅੱਖਾਂ ਮੀਟ ਗਿਆ। ਬੋਲੋ ਬਈ ਇੰਜੀ ਹੈ ਨਾ,
ਗਏ ਨੂੰ ਕਿੰਨੀ ਦੇਰ ਹੋ ਗਈ, ਪਰ 2020 ਦੇ ਵਿੱਚ ਉਹਨਾਂ ਨੇ ਪੂਰੀ ਇੱਕ ਸੂਚੀ ਤਿਆਰ ਕੀਤੀ, ਡਾਟਾ ਤਿਆਰ ਕੀਤਾ, ਵਿਦਵਾਨ ਬੈਠੇ, ਪੂਰੇ ਗ੍ਰੰਥ ਫਰੋਲੇ, ਪ੍ਰਾਚੀਨ ਲਿਖਤਾਂ ਫਰੋਲੀਆਂ, ਤੇ ਫਰੋਲਣ ਤੋਂ ਬਾਅਦ ਉਹ ਕਹਿੰਦੇ ਵੀ ਜੇ ਦੁਨੀਆਂ ਦਾ ਬੈਸਟ ਰਾਜ ਸੀ ਕਿਹੜਾ ਸੀ, ਉਹ ਬੋਲੋ ਨਾ, ਤੁਹਾਨੂੰ ਮਾਣ ਹੋਣਾ ਚਾਹੀਦਾ, ਦੁਨੀਆਂ ਦਾ ਬੈਸਟ ਰਾਜ ਕਿਸਨੇ ਕੀਤਾ, ਸਿੱਖ ਮਹਾਰਾਜੇ ਨੇ ਕੀਤਾ। ਇਹ ਬੈਸਟ ਰਾਜ ਸੀ, ਕਿੱਥੋਂ ਨਿਕਲਿਆ, ਗੁਰੂ ਦੇ ਫਲਸਫੇ ਦੇ ਵਿੱਚੋਂ, ਸ਼ੇਰੇ ਪੰਜਾਬ। ਹਾਂ, ਰਾਜਾ ਹੋਣ ਕਰਕੇ ਕੋਈ ਊਣ ਤਾਂ ਹੀ ਕਰ ਜਾਂਦਾ ਸੀ, ਪਰ ਆਲਾ ਦੁਆਲਾ ਜਿਹੜਾ ਸੀ ਨਾ ਉਹ ਸਹੀ ਤਸਵੀਰ ਵਿਖਾਉਂਦਾ ਸੀ, ਕਹਿੰਦਾ ਨਾ ਆਹ ਕੰਮ ਨਹੀਂ ਆਪਾਂ ਕਰਨਾ, ਇਹ ਸ਼ੋਭਾ ਨਹੀਂ ਦਿੰਦਾ, ਜੇ ਤੂੰ ਕਰੇਗਾ ਤੇ ਤੈਨੂੰ ਇਹ ਭੁਲੇਖਾ ਹੋਵੇ ਵੀ ਸ਼ਾਇਦ ਮੈਂ ਆਪਣੀ ਤੇਗ ਦੇ ਨਾਲ ਇਹ ਮੱਲਾਂ ਮਾਰੀਆਂ ਨੇ। ਇਹ ਜਿਹੜੀ ਰੋਜ਼ ਆਪਾਂ ਅਰਦਾਸ ਕਰਦੇ ਸੀ ਨਾ, ਰਾਜ ਕਰੇਗਾ ਖਾਲਸਾ, ਇਹ ਉਹ ਸੁਣੀ ਗਈ ਹੈ ਤੇ ਖਾਲਸੇ ਦਾ ਰਾਜ ਆਇਆ, ਇਸ ਕਰਕੇ ਆਪਣੇ ਇਹਨਾਂ ਚੀਜ਼ਾਂ ਨੂੰ ਕੰਟਰੋਲ ਕਰ, ਵਾਸਨਾਵਾਂ ਨੂੰ ਕੰਟਰੋਲ ਕਰ, ਉਹ ਕਹਿੰਦੇ ਹੁੰਦੇ ਸੀ ਤੇ ਨਾਲ ਦੀ ਨਾਲ ਤੁਰ ਪੈਣਾ। ਸੋ ਮੈਂ ਬੇਨਤੀ ਕਰਦਾ ਵੀ ਜਿੱਦਣ ਗੁਰੂ ਨੇ ਉਹ ਬਾਣ ਸ਼ਬਦਾਂ ਦਾ ਮਾਰਿਆ, ਸਾਡੀ ਜਿਹੜੀ ਜ਼ਿੰਦਗੀ ਹੈ, ਮਾੜਾ ਸੁਣਨਾ ਨਹੀਂ, ਮਾੜਾ ਬੋਲਣਾ ਨਹੀਂ, ਮਾੜਾ ਚੱਲਣਾ ਨਹੀਂ, ਹੱਥਾਂ ਨਾਲ ਮਾੜਾ ਕਰਨਾ ਨਹੀਂ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਹੁਣ ਗੁਰਬਾਣੀ ਕਹਿੰਦੀ ਵੀ ਇੱਕ ਗੂੰਗਾ ਤੇ ਬੋਲਾ ਉਹ ਹੈ, ਗੂੰਗਾ ਤੇ ਬੋਲਾ ਉਹ ਹੈ, ਕਿਹੜਾ ਸਤਿਗੁਰੂ ਕਹਿੰਦੇ ਜਦੋਂ ਸ਼ਬਦ ਦਾ ਬਾਣ ਵੱਜਦਾ ਤੇ ਉਹ ਗੂੰਗਾ ਬੋਲਾ ਹੋ ਜਾਂਦਾ, ਜਿਵੇਂ ਸੱਜਣ ਸੀ ਹੁਣ ਸਾਰੇ ਗਲਤ ਕੰਮ ਕਰਦਾ, ਪਰ ਜਿੱਦਣ ਗੁਰੂ ਨਾਨਕ ਨੇ ਬਾਣ ਮਾਰਿਆ ਉਦਣ ਜ਼ਿੰਦਗੀ ਬਦਲ ਗਈ, ਉਦਣ ਹੁਣ ਚਰਨ ਮਾੜੇ ਵਾਲੇ ਪਾਸੇ ਨਹੀਂ ਜਾਂਦੇ, ਹੁਣ ਪਿੰਗਲੇ ਹੋ ਗਏ, ਹੁਣ ਚੰਗੇ ਵਾਲੇ ਪਾਸੇ ਜਾਂਦੇ। ਲੋਕ ਅਜੇ ਵੀ ਡਰਦੇ ਹੋਣਗੇ, ਇਹਦੇ ਵਿੱਚ ਕੋਈ ਦੋ ਰਾਮਾ ਨਹੀਂ, ਲੋਕ ਕਹਿੰਦੇ ਹੋਣਗੇ ਨਾ ਠੱਗ ਰਹਿੰਦਾ ਇੱਥੇ, ਹੋ ਸਕਦਾ ਉਹਨੂੰ ਸਫਾਈਆਂ ਦਿੰਦੇ ਆ ਵੀ ਵਕਤ ਲੱਗਾ ਹੋਵੇ ਵੀ ਨਹੀਂ ਭਾਈ ਮੈਂ ਠੱਗੀ ਛੱਡ ਤੀ, ਨਾਲੇ ਕੁਦਰਤੀ ਗੱਲ ਹੈ ਜਿਸ ਥਾਂ ਤੇ 20 ਸਾਲ ਠੇਕਾ ਖੁੱਲਾ ਰਿਹਾ ਹੋਵੇ ਤੇ ਇੱਕ ਦਿਨ ਠੇਕਾ ਬੰਦ ਹੋ ਕੇ ਤੇ ਉੱਥੇ ਦੁੱਧ ਵੇਚਣ ਲੱਗ ਪੈਣ ਤੇ ਲੋਕੀ ਸ਼ੱਕ ਕਰਦੇ ਆ, ਕਹਿੰਦੇ ਨਹੀਂ ਹੋ ਸਕਦਾ ਪਿੱਛੇ ਸ਼ਰਾਬ ਹੀ ਹੋਵੇ, ਬੋਲੋ ਵਹਿਮ ਤੇ ਨਹੀਂ ਨਾ ਜਾਂਦਾ, ਹੈਨਾ, ਉਹਨੂੰ ਆਪਣੀਆਂ ਸਫਾਈਆਂ ਦਿੰਦਿਆਂ ਵਕਤ ਤੇ ਲੱਗਾ ਹੀ ਹੋਵੇਗਾ। ਪਰ ਬੇਨਤੀ ਕਰਦਾ ਵੀ ਜਦੋਂ ਗੁਰੂ ਨੇ ਬਾਣ ਮਾਰਿਆ ਤੇ ਜ਼ਿੰਦਗੀ ਬਦਲ ਗਈ, ਹੁਣ ਆ ਜਾਓ ਉਸੇ ਘਟਨਾ ਤੇ ਜਿੱਥੋਂ ਸ਼ੁਰੂਆਤ ਕੀਤੀ ਸੀ, ਛੱਜੂ। ਕਾਨ ਸਿੰਘ ਨਾਭਾ ਲਿਖਦੇ ਨੇ ਮੂਰਖ ਰਾਜ ਮਹਾਂ ਮੂਰਖ ਸੀ, ਕਹਿੰਦੇ ਸਤਿਗੁਰੂ ਨੇ ਸੀਸ ਤੇ ਛੜੀ ਰੱਖ ਕੇ ਅਰਥ ਕਰਵਾ ਦਿੱਤੇ। ਇਹ ਵੀ ਪੱਖ ਹੈ, ਮੈਂ ਕੱਟਦਾ ਨਹੀਂ, ਅੱਜ ਮੈਂ ਕੱਟਣ ਲਈ ਨਹੀਂ ਆਇਆ, ਮੇਰਾ ਗੁਰੂ ਸਮਰੱਥ ਹੈ, ਪਰ ਗੁਰਬਾਣੀ ਪੜ੍ਹ ਕੇ ਮੈਂ ਸਮਝ ਲੈਣ ਵੀ ਆਇਆ ਵਾਂ ਵੀ ਕਿਤੇ ਉਹ ਛੱਜੂ ਉਹ ਗੂੰਗਾ ਬੋਲਾ ਤੇ ਨਹੀਂ ਸੀ, ਵੀ ਗੁਰਬਾਣੀ ਪੜ੍ਹ ਕੇ ਜ਼ਿੰਦਗੀ ਐਸੀ ਬਦਲ ਪਈ ਵੀ ਆਪਣੀ ਮੌਜ ਵਿੱਚ ਹੋ ਗਿਆ, ਅੱਗੋ ਸਤਨਾਮ ਸ੍ਰੀ ਕਬੀਰ। ਗੂੰਗਾ ਹੂਆ, ਪਹਿਲਾਂ ਗੂੰਗਾ ਹੋਇਆ ਫਿਰ ਬਾਬਰਾ, ਲੋਕੀ ਕਹਿੰਦੇ ਬੌਰਾ, ਲੋਕਾਂ ਨੇ ਕਬੀਰ ਜੀ ਨੂੰ ਵੀ ਬੌਰਾ ਕਿਹਾ ਸੀ, ਬੋਲੋ ਬਈ। ਆਪਣੀ ਸਦੀ ਦੇ ਮਹਾਂ ਸਿਆਣੇ ਨੂੰ ਦੁਨੀਆਂ ਨੇ ਕੀ ਕਿਹਾ ਸੀ, ਬੌਰਾ ਕਹਿੰਦੇ ਆ ਲੋਕ, ਕਿਤੇ ਇਹ ਛੱਜੂ ਉਹ ਤੇ ਨਹੀਂ ਸੀ। ਦੂਜੀ ਗੱਲ ਇੱਕ ਹੋਰ ਮੈਂ ਦੱਸਣੀ ਚਾਹੁੰਦਾ, ਛੱਜੂ ਹੈ ਝਿਊਰ ਜਾਤੀ ਚੋਂ, ਕਿਹਦੇ ਚੋਂ, ਝਿਊਰ, ਜਿਹਨੂੰ ਕਸ਼ਯਪ ਰਾਜਪੂਤ ਵੀ ਕਹਿ ਦਿੰਦੇ ਨੇ, ਮਹਿਰਾ ਵੀ ਕਹਿ ਦਿੰਦੇ ਨੇ, ਪਤਾ ਨਾ, ਝਿਊਰ ਵੀ ਕਹਿੰਦੇ ਨੇ, ਮਹਿਰਾ ਵੀ ਕਹਿੰਦੇ ਨੇ, ਤੇ ਕਸ਼ਯਪ ਰਾਜਪੂਤ ਵੀ ਇਹਨਾਂ ਨੂੰ ਕਹਿੰਦੇ ਨੇ, ਝਿਊਰ ਛੱਜੂ ਝਿਊਰ। ਇਹਨਾਂ ਦਾ ਕੰਮ ਸੀ ਪਾਣੀ ਭਰਨਾ, ਕੀ ਕੰਮ ਸੀ, ਪਾਣੀ ਭਰਨਾ। ਦੋ ਤਰੀਕੇ ਦੀ ਵੰਡ ਹੋਈ ਸੀ, ਇੱਕ ਸੀ ਅਨਟਚੇਬਲ, ਇੱਕ ਸੀ ਟਚੇਬਲ। ਜਦੋਂ ਵੰਡ ਕੀਤੀ ਹੈ ਨਾ, ਜਾਤੀ ਵੰਡ ਹੋਈ ਹੈ, ਤੇ ਉਹਦੇ ਵਿੱਚ ਇੱਕ ਉਹ ਲੋਕ ਸੀ ਜਿਹੜੇ ਸਾਨੂੰ ਟੱਚ ਨਹੀਂ ਕਰਨਗੇ, ਜਿਵੇਂ ਖੇਤਾਂ ਵਿੱਚ ਕੰਮ ਕੀਤਾ ਬਾਰੇ ਬਾਰ ਨਿਬੇੜਿਆ। ਹੁਣ ਇੱਕ ਉਹ ਸੀ ਜਿਹੜੇ ਟੱਚ ਕਰ ਸਕਦੇ ਆ, ਉਦਾਹਰਨ ਵਜੋਂ ਜਿਵੇਂ ਨਾਈ ਨੇ ਹੁਣ ਵਾਲ ਕੱਟਣੇ ਆ, ਟੱਚ ਤੇ ਕਰੇਗਾ, ਬੋਲੋ ਬਈ, ਹੈਨਾ, ਨਾਈ ਜਿਹੜਾ ਸੀ ਇਹ ਟੱਚੇਬਲ ਦੇ ਵਿੱਚ ਆ ਗਿਆ।
ਜਿਹੜਾ ਝੂਰ ਸੀ ਪਾਣੀ ਭਰ ਕੇ ਘਰ ਦੇ ਵਿੱਚ ਆਉਣਾ ਸੀ, ਇਹ ਵੀ ਟਚੇਬਲ ਦੇ ਵਿੱਚ ਆ ਗਿਆ। ਸੁਣਿਆ ਜੀ, ਹੁਣ ਬੜੀ ਛੋਟੀ ਜਿਹੀ ਇੱਕ ਵਿਚਾਰ, 2 ਮਿੰਟਾਂ ਦੇ ਵਿੱਚ ਸਮਾਪਤੀ, ਕਮਾਲ ਹੋ ਗਈ। ਉਹ ਜਾਤੀ ਜਿਹਨੂੰ ਗ੍ਰੰਥ ਪੜ੍ਹਨ ਦਾ ਅਧਿਕਾਰ ਨਹੀਂ, ਅੱਜ ਉਹ ਅਰਥ ਕਰਦਾ ਪਿਆ। ਜਦੋਂ ਲਾਲ ਚੰਦ ਲੈ ਕੇ ਆਇਆ ਸੀ ਤਾਂ ਲਾਲ ਚੰਦ ਕੱਲਾ ਇਹ ਲੈ ਕੇ ਨਹੀਂ ਸੀ ਆਇਆ ਵੀ ਇਹ ਗੂੰਗਾ ਬੋਲਾ ਹੈ, ਉਹ ਇਸ ਕਰਕੇ ਵੀ ਲੈ ਕੇ ਆਇਆ ਸੀ ਵੀ ਬੰਦਾ ਉਹ ਲੈ ਕੇ ਆਵਾ ਜਿਹੜਾ ਉਸ ਜਾਤੀ ਵਿੱਚੋਂ ਹੋਵੇ ਜਿਹਨੂੰ ਬ੍ਰਾਹਮਣ ਦੇ ਮੁਤਾਬਕ ਵਿਦਿਆ ਦਾ ਅਧਿਕਾਰ ਹੀ ਨਹੀਂ। ਅੱਗੋ ਸਤਨਾਮ ਸ੍ਰੀ ਵਾਹਿਗੁਰੂ, ਅੰਦਾਜ਼ਾ ਲਾਇਆ ਤੇ ਗੁਰੂ ਦੀ ਰਹਿਮਤ ਕੈਸੀ ਹੈ। ਗੁਰੂ ਮੇਰਾ ਕਹਿੰਦਾ ਮੈਂ ਕਿਸੇ ਨਾਲ ਭੇਦਭਾਵ ਕੀਤਾ ਹੀ ਨਹੀਂ, ਇਸ ਕਰਕੇ ਨਾ ਮੇਰੇ ਘਰ ਦੇ ਵਿੱਚ ਜਾਤੀ ਭੇਦਭਾਵ ਹੈ, ਨਾ ਮੇਰੇ ਘਰ ਦੇ ਵਿੱਚ ਕੋਈ ਆਰਥਿਕ ਭੇਦਭਾਵ ਹੈ, ਕਿਸੇ ਪ੍ਰਕਾਰ ਦਾ ਭੇਦਭਾਵ ਨਹੀਂ। ਇੱਕ ਬਚਨ ਗੁਰਬਾਣੀ ਦਾ ਪੜ੍ਹੋ, ਬੋਲੋ ਜਾਣ ਹੋ ਜੋਤ। ਲੈ ਵੀ ਹੁਣ ਤੇ ਸਮਾਪਤੀ ਕਰਨੀ ਪੈਣੀ ਹੈ, ਸਾਰੀ ਸੰਗਤ ਚੁੱਪ ਕਰ ਗਈ, ਹੁਣ ਸਮਾਪਤੀ ਹੋ ਗਈ। ਬਸ ਮੈਂ ਸਮਝ ਗਿਆ ਵਾਂ, ਮੈਂ ਇਕੱਲਾ ਹੀ ਪੜ੍ਹਦਾ ਵਾਂ, ਨਾਲੇ ਸੰਗਤ ਗੁਰੂ ਕਾ ਰੂਪ ਹੈ, ਸੰਗਤ ਨੂੰ ਖੇਚਲ ਥੋੜ੍ਹਾ ਦੇਣੀ ਹੈ। ਆਪ ਹੀ ਪੜ੍ਹ ਦਿੰਦਾ ਵਾਂ, ਜਾਣ ਹੋ ਜੋਤ ਨਾ ਪੁੱਛੋ ਜਾਤੀ। ਗੁਰਬਾਣੀ ਦਾ ਪਾਵਨ ਬਚਨ ਹੈ ਵੀ ਸਭਨਾ ਵਿੱਚ ਪਰਮਾਤਮਾ ਦੀ ਜੋਤ ਜਾਣੋ, ਕਿਸੇ ਦੀ ਜਾਤ ਨਾ ਪੁੱਛੋ, ਨਾ ਪੁੱਛਿਆ ਕਰੋ ਜਾਤਾਂ। ਅਸੀਂ ਜਾਤਾਂ ਪੁੱਛਦੇ ਪਏ, ਧੀ ਪੁੱਤ ਦਾ ਐਜੂਕੇਸ਼ਨ ਲੈਵਲ ਅਸੀਂ ਨਹੀਂ ਵੇਖਦੇ, ਅਸੀਂ ਪਹਿਲਾਂ ਪੁੱਛਦੇ ਤੁਹਾਡੀ ਜਾਤ ਬਰਾਦਰੀ ਕੀ ਹੈ, ਇੱਥੋਂ ਸ਼ੁਰੂਆਤ ਚੱਲਦੀ ਆ। ਅਸੀਂ ਤਾਂ ਫਸ ਗਏ ਉੱਥੇ ਜਿੱਥੋਂ ਗੁਰੂ ਨੇ ਕੱਢਿਆ ਸੀ, ਤੇ ਫਿਰ ਗੁਰੂ ਦਾ ਮਾਣ ਸਾਨੂੰ ਕਿੱਥੇ ਵੱਜਣਾ? ਮਾਣ ਵਾਲੇ ਪਾਸੇ ਤੇ ਆਏ ਨਹੀਂ, ਅਸੀਂ ਤੇ ਬਚਦੇ ਫਿਰਦੇ ਆ ਗੁਰੂ ਦੇ ਮਾਣ ਤੋਂ। ਬੋਲੋ ਬਈ, ਨਹੀਂ, ਜਿੱਦਣ ਲੱਗ ਗਿਆ ਜ਼ਿੰਦਗੀ ਸਾਡੀ ਸੌਰ ਜਾਵੇਗੀ, ਜ਼ਿੰਦਗੀ ਸਾਡੀ ਬਦਲ ਜਾਵੇਗੀ। ਸਤਿਗੁਰ ਪਾਤਸ਼ਾਹ ਜੀ ਕਰਨ ਕਿਰਪਾ, ਉਹ ਛੱਜੂ ਦੇ ਕੋਲੋਂ ਅਰਥ ਜਿਵੇਂ ਕਰਵਾਏ ਨੇ, ਹੇ ਸੱਚੇ ਪਾਤਸ਼ਾਹ ਮਹਾਰਾਜ, ਸਾਡਾ ਸੀਸ ਤੁਹਾਡੇ ਚਰਨਾਂ ਵਿੱਚ ਹਾਜ਼ਰ ਹੈ, ਸਾਡੇ ਵੀ ਸਿਰ 'ਤੇ ਹੱਥ ਰੱਖ ਕੇ ਸਾਡੇ ਦੇ ਕੋਲੋਂ ਵੀ ਗੁਰਬਾਣੀ ਦੇ ਅਰਥ ਇਸੇ ਢੰਗ ਦੇ ਵਿੱਚ ਕਰਵਾਇਆ ਕਰੋ, ਭੁੱਲਾਂ ਚੁੱਕਾਂ ਦੀ ਖਿਮਾ ਜੀ। ਬਹੁਤ ਸੰਗਤ ਨੇ ਪਿਆਰ ਬਖਸ਼ਿਆ, ਮੇਰੇ ਖਿਆਲ ਇੱਕ ਦੋ ਵਾਰੀ ਸਬੱਬ ਬਣਦਾ ਬਣਦਾ ਰਹਿ ਗਿਆ, ਸ਼ਾਇਦ ਮੈਂ ਵਿਦੇਸ਼ ਜਾਣਾ ਸੀ, ਪਰ ਇਸ ਵਾਰ ਕੁਦਰਤੀ ਸਬੱਬ ਬਣ ਗਿਆ। ਗੁਰਬਾਣੀ ਦਾ ਪਾਵਨ ਬਚਨ ਹੈ, ਨੱਕ ਨੱਥ ਖਸਮ ਹੱਥ, ਕਿਰਤ ਧੱਕੇ ਦੇ ਜਹਾਂ ਦਾਣੇ। ਹੁਣ ਭਾਈ ਇੱਥੋਂ ਦੇ ਚੌਲ ਛਕਣੇ ਲਿਖੇ ਸੀ ਮੇਰੇ ਭਾਗਾਂ ਦੇ ਵਿੱਚ ਤੇ ਅੱਪੜ ਗਿਆ ਨਾ, ਬਸ ਇਹ ਚੀਜ਼ ਹੈ, ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ ਹੀ। ਗੁਰੂ ਸਾਹਿਬ ਕਰਨ ਕਿਰਪਾ, ਸਾਡੇ ਸਿਰਾਂ ਦੇ ਉੱਪਰ ਹੱਥ ਰੱਖਣ, ਅਸੀਂ ਸਾਰੇ ਰਲ ਮਿਲ ਕੇ ਗੁਰਬਾਣੀ ਦੀ ਰੋਸ਼ਨੀ ਦੇ ਵਿੱਚ ਆਪਣੇ ਇਤਿਹਾਸਾਂ ਨੂੰ ਪੜ੍ਹੀਏ, ਗੁਰਬਾਣੀ ਦੀ ਰੋਸ਼ਨੀ ਵਿੱਚ ਆਪਣੇ ਇਤਿਹਾਸਾਂ ਨੂੰ ਸੁਣਾਈਏ। ਕੋਟ ਕੋਟ ਧੰਨਵਾਦੀ ਆ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ, ਜਿਨ੍ਹਾਂ ਨੇ ਗੋਦੀ ਵਿੱਚ ਬਿਠਾ ਕੇ ਵਿਚਾਰਾਂ ਦੇ ਯੋਗ ਬਣਾਇਆ, ਅਤਿ ਸਤਿਕਾਰਯੋਗ ਆਪਣੇ ਛੋਟੇ ਵੀਰ ਦਾ। ਰਹੇ ਅਸੀਂ ਨੇੜੇ ਨੇੜੇ ਹੀ ਹਾਂ, ਇੱਕੇ ਸ਼ਹਿਰ ਦੇ ਵਿੱਚ ਜਿੱਥੇ ਪੜ੍ਹਦੇ ਰਹੇ ਆ, ਮੇਲ ਗਿਲ ਹੁੰਦਾ ਰਹਿਣਾ, ਇਸ ਕਰਕੇ ਮੈਂ ਮਹਿਸੂਸ ਕਰਦਾ ਤੁਹਾਨੂੰ ਵਿਦਵਾਨ ਸੱਜਣ ਮਿਲੇ ਨੇ, ਲਾਹਾ ਲਿਆ ਕਰੋ। ਸਤਿਗੁਰ ਪਾਤਸ਼ਾਹ ਜੀ ਕਰਨ ਕਿਰਪਾ, ਆਈ ਹੋਈ ਸਾਰੀ ਸੰਗਤ ਦਾ ਧੰਨਵਾਦੀ ਹਾਂ, ਅਤੇ ਮੈਂ ਪ੍ਰਬੰਧਕਾਂ ਦਾ ਨਾਮ ਨਹੀਂ ਕਦੀ ਲੈਂਦਾ ਹੁੰਦਾ, ਮੇਰੀ ਇੱਕ ਬੇਨਤੀ ਹੈ, ਕਿਉਂਕਿ ਮੈਂ ਤੇ ਇੱਕ ਦਿਨ ਦਰਬਾਰ ਸਾਹਿਬ ਤੋਂ ਕਥਾ ਆਵੇ, ਬੋਲੋ ਕਿੱਥੋਂ ਪੈਣੋ ਆਵਾਜ਼ ਨਾ ਆਵੇ, ਦਰਬਾਰ ਸਾਹਿਬ ਤੋਂ ਕਥਾ, ਅਤੇ ਕਥਾ ਦੇ ਦੌਰਾਨ ਅਖੀਰ ਦੇ ਉੱਪਰ ਤੁਹਾਨੂੰ ਪਤਾ ਹੈ ਵੀ ਸਾਡੇ ਬੁਲਾਰੇ ਕਥਾਵਾਚਕ ਕਾਫੀ ਚੀਜ਼ਾਂ ਪਤਾ ਲੱਗ ਜਾਂਦੀਆਂ ਨੇ, ਉੱਥੋਂ ਪਤਾ ਲੱਗ ਜਾਂਦਾ ਵੀ ਇਹਨੂੰ ਕਿੰਨੇ ਦੀ ਡਿਊਟੀ ਲਾਈ ਹੋਵੇਗੀ ਤੇ ਕਿਵੇਂ ਇੱਥੇ ਪਹੁੰਚਿਆ ਹੋਵੇਗਾ, ਲੱਗ ਜਾਂਦਾ ਨਾ ਪਤਾ। ਜਦੋਂ ਕਹਿੰਦੇ ਆ ਬਹੁਤ ਬਹੁਤ ਧੰਨਵਾਦ ਸਾਡੇ ਇਲਾਕੇ ਦੇ ਸ਼੍ਰੋਮਣੀ ਕਮੇਟੀ ਮੈਂਬਰ ਫਲਾਣਾ ਸਿੰਘ ਦਾ, ਹੈ ਨਾ, ਇੱਥੋਂ ਪਤਾ ਲੱਗਦਾ ਵੀ ਇੱਥੋਂ ਗੱਲ ਚੱਲੀ ਹੈ।
ਬਹੁਤ ਬਹੁਤ ਧੰਨਵਾਦ ਫਲਾਣੇ ਸਿੰਘ ਸਾਹਿਬ ਦਾ, ਪਤਾ ਲੱਗਦਾ ਵੀ ਫਿਰ ਮਾਮਲਾ ਇੱਥੇ ਅਪੜ ਗਿਆ ਸੀ, ਹਨਾ। ਫਿਰ ਕਹਿੰਦੇ ਬਹੁਤ ਬਹੁਤ ਧੰਨਵਾਦ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਹਨਾ। ਫਿਰ ਗੱਲ ਲੱਗਦੀ ਵੀ ਹਾਂ ਫਿਰ ਇੱਥੇ ਮੋਹਰ ਲੱਗ ਗਈ ਸੀ ਵੀ ਇੰਨੀ ਤਰੀਕ ਨੂੰ ਤੁਸੀਂ ਕਥਾ ਕਰ ਲਓ, ਠੀਕ। ਇੱਕ ਦਿਨ ਇਸੇ ਪ੍ਰਕਾਰ ਮੈਨੂੰ ਕਿਸੇ ਨੇ ਪੁੱਛਿਆ, ਕਹਿੰਦੇ ਜੀ ਕਥਾ ਵਾਚਕ ਨੇ ਕਥਾ ਬਹੁਤ ਸੋਹਣੀ ਕੀਤੀ। ਮੈਂ ਕਿਹਾ ਚੰਗੀ ਗੱਲ ਹੈ, ਕਰਨੀ ਚਾਹੀਦੀ ਹੈ, ਸੁਣਨੀ ਵੀ ਚਾਹੀਦੀ ਹੈ। ਕਹਿੰਦੇ ਪਰ ਅਖੀਰ ਤੇ ਨਾ ਉਹ ਤਿੰਨਾਂ ਚਾਰਾਂ ਦਾ ਧੰਨਵਾਦ ਕਰਕੇ, ਚਲਦੀ ਸ਼ਬਦ ਵਿਚਾਰ ਸੀ ਪਰ ਅਖੀਰ ਤੇ ਉਹਨਾਂ ਨੇ ਪ੍ਰਧਾਨ ਦਾ ਧੰਨਵਾਦ, ਜਥੇਦਾਰ ਦਾ ਧੰਨਵਾਦ, ਦੋ ਤਿੰਨ ਹੋਰ ਨਾਮ ਧੰਨਵਾਦ। ਮੈਂ ਕਿਹਾ ਸਾਰੇ ਮੇਰੇ ਵਰਗੇ ਕਮਲੇ ਥੋੜਾ ਨੇ, ਅਗਲਾ ਆਪਣਾ ਪਹਿਲਾਂ ਗਾਂ ਦਾ ਪ੍ਰੋਗਰਾਮ ਪੱਕਾ ਕਰ ਗਿਆ, ਬੋਲੋ ਵੀ ਅਗਲਾ ਗਾਂ ਦਾ ਪ੍ਰੋਗਰਾਮ ਪੱਕਾ ਕਰ ਗਿਆ ਵੀ ਗਾਂ ਵੀ ਆਉਣਾ। ਜਦੋਂ ਅੱਜ ਲਾਈਵ ਦੇ ਵਿੱਚ ਇਹਨਾਂ ਦਾ ਧੰਨਵਾਦ ਕੀਤਾ ਜਾਵੇਗਾ, ਨਾਲ ਹੀ ਕਹਿ ਦੇਣਗੇ ਵੀ ਕਾਕਾ ਜੀ ਹੁਣ ਹਾਜ਼ਰੀ ਕਿੱਥੇ ਭਰਨੀ ਹੈ, ਪਰ ਗੁਰੂ ਰਾਮਦਾਸ ਦਾ ਧੰਨਵਾਦ ਕਰਨਾ ਭਾਵੇਂ ਭੁੱਲ ਜਾਣ। ਬੋਲੋ ਬਈ, ਸੱਚ ਹੈ ਨਾ, ਹੋਰ ਨਹੀਂ ਭੁੱਲਦੇ। ਇਹ ਅਰਦਾਸ ਹੈ ਸੱਚੇ ਪਾਤਸ਼ਾਹ, ਜਿੰਨੀ ਦੇਰ ਤੱਕ ਕਥਾ ਕਰਨੀ ਹੈ ਨਾ, ਠੀਕ ਹੈ, ਚੰਗੇ ਨੂੰ ਚੰਗਾ ਕਹਾਂਗੇ, ਮਾੜੇ ਨੂੰ ਮਾੜਾ ਕਹਾਂਗੇ, ਪਰ ਸਤਿਗੁਰੂ ਚਾਪਲੂਸੀਆਂ ਤੋਂ ਸਾਨੂੰ ਬਚਾ ਲਿਆ ਜੇ, ਇਹ ਵਾਹਿਗੁਰੂ ਦੇ ਚਰਨਾਂ ਵਿੱਚ ਸਾਡੀ ਅਰਦਾਸ ਹੈ। ਸੋ ਸਾਰੀ ਸੰਗਤ ਦਾ ਧੰਨਵਾਦੀ ਹਾਂ, ਗੁਰੂ ਹਰਿਕ੍ਰਿਸ਼ਨ ਜੀਵਨ ਜੋਤ ਸੁਸਾਇਟੀ ਦੇ ਸਾਰੇ ਵੀਰਾਂ ਦਾ ਧੰਨਵਾਦੀ ਹਾਂ। ਕਿਹਦਾ ਇੱਕ ਇੱਕ ਦਾ ਨਾਮ ਲਵਾਂ, ਸਾਰਾ ਇੱਕ ਟੀਮ ਵਰਕ ਹੁੰਦਾ, ਸਭਨਾਂ ਦਾ ਧੰਨਵਾਦ ਕਰਦਾ ਹੋਇਆ ਫਤਿਹ ਦੀ ਸਾਂਝ ਕਰਨੀ ਚਾਹੁੰਦਾ ਵਾਂ। ਅਤੇ ਫਤਿਹ ਦਾ ਜਵਾਬ ਫਤਿਹ ਦੇ ਅੰਦਰ ਗਰਜਵੀਂ ਆਵਾਜ਼ ਦੇ ਵਿੱਚ ਦਿਆ ਜੇ ਅਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।